ਦਾ ਮਾਨ ਸਰਦਾਰ ਭਗਵੰਤ ਸਿੰਘ ਮਾਨ ਕੁਝ ਹੀ ਮਿੰਟਾਂ ਸਕਿੰਟਾਂ 'ਚ న్యూਸ 18 ਪੰਜਾਬ ਤੇ ਮੱਚਦੇ ਸਾਹ ਨਾਲ ਮੌਜੂਦ ਹੋਣਗੇ। ਹਾਂ ਬਿਲਕੁਲ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਤੇ ਜ਼ਿੰਮੇਵਾਰੀ ਪਾਈ ਆ ਲੋਕਾਂ ਨੇ ਪੰਜਾਬ ਨੂੰ ਚਲਾਉਣ ਦੀ ਪੰਜਾਬ ਨੂੰ ਸੰਭਾਲਣ ਦੀ ਚੀਫ ਮਿਨਿਸਟਰ ਸਾਰੇ ਮਿਨਿਸਟਰਾਂ ਦੇ ਚੀਫ ਤਾਂ ਜ਼ਿੰਮੇਵਾਰੀ ਸਾਰੇ ਮੰਤਰੀਆਂ ਤੋਂ ਵੱਧ ਤੇ ਸਾਰੇ ਮੰਤਰੀਆਂ ਦੀ ਜ਼ਿੰਮੇਵਾਰੀ ਵੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ। ਪੰਜਾਬ ਦੇ ਵਿੱਚ ਕਈ ਸੱਤਾ ਬਦਲੀਆਂ ਔਰ ਇਸ ਵਾਰ ਜਦੋਂ ਸੱਤਾ ਪਰਿਵਰਤਨ ਹੋਇਆ ਸੱਤਾ ਦੇ ਵਿੱਚ ਬਦਲਾਅ ਹੋਇਆ ਤਾਂ ਸ਼ਾਇਦ ਸਾਰੇ ਹੈਰਾਨ ਸੀ ਜਿਸ ਤਰ੍ਹਾਂ ਲੋਕਾਂ ਨੇ ਸਪੋਰਟ ਦਿੱਤੀ ਜਿਸ ਤਰ੍ਹਾਂ ਲੋਕਾਂ ਨੇ ਖੁੱਲ ਕੇ ਵੋਟਾਂ ਪਾਈਆਂ ਖੁੱਲ ਕੇ ਸੀਟਾਂ ਦਿੱਤੀਆਂ ਤਾਂ ਉਸ ਤੋਂ ਬਾਅਦ ਜਿੰਨੀ ਜ਼ਿੰਮੇਵਾਰੀ ਲੋਕਾਂ ਨੇ ਦਿੱਤੀ ਜਿੰਨਾ ਭਰੋਸਾ ਜਤਾਇਆ ਤਾਂ ਉਨੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਉਹ ਜ਼ਿੰਮੇਵਾਰੀ ਹੁਣ ਭਗਵੰਤ ਸਿੰਘ ਮਾਨ ਹੋਰਾਂ ਦੇ ਮੋਢਿਆਂ ਤੇ ਆ ਪੰਜਾਬ ਦੇ ਲੋਕਾਂ ਦੇ ਨਾਲ ਅਨੇਕਾਂ ਵਾਅਦੇ ਹੋਏ ਉਸ ਉਹਨਾਂ ਦੇ ਦੌਰਾਨ ਸਾਰੇ ਵਾਅਦੇ ਕਰਦੇ ਨੇ ਪਿਛਲੀਆਂ ਸਰਕਾਰਾਂ ਤੇ ਦੂਜੀਆਂ ਪਾਰਟੀਆਂ ਨੇ ਵੀ ਵੱਡੇ ਵਾਅਦੇ ਕੀਤੇ ਸੀ ਪਰ ਕੀ ਉਹ ਪਾਰਟੀਆਂ ਆਪਣੇ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਚ ਕਾਮਯਾਬ ਨਹੀਂ ਹੋਏ ਜਾਂ ਫਿਰ ਇਤਨੇ ਕਿਤੇ ਆਪਣਾ ਭਰੋਸਾ ਜਿਹੜਾ ਉਹ ਗਵਾਇਆ ਵਕਵਾਕਾਰਨ ਹੋ ਸਕਦੇ ਨੇ ਰਾਜਨੀਤਿਕ ਕਰਨ ਹੋ ਸਕਦੇ ਨੇ ਪਰ ਇਸ ਵਾਰ ਲੋਕਾਂ ਨੇ ਇੱਕ ਵੱਡਾ ਬਦਲਾ ਲਿਆਂਦਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਹਿੱਸੇ ਜਿੱਤਾਈ ਤੇ ਮੁੱਖ ਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਹੋਏ ਭਗਵੰਤ ਸਿੰਘ ਮਾਨ ਕੁੱਪੇ ਦੇ ਮੁੱਖ ਮੰਤਰੀ ਬਣਾਇਆ ਗਿਆ ਉਹਨਾਂ ਨੂੰ ਪਰ ਐਸੇ ਹਾਲਾਤਾਂ ਦੇ ਵਿੱਚ ਜਦੋਂ ਇੰਨੀਆਂ ਸੀਟਾਂ ਉਹਨਾਂ ਨੂੰ ਮਿਲਦੀਆਂ ਨੇ ਕਿ ਸ਼ਾਇਦ ਕਾਮਨਾ ਨਾ ਕੀਤੀ ਹੋਵੇ ਤਾਂ ਜ਼ਿੰਮੇਵਾਰੀ ਵੱਡੀ ਬਣ ਜਾਂਦੀ ਹੈ ਆਕਾਲੀ ਦਲ ਲੰਬਾ ਟਾਈਮ ਰਾਜ ਕੀਤਾ ਪਰ ਉਹਨਾਂ ਨੂੰ ਇੱਕ ਵੱਡਾ ਚੱਕਾ ਇਸ ਵਾਰੀ ਮਿਲਿਆ ਪਿਛਲੀ ਵਾਰ ਕਾਂਗਰਸ ਸੱਤਾ ਦੇ ਵਿੱਚ ਸੀ ਔਰ ਰਿਪੀਟ ਕਰਨ ਦਾ ਦਾਵਾ ਸੀ ਪਰ ਉਹਨਾਂ ਨੂੰ ਵੀ ਝਟਕਾ ਲੱਗਾ ਆਖਿਰ ਆਮ ਆਦਮੀ ਪਾਰਟੀ ਤੇ ਭਰੋਸਾ ਜਦੋਂ ਲੋਕਾਂ ਨੇ ਦਿਤਾਇਆ ਤਾਂ ਕਿੰਨੀਆਂ ਉਮੀਦਾਂ ਰਹੀਆਂ ਹੋਣਗੀਆਂ ਕਿੰਨਾ ਵੱਡਾ ਭਰੋਸਾ ਇਹ ਕੁਝ ਉਹਨਾਂ ਦੀਆਂ ਉਮੀਦਾਂ ਕਿ ਸਾਡੇ ਲਈ ਜੋ ਸ਼ਾਇਦ ਪਹਿਲਾਂ ਨਹੀਂ ਹੋਇਆ ਉਹ ਹੋਏਗਾ ਕਿਉਂਕਿ ਚੋਣਾਂ ਦੇ ਦੌਰਾਨ ਜਾਂ ਫਿਰ ਜਦੋਂ ਵੀ ਆਮ ਲੋਕਾਂ ਦੀ ਕਚਹਿਰੀ ਦੇ ਵਿੱਚ ਭਗਵੰਤ ਸਿੰਘ ਮਾਨ ਹੋਣੀ ਜਾਂ ਫਿਰ ਉਹਨਾਂ ਦੇ ਬਾਕੀ ਨੁਮਾਇੰਦੇ ਹਾਜ਼ਰ ਹੋਏ ਤਾਂ ਉਹ ਗੱਲਾਂ ਕੀਤੀਆਂ ਗਈਆਂ ਉਹ ਸਭ ਭਰੋਸੇ ਦਿੱਤੇ ਗਏ ਲੋਕਾਂ ਨੂੰ ਇਹ ਅਹਿਸਾਸ ਹੋਇਆ ਕਿ ਸ਼ਾਇਦ ਸਾਡੇ ਵਿੱਚੋਂ ਉੱਠਿਆ ਇੱਕ ਸ਼ਖਸ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇਗਾ ਤਾਂ ਸਾਡੀਆਂ ਦੁੱਖ ਤਕਲੀਫਾਂ ਨੂੰ ਭਲੀਭਾਂ ਸਮਝੇਗਾ ਤਾਂ ਕੀ ਮੁੱਖ ਮੰਤਰੀ ਦੀ ਕੁਰਸੀ ਤੇ ਪਹੁੰਚਣ ਤੇ ਬਾਅਦ ਕੀ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਸਿੰਘ ਮਾਨ ਹੋਣੀ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੇ ਵਿੱਚ ਕਾਮਯਾਬ ਹੋ پا ਰਹੇ ਨੇ ਕੀ ਲੋਕਾਂ ਦਾ ਭਰੋਸਾ ਜੁੱਤਨ ਦੇ ਵਿੱਚ ਕਾਮਯਾਬ ਹੋ ਪਾ ਰਹੇ ਨੇ ਕਿ ਲੋਕਾਂ ਦੀਆਂ ਉਹਨਾਂ ਉਮੀਦਾਂ ਨੂੰ ਪੂਰਾ ਕਰਨ ਵੱਲ ਵਧ ਰਹੇ ਨੇ ਕਿੰਨੇ ਕ ਚੈਲੰਜ ਨੇ ਕਿੰਨੀਆਂ ਕ ਚੁਣੌਤੀਆਂ ਨੇ ਤੇ ਉਹਨਾਂ ਚੁਣੌਤੀਆਂ ਨੂੰ ਸਰ ਕਰਨ ਦੇ ਲਈ ਆਖਿਰ ਕਿਹੜੀਆਂ-ਕਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਇੱਕ ਬਾਰਡਰ ਸੂਬਾ ਸਰਹੱਦ ਤੇ ਬੈਠਾ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੀ ਹੈ ਔਰ ਅਨੇਕਾਂ ਮੁਸ਼ਕਲਾਂ ਉਸ ਸਰਹੱਦ ਦੇ ਚੱਲਦਿਆਂ ਨਸ਼ੇ ਦੀ ਵੱਡੀ ਸਮੱਸਿਆ ਦਾ ਸਾਹਮਣਾ ਕਰਦਾ ਹੈ ਪੰਜਾਬ ਗੈਂਗਸਟਰਵਾਦ ਜਿਹਨੂੰ ਲੈ ਕੇ ਅਨੇਕਾਂ ਸਵਾਲ ਉੱਠਦੇ ਨੇ ਅਨੇਕਾਂ ਇਲਜ਼ਾਮ ਲੱਗਦੇ ਨੇ ਕਿ ਸੂਬਾ ਆਖਿਰ ਨਸ਼ੇ ਔਰ ਗੈਂਗਸਟਰਵਾਦ ਦੇ ਹਾਲਾਤਾਂ ਦੇ ਵਿੱਚੋਂ ਕਿਵੇਂ ਬਾਹਰ ਆਏਗਾ ਕਿ ਸੂਬੇ ਨੂੰ ਕਿਵੇਂ ਰੰਗਲਾ ਪੰਜਾਬ ਬਣਾਇਆ ਜਾਏਗਾ ਪੰਜਾਬ ਦੀ ਜਦੋਂ ਵੀ ਗੱਲ ਹੁੰਦੀ ਆ ਤਾਂ ਇੱਕ ਹੱਸਦੇ ਖੇਡਦੇ ਚਿਹਰੇ ਨਜ਼ਰ ਆਉਂਦੇ ਨੇ ਜਦੋਂ ਵੀ ਕਿਸੇ ਬਾਹਰਲੇ ਵਿਅਕਤੀ ਦੇ ਜ਼ਿਹਨ ਦੇ ਵਿੱਚ ਪੰਜਾਬ ਦੀ ਤਸਵੀਰ ਆਏਗੀ ਜਦੋਂ ਪੰਜਾਬ ਬਾਰੇ ਜ਼ਿਕਰ ਕਰੇਗਾ ਪੰਜਾਬ ਦੀ ਗੱਲ ਕਰੇਗਾ ਤਾਂ ਪਹਿਲਾਂ ਉਸ ਨੂੰ ਹਸਦੇ ਖੇੜਦੇ ਸ਼ੈਲ ਸ਼ਬੀਲੇ ਇਥੋਂ ਦੇ ਪੰਜਾਬੀ ਨਜ਼ਰ ਆਉਂਦੇ ਨੇ ਤਾਂ ਜੇ ਉਹ ਚਿਹਰੇ ਲੋਕਾਂ ਦੇ ਜ਼ੈਨ ਦੇ ਵਿੱਚ ਨੇ ਉਹ ਹਸਦਾ ਖੇੜਦਾ ਹਰਿਆ ਭਰਿਆ ਪੰਜਾਬ ਲੋਕਾਂ ਦੇ ਜ਼ੈਨ ਦੇ ਵਿੱਚ ਆ ਤਾਂ ਕੀ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕ ਉਸੇ ਰੰਗਲੇ ਪੰਜਾਬ ਨੂੰ ਵੇਖ ਪਾ ਰਹੇ ਨੇ ਕੀ ਪੰਜਾਬ ਰੰਗਲਾ ਪੰਜਾਬ ਬਣ ਗਿਆ ਸਾਰੇ ਸਵਾਲਾਂ ਦੇ ਜਵਾਬ ਤੇ ਉਸ ਰੰਗਲੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਰੋਡ ਮੈਪ ਪੇਸ਼ ਕਰਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਣੀ ਪਹੁੰਚ ਗਏ ਨੇ ਔਰ ਆਮ ਲੋਕਾਂ ਦੀ ਕਚਹਿਰੀ ਦੇ ਵਿੱਚ ਪੇਸ਼ ਹੋਣਾ ਅੱਜ ਭਗਵੰਤ ਸਿੰਘ ਮਾਨ ਹੋਣਾ ਨੇ ਨਵਾਂ ਸਾਲ ਨਵਾਂ ਵਿਜ਼ਨ ਬੜੀਆਂ ਉਮੀਦਾਂ ਨੇ ਤਾਂ ਭਗਵੰਤ ਸਿੰਘ ਮਾਨ ਹੋਣੀ ਪਹੁੰਚ ਗਏ ਨੇ ਮੁੱਖ ਮੰਤਰੀ ਪੰਜਾਬ ਤਾਂ ਬੜੀਆਂ ਉਮੀਦਾਂ ਨੇ ਮਾਨ ਸਾਹਿਬ ਲੋਕਾਂ ਨੂੰ ਬਹੁਤ ਉਮੀਦਾਂ ਨੇ ਤੁਾਨੂੰ ਇਸ ਕੁਰਸੀ ਤੇ ਬਿਠਾਉਣ ਲਈ ਮੈਨੂੰ ਲੱਗਦਾ ਤੁਹਾਡੇ ਤੋਂ ਬੜਾ ਜ਼ੋਰ ਆਮ ਲੋਕਾਂ ਨੇ ਲਾਇਆ ਤੇ ਉਹਨਾਂ ਲੋਕਾਂ ਨੂੰ ਹੁਣ ਉਮੀਦਾਂ ਬੜੀਆਂ ਨੇ ਤੇ ਕਦੋਂ ਪੂਰੀਆਂ ਹੋਣਗੀਆਂ ਤਾਂ ਕਿ ਕੁਝ ਰੋਡ ਮੈਪ ਹੈ ਉਹਨਾਂ ਸਾਰਿਆਂ ਦੇ ਬਾਰੇ ਅੱਜ ਚਰਚਾ ਹੋਵੇਗੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨੋਰਾਂ ਦੇ ਨਾਲ ਪੀਐਨ ਪਾਹ ਕਈਆਂ ਨੂੰ ਕਿਸਮਤ ਨੇ ਬਹੁਤ ਲਿਖਾਇਆ ਪਰ ਤੁਹਾਡੀ ਮਿਹਨਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਤੁਸੀਂ ਸੀਐਮ ਦੀ ਕੁਰਸੀ ਤੱਕ ਆ ਪਹੁੰਚੇ ਯੂ ਆਰ ਅ ਟ੍ਰੂ ਇਨਸਪੀਰੇਸ਼ਨ ਪੰਜਾਬੀਆਂ ਦੇ ਲਈ ਸ਼ੋਅ ਦੀ ਸ਼ੁਰੂਆਤ ਤੋਂ ਪਹਿਲਾਂ ਕੈਨ ਵੀ ਹੈਵ ਦਏ ਵੀ ਪਲੀਜ਼ ਪੰਜਾਬ ਦੇ ਮਾਨ ਨੂੰ ਸਿਖਰਾਂ ਵੱਲ ਲਿਜਾਣ ਦੀ ਸਿਰੜ ਤੇ ਸਿਦਕ ਨੇ ਇੱਕ ਸ਼ਖਸ ਨੂੰ ਕਲਾ ਦੇ ਮੰਚ ਤੋਂ ਸਿਆਸੀ ਮੰਚ ਤੇ ਲਿਆਂਦਾ ਮਾਲਵੇ ਦੀ ਮਿੱਟੀ ਦੀ ਮਹਿਕ ਨੂੰ ਸੂਬੇ ਦੀ ਤਰੱਕੀ ਲਈ ਮਿੱਥੇ ਆਪਣੇ ਮਨਸੂਬਿਆਂ ਦਾ ਆਧਾਰ ਬਣਾ ਕੇ ਸੂਬੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਜੋ عہد ਇਸ ਇੱਕ ਸ਼ਖਸ ਨੇ ਲਿਆ ਉਸ ਵਿੱਚ ਸਕੂਲਾਂ ਵਿੱਚ ਪੜਨ ਵਾਲੇ ਬੱਚਾ ਨਹੀਂ ਚੰਗੇ ਭਵਿੱਖ ਦੀ ਉਡਾਰੀ ਹੈ ਤਾਂ ਵਿਦੇਸ਼ਾਂ ਦੀ ਉਡਾਰੀ ਦਾ ਖ਼ਾਬ ਵੇਖ ਰਹੀ ਨੌਜਵਾਨ ੀੜੀ ਨੂੰ ਆਪਣੀ ਧਰਤੀ ਤੇ ਹੀ ਸਾਰੀਆਂ ਸਹੂਲਤਾਂ ਦੇਣ ਦੀ ਯਤਰੀ ਵੀ ਹੈ ਉਸ ਵਿੱਚ ਸੂਬੇ ਦੀ ਸਿਹਤ ਦੇ ਲਈ ਨਾ ਸਿਰਫ਼ ਚੰਗੀ ਆਬੋ ਹਵਾ ਦਾ ਫਲਸਫਾ ਹੈ ਸਗੋਂ ਮੈਡੀਕਲ ਸਹੂਲਤਾਂ ਨੂੰ ਲੋਕਾਂ ਦੇ ਸਭ ਤੋਂ ਨੇੜੇ ਲੈ ਜਾਣ ਦੀ ਕੋਸ਼ਿਸ਼ ਵੀ ਹੈ ਉਸ ਵਿੱਚ ਕਿਸਾਨੀ ਲਈ ਬੀਤੇ ਕੱਲ ਦੀਆਂ ਕੌੜੀਆਂ ਯਾਦਾਂ ਨੂੰ ਭੁਲਾਣ ਅਤੇ ਯਤਨ ਆਉਣ ਵਾਲੇ ਕੱਲ ਨੂੰ ਰਲ ਕੇ ਖੁਸ਼ਹਾਲ ਬਣਾਉਣ ਦਾ ਦਾ ਸੂਬੇ ਵਿੱਚ ਕਾਨੂੰਨ ਵਿਵਸਥਾ ਕਾਇਮ ਕਰਕੇ ਪੁਰ ਅਮਨ ਚੈਨ ਦਾ ਅਹਿਸਾਸ ਆਮ ਲੋਕਾਂ ਨੂੰ ਜਵਾਨ ਦੀ ਤਿਆਰੀ ਹੋਈ ਹੈ। ਬਿਜਲੀ ਦੇ ਮਹਿੰਗੇ ਬਿੱਲਾਂ ਨੂੰ ਸਿਫਰ ਕਰ ਦਿੱਤਾ ਗਿਆ ਹੈ ਤਾਂ ਸਨਤੀ ਖੇਤਰ ਵਿੱਚ ਨਿਵੇਸ਼ਕਾਂ ਨੇ ਵੀ ਸਰਕਾਰ ਦੇ ਖੁੱਲ੍ਹ ਦਿਲੀ ਵਾਲੇ ਸੱਦੇ ਨੂੰ ਸਵੀਕਾਰ ਕੀਤਾ ਹੈ। ਇਹ ਸਾਰੀ ਧਿਆਰੀ ਇਹ ਕੋਸ਼ਿਸ਼ ਜੇ ਸ਼ਖਸੀ ਕਮਾਨ ਮੂਰਤ ਰੂਪ ਲੈ ਰਹੀ ਹੈ ਉਹ ਸ਼ਖਸ ਕੋਲੋਂ ਹੀ ਅੱਜ ਰਾਈジング ਪੰਜਾਬ ਦੇ ਮੰਚ ਤੋਂ ਬਦਲਾਵ ਵਾਲੇ ਇਸ ਵਿਜ਼ਨ ਬਾਰੇ ਹੋਣਗੇ ਸਵਾਲ ਤਮਾ ਉਹ ਸ਼ਖਸੀਅਤ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤਾਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਇੱਕ ਛੋਟੇ ਜਿਹੇ ਪਿੰਡ ਸਧਾਰਨ ਪਿੰਡ ਸਤੌਜ ਦੇ ਵਿੱਚੋਂ ਉੱਠਿਆ ਮਾਸਟਰ ਦਾ ਮੁੰਡਾ ਭਗਵੰਤ ਸਿੰਘ ਮਾਨ ਉਹਨਾਂ ਪਿੰਡਾਂ ਦੇ ਵਿੱਚੋਂ ਉੱਠ ਕੇ ਇੱਥੇ ਪਹੁੰਚੇ ਪਿੰਡਾਂ ਦੇ ਵਿੱਚ ਮੈਨੂੰ ਲੱਗਦਾ ਪੰਚੀ ਸਰਪੰਚੀ ਤੱਕ ਆਮ ਘਰਾਂ ਦੇ ਮੁੰਡੇ ਸੋਚਦੇ ਆ ਪਰ ਪੰਜਾਬ ਦੇ ਲੋਕਾਂ ਨੇ ਇੰਨਾ ਭਰੋਸਾ ਜਤਾਇਆ ਕਿ ਮੁੱਖ ਮੰਤਰੀ ਬਣਤਾ ਮਾਨ ਸਾਹਿਬ ਮੈਨੂੰ ਲੱਗਦਾ ਛੋਟੇ ਹੁੰਦੇ ਤੁਸੀਂ ਗੱਲਾਂ ਤਾਂ ਜਰੂਰ ਮੁੱਖ ਮੰਤਰੀ ਬਣਦੀਆਂ ਕਰਦੇ ਰਹੇ ਪਰ ਉਹ ਸੁਪਨਾ ਉਹ ਪੂਰਾ ਹੋਣਾ ਆਮ ਲੋਕਾਂ ਦਾ ਭਰੋਸਾ ਜਿਹੜਾ ਤੁਹਾਡੇ ਤੇ ਉਸ ਭਰੋਸੇ ਨੂੰ ਕਿਵੇਂ ਪੂਰਾ ਕਰਨਾ ਉਹ ਹੁਣ ਇੱਕ ਵੱਡਾ ਚੈਲੰਜ ਵੱਡੀ ਚੁਣੌਤੀ ਖਾਸ ਕਰਕੇ ਉਹਨਾਂ ਹਾਲਾਤਾਂ 'ਚ ਜਦੋਂ ਪੰਜਾਬ ਦੇ ਸਾਹਮਣੇ ਅਨੇਕਾਂ ਚੁਣੌਤੀਆਂ ਨੇ ਵੱਡੇ ਚੈਲੰਜ ਨੇ ਚਾਹੇ ਉਹ ਸੂਬੇ ਦੇ ਚਾਹੇ ਸਰਹੱਦ ਦੇ ਚਾਹੇ ਪੰਜਾਬ ਦੇ ਅੰਦਰੂਨੀ ਤੇ ਚਾਹੇ ਫਿਰ ਕੇਂਦਰ ਨਾਲ ਪੰਗੇ ਹੋਣ ਐਸੇ ਹਾਲਾਤਾਂ ਦੇ ਵਿੱਚ ਕਿਵੇਂ ਪੰਜਾਬ ਦੀਆਂ ਇਹਨਾਂ ਸਮੱਸਿਆਵਾਂ ਦੇ ਨਾਲ ਨਜਿੱਠ ਕੇ ਰੰਗਲਾ ਪੰਜਾਬ ਹੱਸਦਾ ਖੇਡਦਾ ਉਹੀ ਲੋਕਾਂ ਦੇ ਜ਼ਹਿਨ ਦੇ ਵਿੱਚ ਜਿਹੜੀ ਤਸਵੀਰ ਚੱਲਦੀ ਆ ਹੱਸਦੇ ਖੇਡਦੇ ਭੰਗੜੇ ਪਾਉਂਦੇ ਲੋਕਾਂ ਦਾ ਪੰਜਾਬ ਕਦੋਂ ਬਣੇਗਾ ਅਨੇਕਾਂ ਸਵਾਲ ਨੇ ਤੇ ਸਾਰੇ ਸਵਾਲਾਂ ਤੇ ਜਵਾਬ ਤੇ ਰੋਡ ਮੈਪ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਣੀ ਪੇਸ਼ ਕਰਨਗੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਸਾਡੇ ਸਹਿਯੋਗੀ ਸਾਡੇ ਸਾਥੀ ਗੌਰਵ ਸ਼ੁਕਲਾ ਤੇ ਪੰਕਜ ਕਪਾਈ ਓਵਰ ਟੂ ਯੂ ਗੌਰਵ ਐਂਡ ਪੰਕਜ ਸ਼ੁਕਰੀਆ ਨਵਿੰਦਰ ਮੈਂ ਸ਼ੁਰੂਆਤ ਕੁਝ ਲਾਈਨਾਂ ਦੇ ਨਾਲ ਕਰਦਾ ਹਾਂ ਸੀਐਮ ਸਰ ਕਹਿੰਦੇ ਆ ਮਿਹਨਤ ਇਤਨੀ ਖਾਮੋਸ਼ੀ से ਕਰੋ ਕਿ ਆਪਕੀ ਕਾਮਯਾਬੀ ਸ਼ੋਰ ਮਚਾ ਦੇ ਤੁਹਾਡੀ ਕਾਮਯਾਬੀ ਦਾ ਸ਼ੋਰ ਹੈ ਪੰਜਾਬ ਨਹੀਂ ਦੇਸ਼ ਨਹੀਂ ਬਲਕਿ ਦੁਨੀਆ ਦੇ ਵਿੱਚ ਹੈ ਬਹੁਤ ਬਹੁਤ ਸਵਾਗਤ ਆ ਸਰ న్యూਸ 18 ਇਨ ਪੰਜਾਬ ਦੇ ਇਸ ਮੰਚ ਦੇ ਉੱਤੇ ਤੁਸੀਂ ਸਾਨੂੰ ਸਮਾਂ ਦਿੱਤਾ ਤੁਸੀਂ ਇੱਥੇ ਪਹੁੰਚੇ ਹੋ ਬਹੁਤ ਬਹੁਤ ਮਿਹਰਬਾਨੀ న్యూਸ 18 ਦੇ ਸਾਰੀ ਟੀਮ ਜਿਹੜੀ ਕਿ ਭਾਵੇਂ ਪਰਦੇ ਤੇ ਆ ਭਾਵੇਂ ਪਰਦੇ ਦੇ ਪਿੱਛੇ ਕੰਮ ਕਰ ਰਹੀ ਹੈ ਔਰ ਪੰਕਜ ਜੀ ਗੌਰਵ ਜੀ ਔਰ ਸਭ ਤੋਂ ਅਹਿਮ ਜਿਹੜੇ ਮੇਰੇ ਸਾਹਮਣੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪਣਾ ਨਾਮ ਨਾ ਖੱਟਣ ਵਾਲੇ ਪੰਜਾਬੀ ਤੇ ਉਹ ਦੇ ਮੇਰੇ ਪੰਜਾਬ ਦੇ ਲੋਕ ਮਿਹਨਤੀ ਲੋਕ ਜਿਹੜੇ ਲੱਖਾਂ ਦੀ ਗਿਣਤੀ ਚ ਇਸ ਵਕਤ ਪੂਰੀ ਦੁਨੀਆ ਚ ਬੈਠੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮਾਧਿਅਮ ਰਾਹੀਂ ਦੇਖ ਰਹੇ ਹੋਣਗੇ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਤਾੜੀਆਂ ਦੇ ਨਾਲ ਸਰਦਾ ਸਵਾਗਤ ਆਪਾਂ ਕਰ ਦਿੰਦੇ ਆਂ ਸ਼ੁਕਰੀਆ ਬਹੁਤ ਬਹੁਤ ਸਰ ਆਪਾਂ ਸਵਾਲ ਜਵਾਬ ਦਾ سلسلہ ਸ਼ੁਰੂ ਕਰਦੇ ਆਂ ਅੱਜ ਅਸੀਂ ਇਸ ਪ੍ਰੋਗਰਾਮ ਨੂੰ ਨਵਾਂ ਸਾਲ ਨਵਾਂ ਵਿਜ਼ਨ ਇੱਕ ਨਾਮ ਦੇਣ ਦੀ ਕੋਸ਼ਿਸ਼ ਕੀਤੀ ਹੈ 2022 ਤੋਂ ਪਹਿਲਾਂ ਜਦੋਂ ਤੁਹਾਡੀ ਸਰਕਾਰ ਨਹੀਂ ਬਣੀ ਸੀ ਕਲਗ ਟਾਰਗੇਟ ਸੀ ਤੁਹਾਡੇ ਸਰਕਾਰ ਬਣਨ ਦੇ ਤੇ ਉਸ ਤੋਂ ਬਾਅਦ ਦੇ ਹੁਣ ਕਰੀਬ ਕਰੀਬ 2 ਸਾਲ ਹੋ ਚੁੱਕੇ ਨੇ ਮੈਂ ਸਾਲ ਨੂੰ ਹੀ ਧਿਆਨ ਦੇ ਵਿੱਚ ਰੱਖ ਕੇ ਤੁਹਾਡੇ ਤੋਂ ਪਹਿਲਾ ਸਵਾਲ ਪੁੱਛਦਾ ਕਿ 2024 ਦੇ ਵਿੱਚ ਤੁਹਾਡੇ ਤੁਹਾਡੀ ਸਰਕਾਰ ਦੇ ਕੀ ਟਾਰਗੇਟਸ ਨੇ ਕੀ ਪੰਜਾਬੀਆਂ ਤੱਕ ਕਿਹੜੀ ਸਹੂਲਤ ਜਿਹੜੀ ਪਿਛਲੇ 1.5 ਸਾਲ ਚ ਤੁਹਾਨੂੰ ਲੱਗਦਾ ਕਿ ਹਾਂ ਇਹ ਨਹੀਂ ਹੋ ਪਾਇਆ ਤੇ ਅਸੀਂ ਇਸ ਸਾਲ ਉਹ ਮੇਰੇ ਜ਼ਿਹਨ ਦੇ ਵਿੱਚ ਹੈ ਮੈਂ ਜ਼ਰੂਰ ਪਹੁੰਚਾਂਗਾ ਜ਼ਹਿਨ 'ਚ ਤਾਂ ਬਹੁਤ ਕੁਝ ਚੱਲ ਰਿਹਾ ਹੈ ਬਹੁਤ ਕੁਝ ਕਰਨ ਵਾਲਾ ਪਿਆ ਹੈ ਆਲਰੇਡੀ 70 75 ਸਾਲ ਲੇਟ ਹੋ ਚੁੱਕੇ ਆ ਇੰਪਲੀਮੈਂਟੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ ਪਹਿਲਾਂ ਤਾਂ ਨਕਸ਼ਾ ਬਣਾਈਏ ਫਿਰ ਨਕਸ਼ੇ ਤੇ ਬਿਲਡਿੰਗਾਂ ਬਣਨ ਸੁਪਨਿਆਂ ਦੀਆਂ ਬਿਲਡਿੰਗਾਂ ਬਣਨ ਉਮੀਦਾਂ ਦੀਆਂ ਬਿਲਡਿੰਗਾਂ ਤਰੱਕੀ ਦੀਆਂ ਬਿਲਡਿੰਗਾਂ ਹਕੀਕਤ ਦੀਆਂ ਬਿਲਡਿੰਗਾਂ ਬਣਨ ਸੋ 2024 ਦੇ ਵਿੱਚ ਬਹੁਤ ਸਾਰੇ ਕੰਮ ਸੋਚੇ ਹੋਏ ਨੇ ਕਿ 2024 ਪੰਜਾਬ ਨੂੰ ਜਿੱਥੇ ਦੇਖਣਾ ਚਾਹੁੰਦੇ ਆ ਉੱਥੇ ਪਹੁੰਚਾਈਏ ਕਿਉਂਕਿ ਲੋਕਾਂ ਨੇ ਜਿਸ ਤਰ੍ਹਾਂ ਨਪਿੰਦਰ ਇਸ ਤੋਂ ਪਹਿਲਾਂ ਕਹਿ ਰਿਹਾ ਸੀ ਕਿ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੇ ਲੋਕਾਂ ਨੇ ਤਾਂ ਜ਼ਿੰਮੇਵਾਰੀ ਆਪਣੀ ਨਿਭਾਤੀ ਹੁਣ ਜ਼ਿੰਮੇਵਾਰੀ ਨਿਭਾਉਣ ਦਾ ਫਰਜ਼ ਸਾਡਾ ਹੈ ਔਰ ਉਮੀਦਾਂ ਵੱਧ ਜਾਂਦੀਆਂ ਨੇ ਬਹੁਤ ਜਦੋਂ ਇਸ ਲੈਵਲ ਦਾ ਫਤਵਾ ਮਿਲੇ ਜੀ ਮੈਂ ਇੱਕ ਦਿਨ ਪੁਰਾਣਾ ਤੁਹਾਡਾ ਕਿਉਂਕਿ ਉਸ ਦਿਨ ਮੈਂ ਬਹੁਤ ਬਿਜ਼ੀ ਸੀ ਕਈ ਵਾਰੀ ਮੈਂ ਪੁਰਾਣੇ ਜਿਸ ਦਿਨ ਰਿਜ਼ਲਟ ਆਇਆ ਸੀ ਜੀ ਤੁਹਾਡਾ ਤੇ ਬਿਜ਼ੀ ਬਰਾੜ ਜੀ ਦਾ ਚੱਲ ਰਿਹਾ ਸੀਗਾ ਲਾਈਵ ਬਿਲਕੁਲ ਤੇ ਜਦੋਂ ਰੁਝਾਨ ਆਉਣ ਲੱਗੇ ਹੂੰ ਕਾਂਗਰਸ 6 ਅਕਾਲੀ ਦਲ 4 ਦਿਆਮਾਨੀ ਪਾਰਟੀ 1 ਤਾਂ ਉਸ ਵੇਲੇ ਤੁਸੀਂ ਕਹਿੰਦੇ ਸੀਗੇ ਕਿ ਲੱਗ ਰਿਹਾ ਹੈ ਕਿ ਜਿਵੇਂ ਪੰਜਾਬ ਓਵੇਂ ਜਿਵੇਂ ਚੱਲ ਰਿਹਾ ਹੈ ਪਰ ਸਹੀ 15-20 ਮਿੰਟਾਂ ਬਾਅਦ ਜੋ ਮਸ਼ੀਨਾਂ ਖੁੱਲ ਗਈਆਂ ਜਦੋਂ ਕਾਂਗਰਸ 6 ਅਕਾਲੀ ਦਲ 2 ਦਿਆਮਾਨੀ ਪਾਰਟੀ 35 ਹੋ ਗਈ ਤਾਂ ਤੁਹਾਡੇ ਮੂੰਹੋਂ ਵੀ ਸੁਭਾਵਿਕ ਨਿਕਲਿਆ ਸੀ ਕਿ ਇਹ ਤਾਂ ਹਨੇਰੀ ਹੈ ਇਹ ਤਾਂ ਹਨੇਰੀ ਹੈ ਇਹ ਨਹੀਂ ਹੁਣ ਰੁਕਣੀ ਸੋ ਇੱਕ ਉਮੀਦਾਂ ਦੀ ਹਨੇਰੀ ਵਗੀ ਉਹਦੇ ਚ ਪਤਾ ਨਹੀਂ ਕੌਣ ਕੌਣ ਕਿੱਡੇ ਕਿੱਡੇ ਪੁਰਾਣੇ ਬਾਬੇ ਬੋੜ ਉਖੜ ਗਏ ਮੈਂ ਉਹ ਉਹਨਾਂ ਗੱਲਾਂ ਚ ਨਹੀਂ ਪੈਂਦਾ ਕਿ ਕੌਣ ਉਖੜ ਗਏ ਚਲੋ ਉਹਨਾਂ ਦੇ ਕਰਮ ਜਾਂ ਉਹਨਾਂ ਨੇ ਕੰਮ ਹੀ ਅਹਜੇ ਕੀਤੇ ਸੀ ਕਿ ਲੋਕਾਂ ਨੇ ਨਾ ਪਸੰਦ ਕਰ ਪਰ ਸਾਡੀ ਜ਼ਿੰਮੇਵਾਰੀ ਇਸ ਗੱਲੋਂ ਵੱਧ ਗਈ ਕਿ ਲੋਕ ਕਹਿੰਦੇ ਵੀ ਹੁਣ ਇਹ ਆ ਗਏ ਤੇ ਹੁਣ ਛੇਤੀ ਛੇਤੀ ਠੀਕ ਕਰੋ ਸਾਰਾ ਕੁਝ ਔਰ ਕੰਮ ਵੀ ਲੱਗੇ ਹੋયા ਸੀ ਬਹੁਤ ਬਹੁਤ ਫਾਸਟ ਚੱਲ ਰਹੇ ਆ ਤੇ ਪਰ ਕੰਮ ਕਿਉਂਕਿ 75 ਸਾਲ ਪੁਰਾਣਾ ਉਲਝਿਆ ਹੋਇਆ ਤਾਣਾ ਕਈ ਸਿਰੇ ਲੱਭਣ ਨੂੰ ਧਾਗਿਆਂ ਦੇ ਟਾਈਮ ਲੱਗ ਜਾਂਦਾ ਅਸੀਂ ਸ਼ੁਰੂ ਕੀਤਾ ਕਿ ਵਿਧਾਇਕਾਂ ਦੀ ਇੱਕ ਪੈਨਸ਼ਨ ਹੋਊਗੀ ਭਾਵੇਂ 8 ਵਾਰ ਬਣ ਜੇ ਕੋਈ ਭਾਵੇਂ 5 ਵਾਰ ਬਣ ਜੇ ਪੈਨਸ਼ਨ ਇੱਕ ਮਿਲੂਗੀ ਖੜਾ ਹੋਣਾ ਹੈ ਵੋਟਾਂ 'ਚ ਹੋ ਨਹੀਂ ਨਾ ਸਹੀ ਕਿਉਂਕਿ ਵੋਟਾਂ ਮਿਲੇ ਹੱਥ ਬਨ ਕੇ ਕਹਿੰਦੇ ਨੇ ਸੇਵਾ ਦਾ ਮੌਕਾ ਦਿਓ ਬਾਅਦ 'ਚ ਕਹਿੰਦੇ ਨੇ ਪੰਜ ਪੈਨਸ਼ਨਾਂ ਦਿਓ ਹੁਣ ਸੇਵਾ ਦੀ ਪੈਨਸ਼ਨ ਮਿਲਦੀ ਹੈ ਜੀ ਕਿਸੇ ਨੂੰ ਤੁਹਾਡੇ ਚੋਂ ਵੀ ਕੋਈ ਐਨਜੀਓ ਚਲਾਉਂਦਾ ਹੁਣ ਉਹ ਸੇਵਾ ਦੀ ਪੈਨਸ਼ਨ ਹੁੰਦੀ ਹੈ ਪੀਜੀਆਈ ਮੂਰੇ ਮੁੰਡੇ ਲੰਗਰ ਲਾਉਂਦੇ ਆ ਪਤਾ ਨਹੀਂ ਕਿੰਨੇ ਸਾਲਾਂ ਤੋਂ ਉਹਨੂੰ ਉਹਨਾਂ ਨੇ ਕਦੇ ਪੈਨਸ਼ਨ ਮੰਗੀ ਹੈ ਪਿੰਗਲਵਾੜਾ ਕਿੰਨੇ ਸਾਲਾਂ ਤੋਂ ਸੇਵਾ ਕਰ ਰਿਹਾ ਹੈ ਜਿਹੜੇ ਅਪਾਹਜ ਲੋਕ ਨੇ ਅनाथ ਲੋਕ ਨੇ ਕਦੇ ਉਹਨਾਂ ਨੇ ਪੈਨਸ਼ਨ ਮੰਗੀ ਹੈ ਵੀ ਸਾਨੂੰ ਇੰਨੀ ਪੈਨਸ਼ਨ ਹੋਣੀ ਚਾਹੀਦੀ ਹੈ ਸੋ ਰਾਜ ਨਹੀਂ ਸੇਵਾ ਕਹਿ ਕੇ ਮੁੜ ਕੇ ਅਤਿਆਚਾਰ ਕਰਨੇ ਤੇ ਇਨਾਂ ਜਿਹਨ ਲੋਕਾਂ ਨੇ ਨਕਾਰਤਾ ਤਾਂ ਅਸੀਂ ਵੀ ਅਨਸਾਰ ਸਭ ਤੋਂ ਪਹਿਲਾਂ ਇਹੀ ਫੈਸਲਾ ਕੀਤਾ ਫਿਰ ਬਿਜਲੀ ਦਾ ਵਾਦਾ ਕੀਤਾ ਸੀ 90% ਘਰਾਂ ਨੂੰ ਅੱਜ ਬਿਜਲੀ ਦਾ ਵੀਰ ਜ਼ੀਰੋ ਆਉਂਦਾ ਪਰ ਨਾਲ ਮੈਂ ਵੀ ਕਹਿਣਾ ਚਾਹਨਾ ਬਿਜਲੀ ਬੋਰਡ ਘਾਟੇ 'ਚ ਨਹੀਂ ਹੈਗਾ ਤੇ ਬਿਜਲੀ ਬੋਰਡ ਦਾ ਜਿਹੜਾ ਰੀਸੈਂਟਲੀ ਜੋ ਹੋਇਆ ਤੁਸੀਂ 24 ਦੀ ਗੱਲ ਕਰ ਰਹੇ ਹੋ ਜੀ 24 ਦੇ ਪਹਿਲੇ ਦਿਨ 1 ਜਨਵਰੀ ਨੂੰ ਖੁਸ਼ਖਬਰੀ ਦਿੱਤੀ ਸੀ ਆਮ ਤੌਰ ਤੇ ਸਰਕਾਰਾਂ ਆਉਂਦੀਆਂ ਨੇ ਉਹ ਸਰਕਾਰੀ ਅਦਾਰਿਆਂ ਨੂੰ ਘਾਟੇ 'ਚ ਦਿਖਾ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਨੇ ਭਾਵੇਂ ਉਹ ਨਹਿਰਾਂ ਦੇ ਰੈਸਟੋਰੈਂਟ ਹਾਊਸ ਹੋਣ ਨੈਰਾਂ ਦੇ ਕਿਨਾਰੇ ਜਿਹੜੇ ਬਣਨੇ ਨੇ ਭਾਵੇਂ ਉਹ ਕੋਈ ਵੀ ਹਦਾਰਾ ਹੋਵੇ ਪਰ ਸੱਚੀ ਨੀਅਤ ਕਰਕੇ ਪੰਜਾਬ ਸਰਕਾਰ ਨੇ ਤਾਂ ਪੂਰੇ ਦੇਸ਼ 'ਚ ਇੱਕ ਉਲਟੀ ਗੰਗਾ ਵਹੀ ਹੈ ਕਿ ਪੰਜਾਬ ਸਰਕਾਰ ਨੇ ਸ਼੍ਰੀ ਗੋਇੰਦਵਾਲ ਸਾਹਿਬ ਵਾਲਾ ਜਿਹੜਾ ਥਰਮਲ ਪਲਾਂਟ ਸੀ 540 ਮੈਗਾਵਾਟ ਦਾ ਪੰਜਾਬ ਸਰਕਾਰ ਨੇ ਪ੍ਰਾਈਵੇਟ ਸੈਕਟਰ ਨੂੰ ਖਰੀਦ ਲਿਆ 1080 ਕਰੋੜ ਰੁਪਏ 'ਚ ਬਸ 540 ਜੁਲਟ ਦਾ ਜੀ ਸੋ ਕੁਝ ਤਾਂ ਨਵਾਂ ਹੋ ਰਿਹਾ ਹੂੰ ਇਹਦਾ ਮਤਲਬ ਬਿਜਲੀ ਬੋਰਡ ਘਾਟੇ 'ਚ ਨਹੀਂ ਹੈਗਾ ਕਿਉਂਕਿ ਸਾਡੇ ਕੋਲੇ ਕੋਲੇ ਦੀ ਖਾਨ ਚਲਾਈ ਅਸੀਂ ਚਾਰ ਖੰਡ ਵਾਲੀ ਜਿਹੜੀ ਪਛਵੜਾ ਉੱਥੋਂ ਇੰਨਾ ਕੋਲਾ ਆ ਰਿਹਾ ਹੈ ਕਿ ਅਸੀਂ ਜੇ ਦੂਜੇ ਬਾਕੀ ਦੋ ਹੀ ਰਹਿ ਗਏ ਹੁਣ ਹੂੰ ਪੰਜ ਨੇ ਆਪਣੇ ਕੋਲੇ ਤਿੰਨ ਸਰਕਾਰ ਦੇ ਹੋ ਗਏ ਦੋ ਰਹਿ ਗਏ ਜੇ ਉਹ ਦੋ ਵੀ ਆ ਜਾਣ ਤਾਂ ਵੀ ਸਾਡੇ ਕੋਲੇ ਇੰਨਾ ਕੋਲਾ ਹੈ ਕਿ ਅਸੀਂ ਘਾਟਾ ਨਹੀਂ ਪੈਣ ਦਿੰਦੇ ਤੇ ਪੰਜੇ ਥਰਮਲ ਪਲਾਂਟ ਸਾਰੇ ਜੁੰਟ ਚੱਲਣਗੇ ਵੀ ਸੋ ਅੱਜ ਅਸੀਂ ਸਰਪਲੱਸ ਆ ਅਸੀਂ ਦੂਜੇ ਰਾਜਾਂ ਨੂੰ ਬਿਜਲੀ ਵੇਚਦੇ ਆਂ ਭਾਨ ਸਾਹਿਬ ਇਹਦੇ ਨਾਲ ਹੀ ਜੁੜਿਆ ਸਵਾਲ ਹੈ ਕਿ ਤੁਸੀਂ ਪਿਛਲੀ ਵਾਰ ਕਿਹਾ ਸੀਗਾ ਕਿ ਜਿਹੜੇ ਸਮਝੌਤੇ ਹੋਏ ਬਿਜਲੀ ਦੇ ਜਿਹੜੇ 17 ਰੁਪਏ 15 ਰੁਪਏ ਤੱਕ ਗਿਆ ਉਸ ਦੀ ਜਾਂਚ ਕਰਵਾਈ ਜਾਏਗੀ ਹੁਣ ਖਬਰ ਮੇਰੇ ਕੋਲ ਆ ਰਹੀ ਹੈ ਮੇਰੀ ਇਹ ਖਬਰ ਸਿਗੀ ਕਿ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਵਿਜੀਲੈਂਸ ਕੋਲ ਫਾਈਲਾਂ ਚਲੇ ਗਈਆਂ ਚਾਹੇ ਸੋਲਰ ਦੇ ਸਮਝੌਤੇ ਹੋਣ ਚਾਹੇ ਉਹ ਸਮਝੌਤੇ ਹੋਣ ਨਾਮ ਕੋਈ ਹੈ ਕਿ ਸਰਕਾਰ ਦੇ ਵਿੱਚ ਕੋਈ ਮੰਤਰੀ ਸੀ ਉਸ ਵੇਲੇ ਜਾਂ ਕੋਈ ਅਫਸਰਾਂ ਦੀ ਮਿਲੀ ਭਗਤ ਸਗੀ ਯਾ ਜਿਹੜੀਆਂ ਕੰਪਨੀਆਂ ਨਾਲ ਸਮਝੌਤੇ ਹੋਏ ਉਹ ਕਿਸੇ ਉਸ ਵੇਲੇ ਦੇ ਮੰਤਰੀ ਦੇ ਸੀਗੇ ਦੇਖੋ ਸਾਰੇ ਹੀ ਰਲੇ ਹੋਏ ਸੀਗੇ ਜੀ ਹੁਣੇ ਮੈਨੂੰ ਪਤਾ ਨਹੀਂ ਲੱਗ ਰਿਹਾ ਤੁਹਾਡਾ ਸਵਾਲ ਹੈ ਜਾਂ ਸ਼ਾਬਾਸ਼ ਹੈ ਇਹ ਤੁਸੀਂ ਕਿਹਾ ਕਿ ਤੁਸੀਂ ਕਿਹਾ ਸੀ ਪੀਪੀਏ ਦੇ ਅਸੀਂ ਵਿਜੀਲੈਂਸ ਨੂੰ ਦੇਵਾਂਗੇ ਤੁਸੀਂ ਆਪ ਹੀ ਕਹਿੰਦਾ ਹਾਂਜੀ ਉਹ ਦੇਤੇ ਨਹੀਂ ਜਾਂਚ ਸ਼ੁਰੂ ਹੋ ਗਈ ਹੈ ਨਾ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਖਬਰ ਠੀਕ ਹੈ ਜਾਂਚ ਵੀ ਸ਼ੁਰੂ ਹੋ ਗਈ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਜਿਹੜੇ ਜਾਂਚ ਦੇ ਨਤੀਜੇ ਵੀ ਮਿਲਣਗੇ ਕਿਵੇਂ ਇਹਨਾਂ ਨੇ ਤੂਰਜ ਨੂੰ ਵੀ ਵੇਚਦਾ ਜੀ ਚਲੋ ਧਰਤੀ ਤੇ ਦਾ ਜੋ ਲੁੱਟਿਆ ਲੁੱਟਿਆ ਸੋਲਰ ਬਿਜਲੀ 17 17 ਰੁਪਈਆ 17 ਰੁਪਏ ਪਰ ਯੂਨਿਟ ਸੋਲਰ ਬਿਜਲੀ ਉਹ ਤਾਂ ਸੂਰਜ ਦਿੰਦਾ ਉਹਦਾ ਕੋਈ ਅੱਛਾ ਮਾਲ ਨਹੀਂ ਲੱਗਦਾ ਕੋਈ ਇਹ ਤਾਂ ਚਲੋ ਕੋਲਾ ਲੱਗਦਾ ਹੋਰ ਕਿੰਨਾ ਕੁਛ ਸੋਲਰ ਬਿਜਲੀ ਦੇ 17 17 16 16 ਰੁਪਈਆ ਦੇ ਐਗਰੀਮੈਂਟ ਨੇ ਅਸੀਂ ਐਗਰੀਮੈਂਟ ਕੀਤਾ ਦੇਸ਼ ਦਾ ਸਭ ਤੋਂ ਸਸਤਾ 1100 ਮੈਗਾਵਾਟ ਦਾ ਕੇਂਦਰ ਸਰਕਾਰ ਦੀਓ ਕੰਪਨੀ ਹੈ Rajasthan ਚ ਉਹਨਾਂ ਦੇ ਸੋਲਰ ਦੇ ਨੇ 2 ਰੁਪਏ 54 ਪੈਸੇ ਪਰ ਯੂਨਟ ਦੇਸ਼ ਦਾ ਸਭ ਤੋਂ ਸਸਤਾ ਬਿਜਲੀ ਦਾ ਐਗਰੀਮੈਂਟ ਹੈ ਜੀ 1100 ਕਿੱਥੇ 2 ਰੁਪਏ 54 ਪੈਸੇ ਕਿੱਥੇ 17 ਰੁਪਏ ਫਰਕ ਕੀ ਸੀਗਾ ਤੇ ਹੈਰਾਨੀਜਨਕ ਗੱਲ ਕੀ ਸੀ ਕੰਪਨੀਆਂ ਵੀ ਉਹਨੀਆਂ ਦੀਆਂ ਮੂਰੂ ਖਰੀਦਣ ਵਾਲੇ ਵੀ ਉਹੀ ਵੇਚਣ ਵਾਲੇ ਵੀ ਉਹੀ ਇਧਰਲੇ ਪਾਸਿਓ ਵੀ ਸਾਈਨ ਉਹਨਾਂ ਦੇ ਹੋਏ ਨੇ ਵੀ ਅਸੀਂ ਇਸ ਕੰਪਨੀ ਤੋਂ ਬਿਜਲੀ ਖਰੀਦਣਾ ਚਾਹੁੰਦੇ ਆ ਉਹ ਉਧਰਲੇ ਪਾਸੇ ਉਹਨਾਂ ਦੀ ਹੋਏ ਨੇ ਵੀ ਅਸੀਂ ਸਰਕਾਰ ਨੂੰ ਬਿਜਲੀ ਵੇਚਣੀ ਇਹ ਸਮਝੌਤੇ ਰੱਦ ਹੋਣਗੇ ਜਾਂ ਐਕਸ਼ਨ ਹੋਏਗਾ ਉਹਨਾਂ ਦੇ ਉੱਤੇ ਕੀ ਹੋਏਗਾ ਦੋਨਾਂ ਕੁਝ ਹੋਊਗਾ ਜੀ ਜਦੋਂ ਬਿジネス ਆ ਗਈ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਊਗਾ ਬਾਅਦ ਚ ਉਹ ਕਹਿਣਗੇ ਦੇਖੋ ਜੀ ਇਹ ਪਿੱਡੀਕਰ ਬਲੈਂਟਾ ਹੈ ਇਹ ਫਲਾਨਾ ਧਮਕਾ ਹੈ ਪੰਜਾਬ ਦੇ ਵਿੱਚ ਪਾਵੇਂ ਅੱਜ ਤੋਂ 5 ਸਾਲ ਪਹਿਲਾਂ ਪਾਵੇਂ 10 ਸਾਲ ਪਹਿਲਾਂ 15 ਸਾਲ ਪਹਿਲਾਂ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਮਿਹਨਤ ਦੀ ਕਮਾਈ ਦਾ ਇੱਕ ਵੀ ਪੈਸਾ ਲੁੱਟਿਆ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰ ਸਕਦੇ ਉਹਨੂੰ ਸਜ਼ਾ ਮਿਲੂਗੀ ਹਾਂ ਜਾਂਚ ਹੋਊਗੀ ਅੱਗੇ ਮਾਣਿਓ ਕੋਰਟਾਂ ਨੇ ਜ਼ਮਾਨਤ ਦੇਣਨ ਜ਼ਮਾਨਤ ਦੇ ਦੇ ਤੁਸੀਂ ਕੰਪਨੀ ਦਾ ਜ਼ਿਕਰ ਕੀਤਾ ਕਿ ਸਰਕਾਰ ਦੇ ਵਿੱਚ ਬੈਠੇ ਸੀ ਨਾਮ ਹੈ ਤੁਹਾਡੇ ਕੋਲ ਨਾਮ ਦੱਸ ਸਕਦੇ ਹੋ ਕਿਹੜੇ ਸੀਗੇ ਜਿਨ੍ਹਾਂ ਨੇ ਸਰਕਾਰ ਚ ਬੈਠ ਕੇ ਜਿਨ੍ਹਾਂ ਨੇ ਸਾਈਨ ਕੀਤੇ ਤਾਂ ਮਤਲਬ ਸਰਕਾਰ ਚ ਸੀ ਤੇ ਜਿਨ੍ਹਾਂ ਦੀਆਂ ਕੰਪਨੀਆਂ ਨੇ ਇਹਦਾ ਮਤਲਬ ਸਰਕਾਰ ਨਾਲ ਭਾਗੀਦਾਰ ਸੀ ਆਪਸ ਚ ਸਾਰੇ ਇਹੀ ਨੇ ਜੀ ਪੁੱਤ ਭਤੀਜੇ ਸਾਲੇ ਜੀਚ ਇੱਕ ਪਲਾਂਟ ਦੇ ਨਾਲ ਸਵਾਲ ਜੁੜਿਆ ਹੋਇਆ ਕਿਉਂਕਿ ਵਿਰੋਧੀ ਕਹਿ ਰਹੇ ਨੇ ਕਿ ਇੱਕ ਤਾਂ ਚਿੱਟਾ ਹਾਥੀ ਖਰੀਦ ਲਿਆ ਇਹ ਕਹਿੰਦੇ ਉਹਦੇ ਉੱਪਰ ਕਰਜ਼ਾ ਬਹੁਤ ਹੈ ਪਲਾਂਟ ਦੇ ਉੱਪਰ ਉਹ ਕੌਣ ਦੇਊਗਾ ਪੰਜਾਬ ਦੇਗਾ ਕੌਣ ਦੇਗਾ ਮੈਨੂੰ ਬਹੁਤ ਤਰਸ ਆਉਂਦਾ ਹੈ ਕਿ ਕਨਵੈਂਟ ਸਕੂਲਾਂ 'ਚ ਪੜੇ ਹੋਏ ਜਿਹੜੇ ਨੇ ਉਹ ਬਿਨਾਂ ਫਿਗਰ ਤੋਂ ਆ ਜਾਂਦੇ ਨੇ ਇਹ ਗੱਲ ਕਿਹਨੇ ਕਹੀ ਹੈ ਕਿ 6000 ਕਰੋੜ ਉਹਦਾ ਜਿਹੜਾ ਕਰਜ਼ਾ ਸੀ ਉਹ ਵੀ ਆਪਾਂ ਨੂੰ ਦੇਣਾ ਪਊਗਾ ਕਿਹਨੇ ਕਹੀ ਤੁਹਾਡੇ ਆਪੋਜੀਸ਼ਨ ਦੇ ਜਿਹੜੇ ਲੀਡਰਸ ਹੈ ਨੇ ਮੈਂ ਸਪੈਸੀਫਿਕ ਨਾਮ ਲਵਾਂ? ਹਾਂ ਨਾਮ ਲੇ ਲਵਾਂ। ਮੈਂ ਲੱਗਦਾ ਨਾ। ਤੁਸੀਂ ਲੇ ਲਵੋ। ਨਵਜੋ ਸਿੰਘ ਸਿੱਧੂ ਨੇ। ਠੀਕ ਹੈ? ਹੂੰ। ਨਵਜੋ ਸਿੰਘ ਸਿੱਧੂ ਨੇ ਕਹੀ ਗੱਲ। ਤੇ ਜਦੋਂ ਇਹ ਕੋਈ ਮੁਕਸਰ ਵਾਲੀ ਮੰਡੀ ਚੋਂ ਮੱਚ ਨਹੀਂ ਖਰੀਦੀ ਅਸੀਂ, ਥਰਮਲ ਪਲਾਂਟ ਖਰੀਦਿਆ ਜੀ। ਹੂੰ। ਉਹ ਸੈਂਟਰ ਸਰਕਾਰ ਦੀਆਂ ਕੰਪਨੀਆਂ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ ਕਿ ਆਹ ਥਰਮਲ ਪਲਾਂਟ ਹੁਣ ਇਹਨਾਂ ਦਾ ਹੋ ਗਿਆ। ਜਦੋਂ ਉਹਦੀ ਕੈਪੀਟਲ ਕਾਸਟ ਹੀ ਉਨ ਨੇ 1300 ਕੁਛ ਕਰੋੜ ਲਈ ਹੈ ਤੇ ਅਸੀਂ 1080 ਚ ਖਰੀਦ ਲਿਆ ਫਿਰ ਪੈਸੇ ਕਾਹਦੇ ਦੇਣੇ ਆ ਜੀ ਕਾਹਦਾ 6000 ਕੋਟ ਦੇਣਾ ਐ ਐਵੇਂ ਲੋਕਾਂ ਨੂੰ ਤੁਸੀਂ ਮਿਸ ਗਾਈਡ ਕਰੀ ਜਾਂਦੇ ਹੋ ਲਿਟਲ ਨੋਲਜ ਇਜ਼ ਟੂ ਡੇਂਜਰਸ ਘੱਟ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਐ ਇੱਕ ਕਨਵੈਂਟ ਵਿੱਚ ਪੜਿਆ ਹੋਇਆ ਨਾ ਮੈਨੂੰ ਪਾਈ ਗॉड ਕੀ ਕਰਾਂ ਮੈਂ ਇਹਨਾਂ ਦਾ ਇਹਨਾਂ ਦੀ ਲੈਂਗੁਏਜ ਦੇਖੋ ਪਹਿਲਾਂ ਤਾਂ ਆ ਜਿਹੜੇ ਜਿਹੜੇ ਹੈਗੇ ਨਾ ਬ੍ਰੋਤੀਪਾਤੀ ਵਾਲੇ ਸਾਰੇ ਕਨਵੈਂਟੇਰੀਅਨ ਨੇ ਜੀ ਉਹਨਾਂ ਦੀ ਲੈਂਗੁਏਜ ਦੇਖੋ ਓਏ ਉਹ ਤੂੰ ਕੀ ਕਰਦਾ ਓਏ ਓਏ ਭਗਵਾਨ ਤੋਏ ਉਹ ਤੇਰੇ ਟੀਕਾ ਘੜਾਵਾਂਗੇ ਓਏ ਉਮ ਮੁੱਛਾਂ ਕਹਾਂ ਚੱਕਤੀਆਂ ਓਏ ਇਹ ਲੈਂਗੁਏਜ ਹੈ ਇਹ ਭਾਸ਼ਾ ਇਹ ਭਾਸ਼ਾ ਜੀ ਪਿੰਡ ਚਨਪੜ ਤੋਂਨ ਪੜ ਬੰਦਾ ਵੀ ਐ ਨਹੀਂ ਬੋਲਦਾ ਫੁੱਫੜ ਜੀ ਕਹਿੰਦੇ ਆ ਸੀ ਚਾਚਾ ਜੀ ਕਹਿੰਦੇ ਆ ਭੂਆ ਜੀ ਕਹਿੰਦੇ ਆ ਇਹ ਓ ਤੂੰ ਕੀ ਕਰਦਾ ਓਏ ਲੈ ਯਾਰ ਕੜਕੀ ਆ ਜਾਂਦੇ ਨੇ ਅਜੇ 20 ਮਹੀਨੇ ਹਾਰਿਆਂ ਨੂੰ ਹੋਏ ਨੇ ਹਰੇਕ ਕਹੀ ਜਾਂਦਾ ਪੰਜਾਬ ਨੂੰ ਬਚਾਵਾਂਗੇ ਪੰਜਾਬ ਨੂੰ ਬਚਾਵਾਂਗੇ ਇਹ ਦੱਸਦਾ ਨਹੀਂ ਪੰਜਾਬ ਨੂੰ ਲੁੱਟਿਆ ਕਿਨੇ ਐ ਇੰਨਾ ਨਹੀਂ ਤਾਂ ਲੁੱਟਿਆ ਸੀ ਇੰਨਾ ਤਾਂ ਬਚਾਉਣਾ ਪੰਜਾਬ ਐਵੇਂ ਗਲਤ ਜਾਣਕਾਰੀ ਚਾਕੇ ਮੇਟਰ ਪਿਆਰੇ 6000 ਕਰੋੜ ਕੌਣ ਦੇਊਗਾ ਤੁਸੀਂ ਬੁਲਾਓ ਉਹਨਾਂ ਨੂੰ ਲੇਕਿਨ ਹੁਣ ਯਾਤਰਾ ਕਰੀਏ ਇੱਥੇ 30 ਮਿੰਟ ਤੋਂ ਉਹਨਾਂ ਨੂੰ ਬੁਲਾਓ ਯਾਰ ਇੱਥੇ ਉਹਨੂੰ ਬੁਲਾਓ ਉਹਨੂੰ ਕਿਹੜਾ 6000 ਕਰੋੜ ਦੇਣਾ ਦੱਸੋ ਲੇਕਿਨ ਫਿਰ ਮਾਫੀਆ ਮੰਗ ਲੈਂਦੇ ਬਾਅਦ ਚ ਇਹ ਅੱਛਾ ਪਹਿਲਾਂ ਆਪਸ ਚ ਲੜੀ ਗਏ ਉੱਥੇ ਅੰਮ੍ਰਿਤਸਰ ਉਹ ਲੰਬੂ ਉਹ ਤੈਨੂੰ ਮੈਂ ਐ ਕਰ ਦੂੰਗਾ ਤੈਨੂੰ ਕਰ ਦੂੰ ਬਾਅਦ ਚ ਉੱਥੇ ਇੱਕ ਫੰਕਸ਼ਨ ਤੇ ਦੋਨੇ ਜੱਫੀਆਂ ਪਾਈ ਜਾਂਦੇ ਸੀ ਮੈਂ ਲੋਕਾਂ ਨੂੰ ਬੁੱਧੂ ਬਣਾਈ ਜਾਂਦੇ ਯਾਰ ਤੁਸੀਂ ਇੱਕ ਥਾਂ 'ਤੇ ਖੜ੍ਹ ਜਾਓ ਸਾਈਕਲ ਦਾ ਵੀ ਸਟੈਂਡ ਹੁੰਦਾ ਇਹਨਾਂ ਦਾ ਕੋਈ ਸਟੈਂਡ ਨਹੀਂ ਦੋਜੀਆਂ ਦੇ ਮੋਟਰਸਾਈਕਲ ਵਾਂਗੂ ਜਿੱਦਨ ਨੂੰ ਟੇਡਾ ਕਰ ਦੋ ਉਦੋਂ ਹੀ ਖੜ ਜਾਂਦੇ ਬਸ ਲੇਕਿਨ ਹੁਣ ਯਾਤਰਾ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ ਕੀ ਤੋਂ ਪੰਜਾਬ ਬਚਾਓ ਅਕਾਲੀ ਦਲ ਦੀ ਯਾਤਰਾ ਕੱਢ ਰਹੀ ਹੈ ਇਸ ਮਹੀਨੇ ਦੇ ਆਖਰ ਪਰ ਅਕਾਲੀ ਦਲ ਤੋਂ ਤਾਂ ਬਚਾਉਣਾ ਹੈ ਪੰਜਾਬ ਅਕਾਲ ਖਮਾਲ ਅਕਾਲੀ ਦਲ ਕਹਿ ਰਿਹਾ ਪੰਜਾਬ ਬਚਾਓ ਯਾਤਰਾ ਉਹ ਭਾਈ ਤੁਹਾਡੇ ਤੋਂ ਤਾਂ ਬਚਾਉਣਾ ਹੈ ਅਜੇ ਤੁਹਾਡੇ ਤੋਂ ਹੁਣ ਤਾਂ ਬਚਾ ਕੇ ਹਟਿਆ ਅਜੇ ਸੋ ਪੰਜਾਬ ਨੂੰ ਕੁਝ ਕਰ ਲੈਣ ਦਿਓ ਉਹ ਸਰਕਾਰ ਨੂੰ ਕੁਝ ਕਰ ਲੈਣ ਦਿਓ ਕਿਉਂ ਬਾਰ ਬਾਰ ਹਾਰ ਦਿਉ ਹਾਰਨ ਤੋਂ ਬਾਅਦ ਕਹਿੰਦੇ ਨੇ ਕੋਈ ਗੱਲ ਨਹੀਂ ਇਹ ਤਾਂ ਆਏ ਹੋ ਗਿਆ ਹੁਣ ਅਗਲੀਆਂ ਚੋਣਾਂ ਚ ਦੇਖਾਂਗੇ ਮਤਲਬ 20 ਮਹੀਨੇ ਤੋਂ ਵੱਧ ਹੋ ਗਏ ਜੀ 40000 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਬੈਠਾਂ ਜੀ ਸਰਕਾਰੀ ਨੌਕਰੀਆਂ 40000 ਤੋਂ ਵੱਧ ਪਟਵਾਰੀ ਮੁੰਡੇ ਕੁੜੀਆਂ ਸਬ ਇੰਸਪੈਕਟਰ ਮੁੰਡੇ ਕੁੜੀਆਂ ਕਲਰਕ ਐਸ ਡੀਓ 40000 ਤੋਂ ਵੱਧ ਨੌਕਰੀਆਂ ਦੇ ਕੇ ਬੈਠਾਂ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਕਰਕੇ ਤੁਹਾਡੇ ਸਾਹਮਣੇ ਬੈਠਾਂ ਹੋਰ ਦੇਖੋ 664 ਹੋ ਗਏ 125 ਹੋਰ ਤੇਰਨੇ 800 ਮਹੱਲਾ ਕਲੀਨਿਕ ਜਿੱਥੇ ਕਿ 90 ਕਿਸਮ ਦੀਆਂ ਦਵਾਈਆਂ ਮਿਲਦੀਆਂ 42 ਕਿਸਮ ਦੇ ਟੈਸਟ ਹੁੰਦੇ ਨੇ ਉਹ ਖੋਲ ਕੇ ਤੁਹਾਡੇ ਸਾਹਮਣੇ ਬੈਠਾ ਸਰਕਾਰੀ ਸਕੂਲਾਂ ਦਾ ਕਾਇਆਪਲਟ ਹੋ ਰਿਹਾ ਸਕੂਲ ਆਫ ਐਮੀਨੈਂਸ ਖੁੱਲ ਰਹੇ ਨੇ ਹੈ ਜੀ ਸਟੈਂਪ ਪੇਪਰ ਦੀ ਕਲਰ ਕੋਡਿੰਗ ਕਰਤੀ ਕੋਈ ਬਾਬੂ ਕੋਈ ਫੈਕਟਰੀਆਂ ਨੂੰ ਤੰਗ ਨਹੀਂ ਕਰੂਗਾ ਗ੍ਰੀਨ ਸਟੈਂਪ ਪੇਪਰ ਲਓ ਫੈਕਟਰੀ ਖੋਲੋ ਇਹਦਾ ਮਤਲਬ ਸਾਰਾ ਕੁਝ ਅਸੀਂ ਗ੍ਰੀਨ ਸਟੈਂਪ ਪੇਪਰ ਦੇ ਵਿੱਚ ਹੀ ਪਾਤਾ ਕਿ ਸਾਰੀ ਐਨਓਸੀਜ਼ ਉਹਦੇ ਵਿੱਚ ਹੀ ਨੇ ਫੈਕਟਰੀ ਲਾਓ 60000 ਤੋਂ ਵੱਧ 60000 ਕਰੋੜ ਤੋਂ ਵੱਧ ਦਾ ਨਿਵੇਸ਼ ਇੱਥੇ ਸ਼ੁਰੂ ਕਰਕੇ ਭੂਮੀ ਪੂਜਨ ਹੋ ਗਿਆ ਗਰਾਊਂਡ ਬਾਉਂਡਰੀਆਂ ਚੱਲ ਪੀਆਂ ਉਹ ਕਰਕੇ ਬੈਠਾ ਟਾਟਾ ਸਟੀਲ ਸੈਕੰਡ ਬਿਗੇਸਟ ਆਫ ਤੋਂ ਜਮਸ਼ੇਦਪੁਰ ਲੁਧਿਆਣੇ ਚ ਲੱਗ ਰਿਹਾ ਹੈ ਸਨਾਥਨ ਟੈਕਸਟਾਈਲ ਆ ਗਿਆ ਬਰਵੀਓ ਆ ਗਈ ਫ੍ਰੈਡਨਬਰਗ ਆ ਗਈ ਮੇਰੇ ਤੇ ਟਿਪਸ ਤੇ ਪਈਆਂ ਨੇ 20 ਮਹੀਨਿਆਂ ਦੇ ਵਿੱਚ ਅਸੀਂ ਜੋ ਜੋ ਕੰਮ ਕਰੀ ਜਾਂਦੇ ਆ ਮੈਨੂੰ ਵੀ ਨਹੀਂ ਯਾਦ ਹੈਗੇ ਜਿੰਨੇ ਅਸੀਂ ਕਰ ਰਹੇ ਹਾਂ ਕਿਉਂਕਿ ਨੇਕੀ ਕਰ ਔਰ ਕੂਏ ਮੇਂ ਡਾਲ ਮੈਂ ਕੋਈ ਸਾਨ ਕਰ ਰਹੇ ਹਾਂ ਪੰਜਾਬ ਤੇ ਜੇ ਮੈਂ ਕੋਈ ਪੰਜਾਬੀਆਂ ਦੇ ਜੀਵਨ ਸਤਰ ਚ ਕੋਈ ਚੇਂਜ ਲਿਆਤਾ ਮੈਂ ਕੋਈ ਸਾਨ ਥੋੜੀ ਕਰ ਰਹੇ ਹਾਂ ਮੇਰਾ ਫਰਜ ਹੈ ਮੈਂ ਇਹ ਕੰਮ ਮੈਂ ਹੱਥ ਬੰਨ ਕੇ ਲੋਕਾਂ ਤੋਂ ਲਿਆ ਹੈ ਕਿ ਮੈਨੂੰ ਇਸ ਕੰਮ ਤੇ ਲਾਓ ਜੀ ਮੈਂ ਕਰੂੰਗਾ ਤਾਂ ਲੋਕਾਂ ਨੇ ਦਿੱਤਾ ਤਾਂ ਮੈਂ ਫਿਰ ਆਸਾਨ ਕਰਾਂ ਕਿ ਮੈਂ ਆ ਕਰਤਾ ਮੈਂ ਕਹਿਣਾ ਕਿ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਕੈਲੀਫੋਰਨੀਆ ਲੰਡਨ ਪੈਰਿਸ ਬਣਾਉਣ ਦੀ ਲੋੜ ਨਹੀਂ ਆ ਜਿਹੜੇ ਤੜਕੀ ਲੱਗ ਜਾਂਦੇ ਮੈਨੂੰ ਗਾਲਾਂ ਕੱਢਣ ਹੂੰ ਮੇਰੀ ਭੈਣ ਨੇ ਚੂੜੀ ਕਿਹੜੀ ਪਾਈ ਹੋਈ ਐ ਮੇਰੀ ਮਾਂ ਦੇ ਜੁੱਤੀ ਕਿਹੜੀ ਪਾਈ ਆਹੀ ਮੁੱਦੇ ਰਹਿ ਗਏ ਹੁਣ ਪੰਜਾਬ ਦੇ ਬਸ ਅਸੀਂ ਕੋਈ ਅਸੀਂ ਵੀ ਖਾਂਦੇ ਪੀਂਦੇ ਘਰਾਂ ਚੋਂ ਆਇਆ ਯਾਰ ਹੂੰ ਜ਼ਿਮੀਂਦਾਰਾਂ ਦੇ ਮੁੰਡੇ ਆ 15 20 ਕਿੱਲੇ ਜ਼ਮੀਨ ਐ ਐ ਤਾਂ ਨਾ ਕਰੋ ਕਿ ਅਸੀਂ ਸੜਕਾਂ ਤੋਂ ਉੱਠ ਕੇ ਆ ਗਏ ਇੱਕੋ ਕਹਿੰਦਾ ਉਹ ਵੀ ਉਹ ਵੀ ਕਾਨਵੈਂਟੇਰੀਅਨ ਐ ਇਹ ਮੋਬਾਈਲ ਰਿਪੇਅਰ ਕਰਨ ਵਾਲਾ ਆ ਗਿਆ ਜੀ ਇੱਕ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਸਾਡੇ ਸਾਹਮਣੇ ਜੀ ਅੱਛਾ ਤੁਸੀਂ ਵੀ ਹੁੰਨੇ ਹੋ ਫਿਰ ਐਮਐਲਏ ਤੇ ਐਮਪੀ ਬਣਨ ਵਾਲੇ ਹੈਂ ਅਸੀਂ ਤਾਂ ਫਿਰ ਮਟੀਰੀਅਲ ਹੋ ਗਏ ਮਾੜਾ ਮਟੀਰੀਅਲ ਹੋ ਗਿਆ ਅਸੀਂ ਇਹ ਭਗਵੰਤ ਮਾਨ ਇਹ ਸਟੇਜ ਤੇ 600 ਰੁਪਿਆ ਦਿਹਾੜੀ ਤੇ ਕੰਮ ਕਰਦਾ ਹੁੰਦਾ ਸੀ ਜੇ ਮੈਂ ਐਜ਼ ਇਨ ਆਰਟਿਸਟ 600 ਰੁਪਏ ਤੋਂ ਸ਼ੁਰੂ ਕਰ ਲਿਆ ਤੇ ਬਾਅਦ ਵਿੱਚ ਮੈਂ ਇੱਕ ਬਹੁਤ ਵੱਡੀ ਕਾਮੇਡੀ ਦੇ ਵਿੱਚ ਮੱਲ ਮਾਰੀ ਕਿ ਛੋਰਤ ਦੀਆਂ ਬਲੰਦੀਆਂ ਛੋਲੀਆਂ ਉਹ ਤੋਂ ਬਾਅਦ ਫਿਰ ਮੈਂ ਇੱਧਰ ਆ ਗਿਆ ਇੱਧਰ ਆ ਕੇ ਇਹਨੇ ਕੁਰਸੀਆਂ ਖੋਲੀਆਂ ਫਿਰ ਮਾੜਾ ਕੰਮ ਕਰਦਾ ਸੀ ਮੈਂ ਅਸੀਂ ਤਾਂ ਆਟੇ ਦੇ ਬਿਸਕਟ ਖਾਂਦੇ ਸੀ ਤੇ ਇਹਨਾਂ ਦੇ ਪਿਓ ਉਦੋਂ ਪਾਕਿਸਤਾਨ ਵਾਲੇ ਪਾਸੋਂ ਸੋਨੇ ਦੇ ਬਿਸਕੁਟ ਸਮਗਲ ਕਰਦੇ ਸੀ ਸਾਨੂੰ ਤਾਂ ਆਟਾ ਹੀ ਠੀਕ ਆ ਜੀ ਅਸੀਂ ਸੋਨੇ ਤੋਂ ਕੁਝ ਨਹੀਂ ਲੈਣਾ ਇਹ ਕਿਹੋ ਜਿਹਾ ਮਟੀਰੀਅਲ ਹੈ ਜੇ ਮੈਂ ਦੱਸਾਂ ਉਹਨਾਂ ਨੇ ਡਿਫਾਰਮੇਸ਼ਨ ਕਰਤੀ ਤੁਹਾਡੇ ਉੱਤੇ ਹਾਂ ਜੀ ਡਿਫਾਰਮੇਸ਼ਨ ਕਰਤੀ ਸਮਨ ਆਇਆ ਹੋਇਆ ਤਨੂੰ ਤੇ ਪੰਜਾਬੀ ਦੱਸਿਓ ਡਿਫਾਰਮੇਸ਼ਨ ਦੀ ਮਾਣ ਹਨੀ ਜੇ ਮਾਣ ਹੋਊਗਾ ਤਾਂ ਹੀ ਮਾਣ ਨਹੀਂ ਹੋਊਗੀ ਮਾਣ ਹੈਗਾ ਲੋਕਾਂ ਨੇ ਢੁਕਾ ਕੇ ਮਰੇ ਦੀ ਪੂੰਛ ਤੇ ਸਾਫ਼ ਕਰਤੇ ਮਾਣ ਹੈ ਨਹੀਂ ਕਹਿੰਦੇ ਸਾਡੀ ਮਾਣ ਹਨੀ ਹੋਗੀ ਹਾਂ ਭਗਵੰਤ ਮਾਨ ਦਾ ਨੀਂਹ ਜਰੂਰ ਹੋਈਓ ਮੈਂ ਮੰਨਦਾ ਉਹਦੇ ਵਿੱਚ ਹੋਰ ਜਾਓਗੇ ਹੁਣ ਤੁਸੀਂ ਜਦੋਂ ਸਮਨ ਆਏ ਨੇ ਕੋਰਟ ਜਿਵੇਂ ਖਾਰਾ ਤਰੀਕ ਦੇ ਦੇਣਾ ਬੁਲਾਉਗੇ ਮੈਂ ਜਾਊਂਗਾ ਬਲਕਿ ਜਲਦੀ ਤਰੀਕ ਪਵਾਇਆ ਕਰੂੰਗਾ ਜੀ ਕਿ ਹੋਰ ਹੋਰ ਦੱਸੀਏ ਇਹਨਾਂ ਦਾ ਜੋ ਇਹਨਾਂ ਕੋਲੇ ਸਮਾਨ ਹੈ ਨਾ ਉਹ ਆਪ ਵੀ ਭੁੱਲੇ ਬੈਠੇ ਨੇ ਸਾਡੇ ਕੋਲ ਕੀ ਕੀ ਹੈ ਤੁਸੀਂ ਅਗਲੀ ਦਲ ਦਾ ਜ਼ਿਕਰ ਕਰ ਲਿਆ ਮੈਂ ਇਸ ਕਰਕੇ ਨਾਲ-ਨਾਲ ਉਹਦੇ ਜੁੜਿਆ ਇੱਕ ਸਵਾਲ ਪੁੱਛ ਲਵਾਂ ਤੁਹਾਡੇ ਉੱਪਰ ਇਲਜ਼ਾਮ ਤੁਹਾਡੇ ਵਿਰੋਧੀ ਲਗਾਉਂਦੇ ਨੇ ਕਿ ਤੁਸੀਂ ਨਿਜੀ ਹਮਲੇ ਬਹੁਤ ਕਰਦੇ ਹੋ ਕਦੀ ਤੁਸੀਂ ਅਰਬੀ ਘੋੜਿਆਂ ਦਾ ਜ਼ਿਕਰ ਕਰ ਦਿੱਤਾ ਲੁਧਿਆਣੇ ਵਾਲੀ ਡਿਬੇਟ ਹੋਈ ਉਥੇ ਤੁਸੀਂ ਬਾਲਾ ਸਰ ਨਹਿਰ ਦਾ ਜ਼ਿਕਰ ਕਰ ਦਿੱਤਾ ਕਹਿੰਦੇ ਬੜੀਏ ਨਿਜੀ ਹਮਲੇ ਬਹੁਤ ਕਰਦੇ ਹੁਣ ਅਰਬੀ ਕੋਰੇ ਇੱਕ ਦੇਸ਼ ਨੂੰ ਦਿੱਤੇ ਡਿਫੈਂਸ ਨੂੰ ਦਿੱਤੇ ਅਰਬ ਦੇ ਰਾਜੇ ਨੇ ਤੇ ਉਹਨਾਂ ਨੂੰ ਕੋਈ ਬੰਦਾ ਘਰੇ ਲੈ ਜੇ ਇਹ ਨਿਜੀ ਹਮਲਾ ਹੈ ਇਹ ਦੇਸ਼ ਦੀ ਪ੍ਰਾਪਰਟੀ ਨਹੀਂ ਸੀ ਉਹਨਾਂ ਨੇ ਜਿਹੜੀ ਘਰੇ ਲੈ ਗੇ ਹਮ ਬਾਲਾ ਸਰ ਵਾਲੀ ਨਹਿਰ ਕਿਸੇ ਵਿੱਚ ਬਣਾਈ ਗਈ ਕਿ ਭਾਖੜਾ ਨਹਿਰ ਨੂੰ 1.5 ਫੁੱਟ ਉਹਦੇ ਉਹਦੇ ਕਿਨਾਰੇ ਉੱਪਰ ਚੱਕ ਦੋ ਇਹ ਨਿੱਜੀ ਹਮਲਾ ਜੀ ਨਿੱਜੀ ਹਮਲੇ ਕੌਣ ਕਰਦਾ ਹੈ ਮੇਰੇ ਤੇ ਹਰ ਤੀਜੇ ਦਿਨ ਲੱਗੇ ਰਹਿੰਦੇ ਨੇ ਭਗਵਾਨ ਤੁਮਾਨ ਨੇ ਦੂਜਾ ਵਿਆਹ ਕਉ ਕਰਾ ਲਿਆ ਆਪ ਦੂਜੀਆਂ ਤੀਜੀਆਂ ਦੇ ਨੇ ਆਪ ਵੀ ਪਹਿਲਾਂ ਆਪਦੇ ਘਰੇ ਦਾ ਦੇਖ ਲੋ ਜਦੋਂ ਮੈਂ ਬੋਲ ਪੈਂਦਾ ਕਹਿੰਦੇ ਨਿੱਜੀ ਹਮਲਾ ਹੈ ਜਦੋਂ ਉਹ ਬੋਲ ਪੈਂਦੇ ਨੇ ਕਹਿੰਦੇ ਸਾਡਾ ਵਿਰੋਧੀ ਧਿਰ ਦਾ ਫਰਜ਼ ਨਿਭਾ ਰਹੇ ਹਾਂ ਅਸੀਂ ਹੱਦ ਆ ਯਾਰ ਤੁਸੀਂ ਮੇਰੀਆਂ ਮਾਵਾ ਪੈਣਾ ਤੱਕ ਪਹੁੰਚੇ ਹੋਏ ਹੋ ਮੈਂ ਫੇਰ ਵੀ ਕਹਿੰਦਾ ਚਲ ਕੋਈ ਗੱਲ ਨਹੀਂ ਤੁਹਾਨੂੰ ਲੱਗਦਾ ਕਿ ਸਿਆਸਤ ਦਾ ਮਿਆਰ ਡਿੱਗਿਆ ਹੈ ਕਿ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਮੈਂ ਕਹਿੰਨਾ ਮੁੱਦਿਆਂ ਤੇ ਗੱਲ ਕਰੋ ਨਾ ਹਮ ਹੈਲਦੀ ਕ੍ਰਿਟਿਸਿਜ਼ਮ ਕਰੋ ਪੰਜਾਬ ਦੇ ਮੁੱਦੇ ਹੁਣ ਪੰਜਾਬ ਦੇ ਮੁੱਦੇ ਇਹੇ ਰਹਿ ਗਏ ਕਿ ਹਾਈ ਕਮਾਂਡ ਨੇ ਇਹਦੀ ਫੋਟੋ ਲਾਤੀ ਉਹਦੀ ਲਾਈ ਨਹੀਂ ਇਹ ਪੰਜਾਬ ਦੇ ਮੁੱਦੇ ਨੇ ਜੀ ਹਾਈ ਕਮਾਂਡ ਆਹ ਕਹਿੰਦੀ ਐ ਇਹ ਕਹਿੰਦੀ ਐ ਪੰਜਾਬ ਦੇ ਮੁੱਦੇ ਰੋਜ਼ਗਾਰ ਆ ਪੰਜਾਬ ਦੀ ਬ੍ਰੇਨ ਡ੍ਰੇਨ ਹੋ ਰਿਹਾ ਨਿਤ ਅਸੀਂ ਪੜਦੇ ਆ ਸੁਣਦੇ ਆ ਬੱਚੇ ਜਹਾਜ਼ ਪਰ ਪਰ ਉਧਰ ਜਾ ਰਹੇ ਨੇ ਕਿਤੋਂ ਕੋਈ ਜਾਜ ਹੀ ਫੜਿਆ ਜਾ ਰਿਹਾ ਪੂਰਾ ਹੀ ਤੇ ਸਾਡੇ ਰੋਜ਼ਗਾਰ ਇੱਥੇ ਆਵੇ ਸਾਡਾ ਮਾਣ ਇੱਜ਼ਤ ਬਰਕਰਾਰ ਰਵੇ ਸਾਡਾ ਕਿਸਾਨੀ ਲਾਹੇਵੰਦ ਧੰਦਾ ਬਣੇ ਐਮਐਸਪੀ ਮਿਲੇ ਫਸਲਾਂ ਦੇ ਮੁੱਲ ਮਿਲਣ ਫਿਰ ਦੁਆਮੇ ਮਾਰਦਾ ਕਿਸਾਨ ਖੇਤਾਂ ਨੂੰ ਜਾਵੇ ਮੁੱਦੇ ਤਾਂ ਇਹ ਨੇ ਜੀ ਮੈਂ ਸਭ ਆਪ ਆਪਣੀਆਂ ਕੁਰਸੀਆਂ ਪਿੱਛੇ ਲੀ ਮੈਂ ਮੁੱਦੇ ਵਾਲੇ ਪਾਸੇ ਆਵਾਂ ਅਕਾਲੀ ਦਲ ਨਾਲ ਹੀ ਆਖਰੀ ਸਵਾਲ ਮੈਂ ਜੁੜਿਆ ਉਹ ਕਹਿੰਦੇ ਤੁਹਾਨੂੰ ਅਕਾਲੀ ਦਲ ਤੋਂ ਹੀ ਸਭ ਤੋਂ ਜ਼ਿਆਦਾ ਟੈਨਸ਼ਨ ਹੈ ਇਸ ਕਰਕੇ ਤੁਸੀਂ ਉਹਨਾਂ ਦਾ ਬਾਰ-ਬਾਰ ਨਾਮ ਲੈਨੇ ਹੋ ਬਾਰ-ਬਾਰ ਉਹਨਾਂ ਨਾਲ ਜੁੜੀਆਂ ਕੋਈ ਫਾਈਲਾਂ ਦਾ ਜ਼ਿਕਰ ਕਰਦੇ ਹੋ ਕਿ ਅਕਾਲੀ ਦਲ ਤੋਂ ਸਭ ਤੋਂ ਵੱਧ ਕਬਰਾਂ ਹਟਾ ਅਕਾਲੀ ਦਲ ਦੇ ਲੀਡਰ ਜਿਹੜੇ ਟਾਪ ਲੀਡਰਸ ਨੇ ਤੁਸੀਂ ਵੀ ਜਾਣਦੇ ਹੋ ਉਹ ਬਾਰ- ਕਹਿੰਦੇ ਆਮ ਆਦਮੀ ਪਾਰਟੀ ਨੂੰ ਅਕਾਲੀ ਦਲ ਤੋਂ ਸਭ ਤੋਂ ਵੱਧਾਂ ਕਹਿੰਦੇ ਕਾਂਗਰਸੀ ਵੀ ਅਕਾਲੀ ਦਲ ਬਾਰੇ ਬੋਲਦੇ ਆ ਮਾਨ ਸਾਹਿਬ ਵੀ ਅਕਾਲੀ ਦਲ ਬਾਰੇ ਬੋਲਦੇ ਆ ਕਿ ਇਹਨਾਂ ਨੂੰ ਸਭ ਤੋਂ ਜ਼ਿਆਦਾ ਟੈਨਸ਼ਨ ਹੀ ਅਕਾਲੀ ਦਲ ਦੀ ਹੈ ਟੈਨਸ਼ਨ ਨਹੀਂ ਜੀ ਸਭ ਤੋਂ ਵੱਧ ਲੁੱਟਿਆ ਉਹਨਾਂ ਨੇ ਆ ਅਸਲ 'ਚ ਮੈਂ ਸਾਹ ਮੰਗਦਾ ਜੀ ਉਹਦਾ ਚਿੱਟੇ ਤੇ ਕੀਨੇ ਲਾਏ ਨੌਜਵਾਨ ਇੱਕ ਥਾਣੇਦਾਰ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਬਚਾਉਂਦਾ ਥਾਣੇ ਦੇ ਮੂਰੇ ਭੁੰਨ ਦਿੱਤਾ ਜਾਂਦਾ ਤੇ ਉਹ ਵੀ ਹਿੱਕ ਤੇ ਪੈਰ ਧਰ ਕੇ ਨਾਰੇ ਲੱਗ ਰਹੇ ਨੇ ਆਪਦੇ ਆਕਾ ਦੇ ਇਹ 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 ਲਾਅ ਐਂਡ ਆਰਡਰ ਕਿਹੜੇ ਕਿੰਨਾ ਦੇ ਵੇਲੇ ਸੀਗਾ ਜੀ ਇਹ ਕੋਈ ਢਾਬਾ ਨਹੀਂ ਛੱਡਿਆ ਕੋਈ ਸਮੋਸਿਆਂ ਵਾਲੀ ਰੇੜੀ ਨਹੀਂ ਛੱਡੀ ਤੇ ਤੇ ਫਿਰ ਟੈਨਸ਼ਨ ਮੈਨੂੰ ਹੈ ਜਾਂ ਟੈਨਸ਼ਨ ਉਹਨਾਂ ਨੂੰ ਹੈ ਕਿੰਨੀਆਂ ਸੀਟਾਂ ਨੇ ਕਿੰਨੀਆਂ ਸੀਟਾਂ ਨੇ ਤਿੰਨ ਇੱਕ ਬੀਐਸ ਤੇ ਤਿੰਨ ਚੋਂ ਇੱਕ ਬੀਐਸ ਤੇ ਦੋ ਦੋ ਚੋਂ ਇੱਕ ਅੱਧੇ ਜੇ ਦਿਲ ਨਾਲ ਆ ਕਹਿੰਦਾ ਦੇਖਦੇ ਆ ਕਿੱਦਾਂ ਨੂੰ ਜਾਣ ਕਿਵੇਂ ਕਾਣਾ ਤੇ ਮੈਂ ਕੀਤਾ ਜੀ ਉਹ ਇਹ ਤਾਂ ਲੋਕਾਂ ਨੇ ਕੀਤਾ ਨਾ ਫਿਰ ਹਮ ਹੈਨਾ ਹੁਣ ਕਹਿੰਦੇ ਫਿਰ ਦੇ ਹਰ ਗੱਲ ਤੇ ਕਿ ਖੇਤਰੀ ਪਾਰਟੀ ਨੂੰ ਬਚਾਓ ਓਏ ਸਾਡੀ ਖੇਤਰੀ ਪਾਰਟੀ ਆ ਓਏ ਕਿਉਂ ਬਚਾਈ ਜੀ ਫੇ ਕਲੇ ਲੋਕਾਂ ਨੇ ਇਹਨਾਂ ਨੂੰ ਬਚਾਉਣ ਦਾ ਮਰਵਾਏ ਕਿਨੇ ਨੇ ਚੰਗਾ ਭਲਾ ਰਾਜ ਕਰ ਲੈਂਦੇ ਸਾਨੂੰ ਕੀ ਲੋੜ ਸੀ ਮੈਂ ਤਾਂ ਬੜਾ ਵਧੀਆ ਕਲਾਕਾਰ ਸੀ ਸਾਨੂੰ ਕੀ ਲੋੜ ਸੀ ਇੱਧਰ ਆਉਣ ਦੀ ਜੀ ਜੇ ਉਦੋਂ ਤਾਂ ਰੱਬ ਉਦੋਂ ਤਾਂ ਰੱਬ ਭੁੱਲਿਆ ਹੋਇਆ ਸੀ ਉਹ ਤਾਂ ਮਤਲਬ ਡੀਜੀਪੀ ਨੂੰ ਜਾਂ ਆਈਜੀ ਨੂੰ ਵੀ ਥਾਣੇਦਾਰਾ ਕਹਿ ਕੇ ਬੁਲਾਉਂਦੇ ਸੀ ਐ ਥੋੜੀ ਹੁੰਦਾ ਹੈ ਪਸੰਦ ਕਰ ਜੀ ਲੋਕ ਹੈ ਜਾਨ ਲੋਕਾਂ ਚ 2000 ਲੋਕ ਜਾਨ ਨਹੀਂ ਹੁਣ ਇਸ ਵਕਤ ਲੋਕਾਂ ਜਾਨ ਹੂੰ ਇਹ ਬਾਬੇ ਨਾਨਕ ਦੀ ਤੱਕੜੀ ਕਿਉਂ ਕਹੇ ਜੀ ਉਹਨੇ ਉਹਨੇ ਬਿਆਨ ਦਿੱਤਾ ਕਹਿੰਦੇ ਬਾਬੇ ਨਾਨਕ ਦੀ ਤੱਕੜੀ ਬਾਬੇ ਨਾਨਕ ਦੀ ਤੱਕੜੀ ਆ ਮੁਕਸਰ ਦੀ ਰੇਲੀ ਤੇ ਹਰ ਸਿਮਰਤ कौर ਕਹਿ ਰਹੀ ਸੀ ਕਿ ਬਾਬੇ ਨਾਨਕ ਦੀ ਤੱਕੜੀ ਇਹ ਬਾਬੇ ਨਾਨਕ ਦੀ ਤੱਕੜੀ ਹੈ ਬਾਬੇ ਨਾਨਕ ਦੀ ਤੱਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਅਕਾਲੀ ਦਲ ਵਾਲੀ ਤੱਕੜੀ ਮੇਰਾ ਮੇਰਾ ਸਭ ਕੁਝ ਮੇਰਾ ਜਿਹੜੀ ਤਕੜੀ ਚਿੱਟਾ ਤੁਲਦਾ ਹੋਵੇ ਉਹ ਬਾਬੇ ਨਾਨਕ ਦੀ ਹੋ ਸਕਦੀ ਹੈ ਇਹ ਫਿਰ ਧਾਰਮਿਕ ਭਾਵਨਾਵਾਂ ਨੂੰ ਨਹੀਂ ਭੜਕਾਉਂਦੇ ਹੁਣ ਫਿਰ ਸ਼੍ਰੋਮਣੀ ਕਮੇਟੀ ਕਿ ਕੀ ਕਰਦੀ ਹੈ ਅਕਾਲ ਤਖਤ ਦੇ ਜੱਜਦਾਰ ਸਾਹਿਬ ਹੁਣ ਕਿਉਂ ਨਹੀਂ ਬੁਲਾਉਂਦੇ ਉਹਨਾਂ ਨੂੰ ਕਿ ਤੁਸੀਂ ਆਪਣੇ ਚੋਣ ਨਿਸ਼ਾਨ ਨੂੰ ਪੋਲੀਟੀਕਲ ਚੋਣ ਨਿਸ਼ਾਨ ਨੂੰ ਬਾਬੇ ਨਾਨਕ ਸਾਹਿਬ ਨਾਲ ਕਿਉਂ ਜੋੜਿਆ ਗੁਰੂ ਨਾਲ ਕਿਉਂ ਜੋੜਿਆ ਕੱਲ ਨੂੰ ਕਾਂਗਰਸ ਵਾਲੇ ਕਹਿਣ ਲੱਗ ਜਾਣਗੇ ਸਾਡਾ ਵੀ ਉਹੀ ਪੰਜਾ ਹੈ ਜਿਹਦੇ ਨਾਲ ਪਹਾੜ ਰੋਕਿਆ ਸੀ ਬਾਬੇ ਨਾਨਕ ਨੇ ਇਹ ਧਾਰਮਿਕ ਜਿਹੜੇ ਸਾਡੇ ਭਾਵਨਾਵਾਂ ਨਹੀਂ ਉਹਨੂੰ ਪੋਲੀਟੀਕਲ ਵਾਸਤੇ ਕਿਉਂ ਯੂਜ਼ ਕਰਦੇ ਆ ਬਾਬੇ ਨਾਨਕ ਦੀ ਬਾਣੀ ਰੋਲੀ ਗਲੀਆਂ ਚ ਤੇ ਹੁਣ ਉਹ ਕਹਿੰਦੇ ਨੇ ਬਾਬੇ ਨਾਨਕ ਦੀ ਤੱਕੜੀ ਹੈ ਐ ਇਸੇ ਕਰਕੇ ਲੋਕ ਗੁੱਸੇ ਨੇ ਇਹਨਾਂ ਨੂੰ ਇਹਨਾਂ ਨੂੰ ਸਮਝ ਨਹੀਂ ਆ ਰਹੀ ਲੋਕਾਂ ਦੀਆਂ ਨਬਜਾਂ ਦੀ ਲੋਕ ਇੱਕ ਤਾਂ ਹੁੰਦਾ ਵਿਰੋਧ ਕਰਨਾ ਲੋਕ ਨਫ਼ਰਤ ਕਰਦੇ ਆ ਨਫ਼ਰਤ ਪਿੰਡਾਂ ਜਾ ਕੇ ਦੇਖਿਓ ਇਹਨਾਂ ਨੂੰ ਇਸ ਵਾਰ ਵੀ ਦੇਖਿਓ ਕੀ ਹੁੰਦਾ ਇਹਨਾਂ ਨਾਲ ਮਾਨ ਸਾਹਿਬ 2024 ਦਾ ਸਭ ਤੋਂ ਵੱਡਾ ਸਵਾਲ ਇਸ ਵੇਲੇ ਬਣਿਆ ਹੋਇਆ ਹੈ ਕਿ ਕੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਚ ਇਕੱਠੇ ਹੋਏਗੀ ਤੁਸੀਂ ਕਹਿ ਰਹੇ ਹੋ ਕਿ 13 0 ਦੇਸ਼ ਪੰਜਾਬ ਬਣੇਗਾ ਹੀਰੋ 13 0 ਲekin ਤੁਹਾਡੇ ਹਾਈ ਕਮਾਂਡ ਜਾਂ ਤੁਹਾਡੇ ਅਰਵਿੰਦ ਕੇਜਰੀਵਾਲ ਉਹ ਰਾਹੁਲ ਗਾਂਧੀ ਨੂੰ ਮਿਲਦੇ ਨੇ ਮਰੇਕਰਜਨ ਖੜਗੇ ਹੋਰਾਂ ਨਾਲ ਮੁਲਾਕਾਤ ਹੁੰਦੀ ਹੈ ਚੰਡੀਗੜ੍ਹ ਦੇ ਵਿੱਚ ਮੇਅਰ ਦੇ ਲਈ ਸਮਰਥਨ ਜਿਹੜਾ ਵੈ ਉਹ ਕਾਂਗਰਸ ਦੇ ਦਿੰਦੀ ਹੈ ਪੰਜਾਬ ਦੇ ਲੋਕਾਂ ਨੂੰ ਥੋੜਾ ਜਿਹਾ ਕਲੀਅਰ ਕਰ ਦੋ ਕਿ ਪੰਜਾਬ ਚ ਆਮ ਆਦਮੀ ਪਾਰਟੀ 13 ਸੀਟਾਂ ਤੇ ਇਕੱਲੇ ਲੜੇਗੀ ਜਾਂ ਕਾਂਗਰਸ ਨਾ ਜਾਏਗੀ 13 ਜ਼ੀਰੋ ਫਿਰ ਮੈਂ ਆਪਣੀ ਹੀ ਕਹ ਜੀ ਹੁਣ ਆਮ ਆਦਮੀ ਪਾਰਟੀ ਦਾ ਪ੍ਰਧਾਨ ਹਾਂ ਮੈਂ ਪੰਜਾਬ ਦਾ ਮੁੱਖ ਮੰਤਰੀ ਹਾਂ ਤੇ ਮੈਂ 13 0 ਚ ਕਿਸੇ ਹੋਰ ਨੂੰ ਵਿੱਚ ਥੋੜੀ ਪਾਉਂਗਾ ਫਿਰ ਹਾਈ ਕਮਾਂਡ ਨੇ ਕਲੀਅਰ ਕਰਤਾ ਤੁਹਾਨੂੰ ਕਿ 13 ਤੇ ਆਪਣੇ ਕੈਂਡੀਡੇਟ ਤਿਆਰ ਕਰ ਲੋ ਜਾਂ ਕਿੰਨੇ ਕਿੰਨੇ 13 ਕੈਂਡੀਡੇਟ ਤਿਆਰ ਨੇ ਤੁਸੀਂ ਚਲਾਉਣੀ ਐ ਇਹ ਬਿਲਕੁਲ ਹੈਡਲਾਈਨ ਤੁਸੀਂ ਐਂ ਕਰਨਾ ਬ੍ਰੇਕਿੰਗ ਨਿਊਜ਼ ਬਿਲਕੁਲ ਹਾਂ ਤੁਮਾਨ ਨੇ ਕਹਤਾ ਵੱਡਾ ਬਿਆਨ ਤੁਸੀਂ ਬਹੁਤ ਡਰਾਉਨੇ ਹੋ ਯਾਰ ਖਬਰ ਛੋਟੀ ਜੀ ਹੁੰਦੀ ਐ ਖਬਰ ਤੇ ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਕੀ ਹੋ ਗਿਆ ਉਹਨੂੰ ਤੁਸੀਂ ਜਾਣ ਕੇ ਸਾਰੇ ਕੋਈ ਨਾਲੇ ਪਤਾ ਐ ਫਿਰ ਵੀ ਹੋਈ ਐ ਭੋਲੇ ਜੇ ਬਣ ਕੇ ਇਸ ਤਰ੍ਹਾਂ ਹਾਈ ਕਮਾਂਡ ਤੁਹਾਨੂੰ ਕਹਿ ਸਕਦੀ ਐ ਇਦਾਂ ਪੰਕਜ ਅੱਛਾ ਬ੍ਰੀਕਿੰਗ ਦੇ ਦੋ 13 0 ਕਹਤਾ ਫਿਰ ਮੈਂ ਕਹਿ ਦਿੰਨਾ ਇਸ ਵਾਰ ਲੋਕ ਸਭਾ ਚ ਪੂਰੇ ਦੇਸ਼ ਚ ਪੰਜਾਬ ਬਣੂਗਾ ਹੀਰੋ ਆਮ ਆਦਮੀ ਪਾਰਟੀ ਦੇ ਹੱਕ ਚ ਪੰਜਾਬ ਚੋਂ 13 0 ਯਾਨੀ ਕਿ ਵੱਡਾ ਬਿਆਨ ਦੇ ਰਹੇ ਹੋ ਫਿਰ ਕਲੀਅਰ ਕਰ ਰਹੇ ਹੋ ਮੈਨੂੰ ਇਹਨੂੰ ਵੱਡਾ ਸਮਝ ਲਓ ਛੋਟਾ ਸਮਝ ਲਓ ਤੁਸੀਂ ਤੁਹਾਡਾ ਮੈਨੂੰ ਪਤਾ ਹੈ ਪੰਜਾਬ ਦੇ ਲੋਕ ਜਿਹੜੇ ਨੇ ਉਹ ਮੈਂ ਜਾਣਾਂ ਮੈਂ ਰੋਜ਼ ਲੋਕਾਂ ਨੂੰ ਜਾਣਾਂ ਮੈਂ ਕੋਈ ਉਹ ਮੁੱਖ ਮੰਤਰੀ ਨਹੀਂ ਹੈਗਾ ਵੀ ਕੋਈ ਪ੍ਰੋਟੋਕਾਲ ਐ ਮੈਂ ਲੋਕਾਂ ਚੀ ਨਾ ਬੜਾਂ ਮਤਲਬ ਕਈ ਵਾਰੀ ਰਸਤੇ ਚ ਵੀ ਦੋ ਦੋ ਤਿੰਨ ਤਿੰਨ ਜਗ੍ਹਾ ਤੇ ਮੈਨੂੰ ਰੋਕਣਾ ਪੈ ਜਾਂਦਾ ਸੋ ਲੋਕ ਕਹਿੰਦੇ ਨੇ ਕਹਿੰਦੇ ਭਾਈ ਅਸੀਂ ਤੁਹਾਡੇ ਨਾਲ ਆਂ ਅਸੀਂ ਤੁਹਾਡੇ ਤੋਂ ਖੁਸ਼ ਆਂ ਐਂ ਕਰੀ ਚੱਲ ਕੰਮ ਮੈਂ ਕਹਾਂ ਜੀ ਆ ਥੋੜੇ ਜਿਹੇ ਟਿੱਕੇ ਜਿਹੜਾ ਆਉਣ ਵਾਲੇ ਨੇ ਕਹਿੰਦੇ ਕੋਈ ਨਹੀਂ ਤਿੰਨ ਕ ਮਹੀਨੇ ਤੱਕ ਇਹਨਾਂ ਨੂੰ ਚੁੱਪ ਕਰਾ ਦਾਂਗੇ ਤੂੰ ਆਪਦਾ ਕੰਮ ਕਰੀ ਲੈ ਲੇਕਿਨ ਅੱਜ ਧਮਕੀ ਮਿਲੀ ਤੁਹਾਨੂੰ ਸਿੱਖ ਫੋਰ ਜਸਟਿਸ ਵੱਲੋਂ ਧਮਕੀ ਮਿਲੀ ਤੁਸੀਂ ਪਿਛਲੇ ਦਿਨਾਂ ਚ ਕਿਹਾ ਸੀ ਮੇਰੇ ਇੰਟਰਵਿਊ ਚ ਕਿਹਾ ਸੀਗਾ ਕਿ ਅਗਰ ਪੰਜਾਬ ਚ ਕੋਈ ਕ੍ਰਾਈਮ ਕਰੇਗਾ ਤਾਂ ਫਿਰ ਉਸ ਦੀ ਜ਼ਿੰਮੇਵਾਰੀ ਮੈਂ ਹੀ ਲਵਾਂਗਾ ਤੇ ਅੱਜ ਤੁਹਾਨੂੰ ਧਮਕੀ ਦਿੱਤੀ ਐ ਤੁਸੀਂ ਦੇਖੀ ਹੋਣੀ ਐ ਕਿਵੇਂ ਦੇਖਦੇ ਹੋ ਜੇ ਉਖੜੀ ਚ ਸਿਰ ਦਿੱਤਾ ਤਾਂ ਮੋਲਿਆਂ ਨਾਲ ਕੀ ਡਰ ਜਦੋਂ ਸਾਢੇ 3 ਕਰੋੜ ਲੋਕਾਂ ਦੇ ਕਸਟੋਡੀਅਨ ਹੋ ਸਾਢੇ 3 ਕਰੋੜ ਲੋਕਾਂ ਦੇ ਤੁਸੀਂ ਮੁਖੀ ਆਹ ਜੀਆਂ ਗਿੱਧੜ ਧਮਕੀਆਂ ਤੋਂ ਡਰਨਾ ਫਿਰ ਕਫਣ ਬੰਨੀ ਕਰਦੇ ਆ ਪਹਿਲਾਂ ਵੀ ਇਹ ਉਹ ਤਾਂ ਧਮਕੀਆਂ ਦੇ ਨਾਲ ਤਾਂ ਪਤਾ ਨਹੀਂ ਅਮਰੀਕਾ ਮਰੁੱਕਾ ਬੈਠੇ ਨੇ ਇਹ ਕਿਹੜਾ ਕੱਟਨੇ ਆ ਜਿਹੜੇ ਕਹਿੰਦੇ ਮੁੱਛਾਂ ਮੋੜਦੇ ਆ ਤੈਨੂੰ ਦੇਖ ਲਾਂਗੇ ਤੈਨੂੰ ਉਹ ਵੀ ਧਮਕੀ ਨੇ ਉਰ ਕੰਨੀ ਲੱਗਦਾ ਜਾਂ ਸਕਿਉਰਿਟੀ ਵਧਾਈਏ ਤੁਸੀਂ ਸਕਿਉਰਿਟੀ ਵਧੇਗੀ ਜਾਂ ਕਿਵੇਂ ਹੈ ਦੇਖੋ ਜੀ ਗੱਲ ਇਹ ਹੈ ਸਭ ਤੋਂ ਵੱਡਾ ਬਾਡੀਗਾਰਡ ਉਹ ਨੀਲੀ ਛੱਤ ਵਾਲਾ ਉਹ ਤੋਂ ਵੱਡਾ ਪ੍ਰੋਟੋਕਾਲ ਕੋਈ ਨਹੀਂ ਦੇ ਸਕਦਾ ਤੁਹਾਨੂੰ ਪਹਿਲਾਂ ਵੀ ਇੱਥੇ ਸਕਿਉਰਟੀਆਂ ਵਾਲੇ ਵੀ ਦੁਨੀਆ ਤੋਂ ਤੁਰ ਗਏ ਠੀਕ ਹੈ ਨਾ ਸੋ ਅਸੀਂ ਤਾਂ ਆਪਣਾ ਕੰਮ ਕਰਨਾ ਹੈ ਪਰ ਹਾਂ ਜਿੰਨਾ ਚਿਰ ਜ਼ਿੰਮੇਵਾਰੀ ਹੈ ਸਾਢੇ 3 ਕਰੋੜ ਲੋਕਾਂ ਦੇ ਸੁੱਖ ਚੈਨ ਦੀ ਜਾਨ ਮਾਲ ਦੀ ਉਹ ਨਿਭਾਉਂਗਾ ਜਿੰਨੀਆਂ ਮਰਜ਼ੀ ਤੱਕ ਕਹਿੰਦੇ ਚਲੋ ਮੈਂ ਲੋਕਾਂ ਚ ਵੀ ਜਾਊਂਗਾ ਨਾ ਮੈਂ ਇਹ ਨਾ ਕਰਕੇ ਲੋਕਾਂ ਤੋਂ ਜਾਣੋ ਹਟਾਂ ਤੇ ਨਾ ਹੀ ਜਿਹੜੇ ਉਹੀ ਇੱਕ ਟੁੱਟਿਆ ਹੋਇਆ ਪਿਸਤੌਲ ਲੈ ਕੇ ਵਪਾਰੀ ਦੇ ਦਸਾਂ ਨੌਂ ਦੀ ਕਮਾਈ ਚੋਂ ਮੈਨੂੰ 5 ਲੱਖ ਦੇ ਤੇ 10 ਲੱਖ ਫਰੋਤੀਆਂ ਮੰਗਦੇ ਨੇ ਜਾਂ ਜਾ ਕੇ ਦੁਕਾਨਾਂ ਤੇ ਤੰਗ ਕਰਦੇ ਨੇ ਇਹ ਮੈਂ ਫੇਰ ਕਹਿਣਾ ਪੰਜਾਬ ਪੁਲਿਸ ਜਿਹੜੀ ਹੈ ਕਾਨੂੰਨ ਮੁਤਾਬਕ ਕੰਮ ਕਰਦੀ ਹੈ ਪਰ ਜੇ ਮੂਹਰੋਂ ਅੱਗਿਓ ਕੋਈ ਗੋਲੀ ਚਲਾਉਣ ਦੀ ਕੋਸ਼ਿਸ਼ ਕਰੂਗਾ ਤਾਂ ਸਾਡੇ ਵੀ ਜਵਾਨ ਕਈ ਸ਼ਹੀਦ ਹੋਏ ਨੇ ਆ ਫਿਰ ਪੰਜਾਬ ਪੁਲਿਸ ਉਸ ਹਸਾਬ ਨਾਲ ਜਵਾਬ ਦੇ ਰਹੀ ਹੈ ਲੇਕਿਨ ਤੁਹਾਡੇ ਇਸ ਬਿਆਨ ਤੋਂ ਬਾਅਦ ਐਨਕਾਊਂਟਰ ਜਾਂ ਮੁੱਠ ਭੇੜ ਕੇ ਇਹ ਬਹੁਤ ਜ਼ਿਆਦਾ ਵਧ ਗਈ ਪੁਲਿਸ ਬੜੀ ਐਕਸ਼ਨ ਚ ਆ ਗਈ ਜਦੋਂ ਤਕਰੀਬਨ 20 22 ਦਿਨ ਪਹਿਲਾਂ 1 ਮਹੀਨਾ ਪਹਿਲਾਂ ਤੁਸੀਂ ਬਿਆਨ ਨਿਊਜ਼ 18 ਤੇ ਦਿੱਤਾ ਸੀ ਉਸ ਤੋਂ ਬਾਅਦ ਦੇਖਿਆ ਕਿ ਲਗਾਤਾਰ ਜਾਂ ਇਸਰ ਦੇ ਉੱਤੇ ਐਕਸ਼ਨ ਹੁੰਦੇ ਹੋਏ ਨਜ਼ਰ ਆਇਆ ਪੰਕਜ ਜੀ ਕੋਈ ਮੇਰੇ ਬਿਆਨ ਨਾਲ ਨਹੀਂ ਪੰਜਾਬ ਦੇ ਲਾਅ ਐਂਡ ਆਰਡਰ ਨਾਲ ਸਮਝੌਤਾ ਨਹੀਂ ਕਰੂੰਗਾ ਮੈਂ ਇਸ ਤੋਂ ਪਹਿਲਾਂ ਵੀ ਇੱਕ ਦੋ ਘਟਨਾਵਾਂ ਇਸ ਤਰ੍ਹਾਂ ਦੀ ਹੋਈਆਂ ਜੋ ਲੱਗਿਆ ਸੀ ਕਿ ਪੰਜਾਬ ਵਿੱਚ ਪਤਾ ਨਹੀਂ ਕੀ ਹੋ ਜਾਊਗਾ ਪਰ ਅਸੀਂ ਮੈਂ ਫੇਰ ਕਹਿਣਾ ਅਸੀਂ ਇਹ ਜਿਹੜੇ ਨੇ ਨਾ ਜਿਹੜੇ ਆ ਲੀਡਰ ਨੇ ਇਹਨਾਂ ਵਾਂਗੂ ਅਸੀਂ ਗੈਂਗਸਟਰ ਨਹੀਂ ਪਾਲਦੇ ਨਾ ਹੀ ਮੈਂ ਕਿਸੇ ਗੈਂਗਸਟਰ ਨੂੰ ਆਪਣੇ ਯੂਥ ਦਾ ਪ੍ਰਧਾਨ ਲਾਇਆ ਹੋਇਆ ਜਾਂ ਕੋਈ ਕੋਈ ਚੇਅਰਮੈਨ ਲਾਇਆ ਹੋਇਆ ਇਹਨਾਂ ਨੇ ਪਾਲੇ ਨੇ ਯੰਗ ਮੁੰਡੇ ਸੀ ਉਹਨਾਂ ਦੇ ਮਾਪਿਆਂ ਦੀਆਂ ਇੰਟਰਵਿਊਆਂ ਤੁਸੀਂ ਉਹ ਕਰਦੇ ਹੋ ਕੀ ਕਹਿੰਦੇ ਨੇ ਉਹ ਫਰਾਨੇ ਲੀਡਰ ਨੇ ਸਾਡਾ ਘਰ ਪੱਟਤਾ ਜੀ ਫਰਾਨੇ ਲੀਡਰ ਨੇ ਉਦੋਂ ਇਹਨਾਂ ਨੂੰ ਬੰਦੂਕਾਂ ਫੜਾ ਕੇ ਮਨਮਰਜ਼ੀ ਦੇ ਕੰਮ ਕਰਾਉਂਦੇ ਰਹੇ ਬਾਜ ਕੰਮ ਲੈ ਕੇ ਮੱਖੜ ਚੋ ਬਾੜਵਾ ਨੂੰ ਕੱਢ ਕੇ ਉਹ ਮਾਰੇ ਹੁਣ ਆਪ ਭੱਜ ਗਏ ਉਹ ਫਸ ਗਏ ਲੇਕਿਨ ਗੈਂਗਸਟਰਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਗੈਂਗਸਟਰ ਨੇ ਜਾਂ ਜਿਹੜੇ ਇਸ ਵੇਲੇ ਵੀ ਕ੍ਰਾਈਮ ਕਰ ਰਹੇ ਉਹਨਾਂ ਨੂੰ ਕੀ ਕਹਿਣਾ ਲਾਅ ਐਂਡ ਆਰਡਰ ਦੇ ਮਾਮਲੇ 'ਚ ਕੋਈ ਸਮਝੌਤਾ ਨਹੀਂ ਬਾਕੀ ਸਾਰੀਆਂ ਪਾਰਟੀਆਂ ਦੇ ਨਾਲ ਕੋਟੇ ਨੇ ਕਿ ਫਲਾਨਾ ਰਾਹੁਲ ਗਾਂਧੀ ਦੇ ਕੋਟੇ 'ਚੋਂ ਐ ਫਲਾਨਾ ਪ੍ਰਿੰਕਾ ਗਾਂਧੀ ਦੇ ਕੋਟੇ 'ਚੋਂ ਐ ਫਲਾਨਾ ਸੋਨੀਆ ਗਾਂਧੀ ਦੇ ਕੋਟੇ 'ਚੋਂ ਐ ਫਲਾਨਾ ਸੁਖਬੀਰ ਬਾਦਲ ਦੇ ਕੋਟੇ 'ਚੋਂ ਫਲਾਨਾ ਹਰਸਿਮਰ ਦੇ ਕੋਟੇ 'ਚੋਂ ਫਲਾਨਾ ਮਜੀਠੀਏ ਦੇ ਕੋਟੇ 'ਚੋਂ ਐ ਪਰ ਮੈਂ ਕਹਣਾ ਭਗਵੰਤ ਮਾਨ ਆਮ ਲੋਕਾਂ ਦੇ ਕੋਟੇ ਚ ਆ ਸਾਢੇ 3 ਕਰੋੜ ਪੰਜਾਬੀਆਂ ਦੇ ਕੋਟੇ ਚ ਆ ਮੈਂ ਮੇਰਾ ਹੋਰ ਕੋਈ ਕੋਟਾ ਨਹੀਂ ਮੇਰੀ ਨਾ ਰੇਤੇ ਦੇ ਖੱਡ ਜੀ ਹਿੱਸਾ ਕੋਈ ਮੇਰਾ ਨਾ ਬੱਸਾਂ ਦੀਆਂ ਟਰਾਂਸਪੋਰਟਾਂ ਚ ਹਿੱਸਾ ਹੈ ਨਾ ਮੇਰਾ ਕਿਸੇ ਟਾਬੇ ਚ ਹਿੱਸਾ ਹੈ ਨਾ ਮੇਰਾ ਕਿਸੇ ਸ਼ਰਾਬ ਦੇ ਠੇਕਿਆਂ ਚ ਹਿੱਸਾ ਹੈ ਹਾਂ ਹਿੱਸਾ ਹੈਗਾ ਪਰ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈ ਜਿੱਥੇ ਦੁੱਖ ਹੋਊਗਾ ਉੱਥੇ ਵੀ ਜਾਊਗਾ ਕਿਉਂਕਿ ਸਿਆਣੇ ਕਹਿੰਦੇ ਆ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਆ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਜੇ ਦੁੱਖ ਹੋਊਗਾ ਮੈਂ ਅੱਧੇ ਕਰਨ ਵੀ ਜਾਊਂਗਾ ਜਦੋਂ ਪੰਜਾਬੀ ਖੁਸ਼ ਹੋਣਗੇ ਮੈਂ ਉਹਨਾਂ ਦੇ ਖੁਸ਼ੀਆਂ ਨੂੰ ਦੁੱਗਣਾ ਕਰਨ ਵੀ ਜਾਊਂਗਾ ਲਾਅ ਐਂਡ ਆਰਡਰ ਦੇ ਮਾਮਲੇ 'ਚ ਕੋਈ ਸਮਝੌਤਾ ਨਹੀਂ ਪਰ ਤੁਸੀਂ ਜਿੰਨੀਆਂ ਮਰਜ਼ੀ ਧਮਕੀਆਂ ਦੇ ਲੋ ਤੁਸੀਂ ਖੁਦ ਹੀ ਜ਼ਿਕਰ ਕਰ ਦਿੱਤਾ ਕਿ ਪਿਛਲੇ 1.5 ਸਾਲ ਦੇ ਵਿੱਚ ਕੁਝ ਹੋਇਆ ਖਾਸ ਤੌਰ ਤੇ ਮੈਂ ਅਮਰਿਤਪਾਲ ਦੇ ਐਪੀਸੋਡ ਦਾ ਜ਼ਿਕਰ ਕਰਾਂ ਪਿਛਲੇ 1.5 ਤੋਂ 2 ਮਹੀਨਿਆਂ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਇਨਕਾਊਂਟਰਸ ਹੋਏ ਆ ਔਰ ਤੁਹਾਡੇ ਵਿਰੋਧੀ ਇਸ ਨੂੰ ਲੈ ਕੇ ਬਹੁਤ ਸਵਾਲ ਜੋਕ ਰਹੇ ਆ ਤੁਹਾਡੇ ਉੱਤੇ ਮੈਂ ਫਿਰ ਨਾਮ ਲੈ ਦਿੰਦਾ ਤੁਸੀਂ ਕਹੋਗੇ ਕਿ ਨਾਮ ਲੈ ਕਿ ਪ੍ਰਤਾਪ ਸਿੰਘ ਬਾਜਬਾ ਜਿੱਥੇ ਇਨਕਾਊਂਟਰ ਹੋਇਆ ਉਹਨਾਂ ਦੇ ਘਰ ਪਹੁੰਚ ਗਏ ਉਹ ਸਿੱਧਾ ਜਾ ਕੇ 90 ਦੇ ਦੌਰ ਦੇ ਨਾਲ ਕੰਪੇਅਰ ਕਰਨਾ ਸ਼ੁਰੂ ਕਰ ਦਿੱਤਾ ਇਹ ਪਹਿਲਾਂ ਤਾਂ ਕਹਿੰਦੇ ਆ ਲਾਅ ਐਂਡ ਆਰਡਰ ਦਾ ਹਾਲ ਦੇਖੋ ਇਤਨੀ ਸ਼ਰੀਆਮ ਲੁੱਟਾਂ ਹੋ ਰਹੀਆਂ ਨੇ ਭਗਵਾਨ ਤਮਨ ਅਸਤੀਫਾ ਦੇਵੇ ਜਦੋਂ ਕਿਸੇ ਗੈਂਗਸਟਰ ਨੂੰ ਘੇਰਾ ਪੂਰਾ ਪੈ ਜਾਂਦਾ ਮਰ ਜਾਂਦਾ ਇਹ ਐਡਾ ਮਾਰ ਰਹੇ ਨੇ ਇਹ ਤਾਂ ਗਲਤ ਕਰ ਲੈ ਉਹ ਕਿਸੇ ਪਾਸੇ ਤਾਂ ਖੜਜੋ ਭਰਾ ਕਿਸੇ ਗੱਲ ਦਾ ਤਾਂ ਥਰਮਲ ਪਲੈਂਟ ਖਰੀਦ ਲਿਆ ਉਹ ਤੇ ਵੀ ਸਵਾਲ ਐ ਥੋੜੀ ਖਰੀਦੀ ਤਾਂ ਹੁੰਦਾ ਕਵਾਹੜਾ ਕਹਿੰਦੇ ਤਾਂ ਜੇ ਨਾ ਖਰੀਦੀਏ ਤੇ ਥਰਮਲ ਪਲੈਂਟ ਕਿਉਂ ਨਹੀਂ ਖਰੀਦਿਆ ਮਾਨੀ ਖਰੀਦ ਗਿਆ ਜੇ ਉਹ ਖਰੀਦ ਲੈਂਦੇ ਇਹਨਾਂ ਨੇ ਤਾਂ ਮਤਲਬ ਨੁਕਸ ਕੱਢਣੇ ਕੱਢਣਾ ਇੱਕ ਬੰਦਾ ਸੀਗਾ ਉਹਨੂੰ ਨੁਕਸ ਕੱਢਣ ਦੀ ਆਦਤ ਸੀ ਜਿਵੇਂ ਕਿ ਆਪਣੇ ਵਾਲੇ ਵਿਰੋਧੀ ਧਿਰ ਵਾਲੇ ਹਰ ਗੱਲ 'ਚ ਨਗੋਚ ਕੱਟਦਾ ਸੀ 네ਗੇਟਿਵ ਮਾਈਂਡਡ ਸੀ ਉਹਦੇ ਦੋਸਤ ਵੀ ਬਹੁਤ ਹੈਰਾਨ ਪਰੇਸ਼ਾਨ ਸੀ ਯਾਰੇ ਹਰ ਗੱਲ 'ਚ ਨੈਗੇਟਿਵਿਟੀ ਲੱਭਦਾ ਉਹਨਾਂ ਨੂੰ ਇੱਕ ਕੁੱਤਾ ਲੱਗ ਗਿਆ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਕਹਿੰਦੇ ਲੈ ਇੰਝੋ ਨਹੀਂ ਨੁਕਸ ਕੱਢ ਖਾ ਸਕਦਾ ਇਹਦੀ ਤਾਰੀਫ ਕਰਨੀ ਪਊਗੀ ਇਹਨੂੰ ਬੁਲਾ ਲਿਆ ਬਾਜਵੇਂ ਹੋ ਰਹੀ ਸਿੱਧੂ ਹੋਰੀ ਸਾਰੇ ਹਰ ਸਾਰੇ ਬੁਲਾ ਲੇ ਵੀ ਆਓ ਜੀ ਤੇ ਆ ਦੇਖਿਓ ਜੀ ਪਾਣੀ ਦੇ ਟੋਪੇ 'ਚ ਕੁੱਤਾ ਇਦਣੋਂ ਛੱਡਤਾ ਕੁੱਤਾ ਤੁਰ ਕੇ ਟੋਪੇ ਦੇ ਪਰਲੇ ਪਾਸੇ ਨਿਕਲ ਗਿਆ ਫੇਰ ਉਹਨਾਂ ਨੂੰ ਪੁੱਛਿਆ ਕਹਿੰਦੇ ਕਿਵੇਂ ਕੀ ਕਹੋਗੇ ਹਾਂ ਮੈਂ ਸਮਝ ਗਿਆ ਭਗਵਾਨ ਤਮਾਨ ਹੋਰ ਆਂਦੇ ਪਿੰਡ ਦਾ ਕੁੱਤਾ ਹੈ ਇਹਦਾ ਮਤਲਬ ਇਹਨੂੰ ਪਾਣੀ ਤੇ ਤੁਰਨਾ ਆਉਂਦਾ ਹੈ ਤੈਰਨਾ ਨਹੀਂ ਆਉਂਦਾ ਲੈ ਕੱਟਣਾ ਹੀ ਕੱਟਣਾ ਨੁਕਸ ਮਤਲਬ ਜੋ ਮਰਜ਼ੀ ਕਰੀ ਜਾਣ ਜੀ ਮੈਂ ਮੈਂ ਤਾਂ ਲੋਕਾਂ ਦਾ ਬੰਦਾ ਮੈਨੂੰ ਕੋਈ ਪਰਵਾਹ ਨਹੀਂ ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦੇਮਾਗ ਖਰਾਬ ਹੋ ਜਾਂਦੇ ਨੇ 20 ਮਹੀਨੇ ਹੋ ਗਏ ਤੁਹਾਨੂੰ ਕੋਈ ਫਰਕ ਨਹੀਂ ਪਿਆ ਕੀ ਕਹਿਣਾ ਚਾਹੋਗੇ ਮੈਂ ਕਹਾਂ ਜੀ ਇੰਨਾ ਕੁ ਫਰਕ ਹੈ ਜਿਹੜੇ ਪਹਿਲਾਂ ਅਣ ਸੇ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਮੈਂ ਤਾਂ 17.5 ਸਾਲ ਦੀ ਉਮਰ 'ਚ ਭਗਵਾਨ ਤਮਾਨ ਬਣਾਂਦਾ ਸੀ ਲੋਕਾਂ ਨੇ ਕੁਲਫੀ ਗਰਮਾ ਗਰਮ ਵੇੜੇ ਮੈਨੂੰ ਉਦੋਂ ਵੱਡੀ ਸ਼ੋਹਰਤ ਨਹੀਂ ਮਿਲ ਸਕਦੀ ਮੈਂ ਹੁਣੇ ਤੋਂ ਵੱਡਾ ਕੁਝ ਬਣ ਨਹੀਂ ਸਕਦਾ ਹਾਂ ਇੰਨਾ ਕਹਿ ਵੀ ਐਸੇ ਜਨਮ ਚ ਜੇ ਪ੍ਰਮਾਤਮਾ ਨੇ ਮੌਕਾ ਦਿੱਤਾ ਹੈ ਪੰਜਾਬੀਆਂ ਦੀ ਸੇਵਾ ਕਰਨ ਦਾ ਤਾਂ ਏਡੂ ਵੱਡਾ ਪੁੰਨ ਵੀ ਨਹੀਂ ਹੋ ਸਕਦਾ ਕੋਈ ਮੈਂ ਕੋਈ ਫਾਈਲ ਜਦੋਂ ਦੇਖਦਾ ਮੈਂ ਇਹੀ ਪੁੱਛਦਾ ਇਹਦੇ ਨਾਲ ਪੰਜਾਬੀਆਂ ਨੂੰ ਕੋਈ ਫਾਇਦਾ ਹੈ ਪੰਜਾਬ ਦਾ ਨੁਕਸਾਨ ਤਾਂ ਨਹੀਂ ਹੈਗਾ ਜੇ ਨੁਕਸਾਨ ਹੈ ਤਾਂ ਮੈਂ ਸਾਈਨ ਨਹੀਂ ਕਰਦਾ ਫਾਇਦਾ ਤਾਂ ਮੈਂ ਫਾਈਲ ਪੈਂਡਿੰਗ ਨਹੀਂ ਰੱਖਦਾ ਮੈਂ ਤਾਂ ਇਸ ਇਦਾਂ ਦੇ ਬਸ ਸਿਆਸੀ ਤੇ ਜਿਹੜੇ ਹੋਰ ਪੰਜਾਬ ਦੇ ਮੁੱਦੇ ਮਾਣਾਂ ਦੇ ਉੱਤੇ ਆਵਾਂਗਾ ਇੱਕ ਦੋ ਪਰਸਨਲ ਤੁਸੀਂ ਜ਼ਿਕਰ ਕਰ ਹੀ ਦਿੱਤਾ 2022 ਤੋਂ ਪਹਿਲਾਂ ਜਦੋਂ ਸੀਐਮ ਤੁਸੀਂ ਨਹੀਂ ਬਣੇ ਸੀ ਔਰ ਉਸ ਤੋਂ ਬਾਅਦ ਕਿਵੇਂ ਚੇਂਜਸ ਦੇਖਦੇ ਹੋ ਕਿ ਹੁਣ ਵੀ ਤੁਹਾਡੇ ਕੋਈ ਯਾਰ ਦੋਸਤ ਹੈ ਜਿਨ੍ਹਾਂ ਨੂੰ ਭਗਵੰਤ ਸਿੰਘ ਮਾਨ ਦੀ ਕਾਲ ਚਲੀ ਜਾਂਦੀ ਹੈ ਸੀਐਮ ਦੀ ਨਹੀਂ ਭਗਵੰਤ ਮਾਨ ਦੀ ਕਾਲ ਚਲੀ ਜਾਂਦੀ ਹੈ ਹੁੰਦਾ ਕਦੇ ਐਵੇਂ ਕੀ ਹਾਂ ਬਹੁਤ ਬਹੁਤ ਵਾਰ ਕਾਲ ਕਾਲ ਚਲੀ ਗਈ ਤੁਸੀਂ ਹਰ ਰੋਜ਼ ਹਰ ਰੋਜ਼ ਹੁੰਦਾ ਤੁਸੀਂ ਹੁਣ ਵੀ ਟਾਈਮ ਦੇ ਰਹੇ ਹੋ ਉਸਤੇ ਨਹੀਂ ਨਹੀਂ ਪਿੰਡਾਂ ਵਾਲੇ ਦੋਸਤ ਨੇ ਮੇਰੇ ਮੇਰੇ ਆਪਣੇ ਪਿੰਡ ਦੇ ਗਵਾਂਢੀ ਪਿੰਡਾਂ ਜਾਂ ਮੇਰੇ ਕਲਾਸਮੇਟ ਨੇ ਇਹੀ ਫਾਇਦਾ ਹੈ ਕਿ ਮੈਂ ਜਦੋਂ ਉਹਨਾਂ ਨੂੰ ਫੋਨ ਕਰਕੇ ਪੁੱਛਦਾ ਕਿ ਆ ਜਿਹੜਾ ਫੈਸਲਾ ਹੈ ਇਹਦੇ ਨਾਲ ਆਪਣਾ ਤੁਹਾਨੂੰ ਕੀ ਫਰਕ ਪਊਗਾ ਉਹ ਕਹਿੰਦੇ ਅੱਛਾ ਜੀ ਐਂ ਹੋ ਜੇ ਤਾਂ ਫਿਰ ਇਹ ਬਹੁਤ ਵਧੀਆ ਹੋ ਜਾਊਗਾ ਫਿਰ ਮੈਂ ਅਫਸਰਾਂ ਨੂੰ ਕਹਿਣਾ ਕਿ ਉਹ ਕਿ ਫੈਸਲਾ ਕਰੋ ਕਿਉਂਕਿ ਇੱਥੇ ਨਾ ਏਸੀ ਕਮਰਿਆਂ 'ਚ ਬੈਠੇ ਬਾਬੂ ਉਹ ਫੈਸਲਾ ਨਹੀਂ ਕਰ ਸਕਦੇ ਕਿ ਪੰਜਾਬ 'ਚ ਹੋਣਾ ਕੀ ਹੈ ਕਿ ਇੰਤਕਾਲ ਖੋਲ੍ਹ ਦिए ਬੜੀ ਬੜੀ ਪੰਗਾ ਯਾਰ ਇੰਤਕਾਲ ਖੋਲ੍ਹ ਦੋ ਖੋਲ੍ਹ ਦਿਨੇ ਇੰਤਕਾਲ 40 41000 ਇੰਤਕਾਲ ਹੋਇਆ ਕੱਲ ਤੇ ਪਾਓ ਇੱਕ ਵਾਰੀ ਪਹਿਲਾਂ ਕੋਈ ਇੰਤਕਾਲ ਹੀ ਨਹੀਂ ਖੁੱਲ ਰਹੇ ਮੈਂ ਲੋਕਾਂ ਨੂੰ ਪੁੱਛਦਾ ਕਿਵੇਂ ਕਰੀਏ ਕਹਿੰਦੇ ਭਾਈ ਖੋਲ ਦੇ ਬਾਈ ਵਾਲੇ ਨੇ ਮੈਨੂੰ ਮੈਨੂੰ ਬਾਈ ਕਹਿੰਦੇ ਨੇ ਕੋਈ ਬਾਣ ਸਾਹਬ ਵਾਲੇ ਨਹੀਂ ਹੈਗੇ ਉਹ ਭਾਈ ਖੋਲ ਦੇ ਤਾਂ ਬਹੁਤ ਵਧੀਆ ਹੋ ਜਾਊਗਾ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਇੱਕ ਮੈਂ ਜਲੰਧਰ ਦੇ ਵਿੱਚ ਅਸੀਂ ਇੱਕ ਫੰਕਸ਼ਨ ਕੀਤਾ ਪੁਲਿਸ ਦਾ ਪੀਪੀ ਦੇ ਵਿੱਚ ਗਰਾਊਂਡ ਦੇ ਵਿੱਚ ਜੀ ਤੁਸੀਂ ਵੀ ਲਾਈਵ ਦਿਖਾਇਆ ਸੀ ਉਹ ਜਿਵੇਂ ਮੁੰਬਈ ਚ ਬਾਲੀਵੁੱਡ ਜਿਹੜਾ ਉਹ ਮਹਾਰਾਸ਼ਟਰ ਪੁਲਿਸ ਵਾਸਤੇ ਕਰਦਾ ਹੈ ਹਾਂਜੀ ਇਦਾਂ ਹੀ ਪੰਜਾਬ ਦੇ ਆ ਸਾਰੇ ਆਰਟਿਸਟਾਂ ਨੇ ਪੰਜਾਬ ਫੁੱਲ ਸਲੀਕ ਫੰਕਸ਼ਨ ਕੀਤਾ ਤਾਂ ਉਹ ਰਾਤ ਦਾ ਸੀ ਤੇ ਮੀਂਹ ਪੈ ਰਿਹਾ ਸੀ ਬਹੁਤ ਜ਼ਿਆਦਾ ਪਰ ਫੰਕਸ਼ਨ ਆਊਟਡੋਰ ਸੀ ਉੱਥੇ ਪੀਏਪੀ ਦੇ ਗਰਾਊਂਡ 'ਚ ਚੰਡੀਗੜ੍ਹ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਮੈਂ 2 ਵਜੇ ਸੈਕਟਰੀਏਟ 'ਚ ਬੈਠਾ ਕਿਉਂਕਿ 4 ਵਜੇ ਜਾਣਾ ਸੀ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਉਹ ਕਹਿੰਦੇ ਜੀ ਜਿੰਨਾ ਮੀਂਹ ਪੈ ਰਿਹਾ ਤਿੰਨ ਕ'ਵਜੇ ਮੇਰੇ ਆਪਸਰ ਮੈਨੂੰ ਕਹਿੰਦੇ ਹੈਲੀਕਾਪਟਰ ਤਾਂ ਉੱਡਣਾ ਨਹੀਂ ਜੀ ਤੇ ਚਲੋ ਉੱਥੇ ਤਾਂ ਜੀ ਫਿਰ ਭਰ ਗਿਆ ਹੋਣਾ ਗਰਾਊਂਡ ਤਾਂ ਪਾਣੀ ਨਾਲ ਆਪਾਂ ਕੈਨਸਲ ਕਰ ਦਈਏ ਮੈਂ ਕਿਹਾ ਨਹੀਂ ਜੇ ਕੈਨਸਲ ਕਰਨਾ ਪਿਆ ਉੱਥੇ ਜਾ ਕੇ ਕਰਾਂਗੇ ਕਿਹਣਾ ਚੱਲੋ ਇੱਥੋਂ ਇੱਥੋਂ ਓਡੇ ਆ ਕੁਰਾਲੀ ਦੇ ਪਰਲੇ ਪਾਸੇ ਧੁੱਪ ਨਿਕਲਿਆ ਜਦੋਂ ਉੱਥੇ ਗਏ ਉਹ ਕਹਿੰਦੇ ਸਾਡੇ ਤਾਂ ਮੀਂਹ ਨਹੀਂ ਪੈਂਦਾ ਉੱਥੋਂ ਮੈਂ ਅਫਸਰਾਂ ਨੂੰ ਬੁਲਾਇਆ ਮੈਂ ਕਿਹਾ ਅੱਜ ਦੀ ਜਿਹੜੀ ਸਾਰੀ ਸਿਚੁਏਸ਼ਨ ਹੈ ਇਹ ਤੋਂ ਕੀ ਸਿੱਖਿਆ ਮਿਲਦੀ ਹੈ ਕਹਿੰਦੇ ਜੀ ਕੁਝ ਨਹੀਂ ਮੈਂ ਕਿ ਚੰਡੀਗੜ੍ਹ ਮੀਂਹ ਪੈ ਰਿਆ ਸੀ ਤੁਸੀਂ ਕਹਿੰਦੇ ਸੀ ਕੈਨਸਲ ਕਰ ਦਿਓ ਪ੍ਰੋਗਰਾਮ ਇਥੇ ਬਿਲਕੁਲ ਨਹੀਂ ਪੈ ਰਿਹਾ ਕਹਿੰਦੇ ਹਾਂ ਜੀ ਮੌਸਮ ਇੱਥੇ ਹੋਰ ਹੈ ਮੈਂ ਕਿਹਾ ਤੂੰ ਇਹ ਸਿੱਧ ਹੁੰਦਾ ਹੈ ਚੰਡੀਗੜ੍ਹ ਬਹਿ ਕੇ ਤੁਸੀਂ ਪੰਜਾਬ ਦੇ ਫੈਸਲੇ ਨਹੀਂ ਲੈ ਸਕਦੇ ਚੰਡੀਗੜ੍ਹ 'ਚ ਮੌਸਮ ਹੋਰ ਹੈ ਚੰਡੀਗੜ੍ਹ ਦਾ ਸੂਰਜ ਹੋਰ ਹੈ ਪੰਜਾਬ ਦਾ ਮੌਸਮ ਹੋਰ ਹੈ ਗਰਾਊਂਡ ਤੇ ਜਾ ਕੇ ਫੈਸਲੇ ਲਾਓ ਥੱਲੇ ਧਰਤੀ ਤੇ ਜਾ ਕੇ ਲੋਕਾਂ ਨੂੰ ਪੁੱਛੋ ਕੱਸੀਆਂ ਦਾ ਪਾਣੀ ਆ ਰਿਹਾ ਜਾਂ ਨਹੀਂ ਇਹਨਾਂ ਨੂੰ ਪੁੱਛ ਲਓ ਸਾਰੇ ਲੀਡਰਾਂ ਨੂੰ ਕੱਸੀਆਂ ਕੀ ਹੁੰਦੀਆਂ ਨੇ ਪਤਾ ਹੀ ਨਹੀਂ ਇਹਨਾਂ ਨੂੰ ਪੁੱਛੋ ਕਿ ਖਾਲ ਮਰਨਾ ਕੀ ਹੁੰਦਾ ਪਤਾ ਹੀ ਨਹੀਂ ਕਿਉਂਕਿ ਮੈਂ ਇੱਕ ਗੱਲ ਕਹਿਣਾ ਵੈਸੇ ਬਹੁਤ ਸਾਰੇ ਕਨਵੈਂਟ ਚ ਪੜੇ ਹੋਏ ਬੈਠੇ ਹੋਣਗੇ ਗੁੱਸਾ ਨਾ ਕਰਿਓ ਅਸੀਂ ਸਰਕਾਰੀ ਆ ਨਾ ਸਰਕਾਰੀ ਸਕੂਲਾਂ ਦਾ ਇੱਕ ਫਾਇਦਾ ਹੁੰਦਾ ਹੈ ਪਰਸਨੈਲਿਟੀ ਡਿਵੈਲਪਮੈਂਟ ਸਰਕਾਰੀ ਸਕੂਲਾਂ ਚ ਹੁੰਦੀ ਹੈ ਡਿਸੀਜਨ 메ਕਿੰਗ ਪਾਵਰ ਸਰਕਾਰੀ ਸਕੂਲ ਬਹੁਤ ਵਧਾਉਂਦੇ ਨੇ ਹੁਣ ਤੁਸੀਂ ਪੁੱਛੋ ਮੈਨੂੰ ਕਿਵੇਂ ਬਿਲਕੁਲ ਜੀ ਜਾਨਣਾ ਚਾਹਾਂਗੇ ਬਿਲਕੁਲ ਦੱਸੂਗਾ ਦੇਖੋ ਸਰਕਾਰੀ ਸਕੂਲ ਚ ਬੱਚਾ ਜਦੋਂ ਘਰੋਂ ਜਾਂਦਾ ਹੈ ਘਰੋਂ ਨਿਕਲ ਜਾਂਦਾ ਹੈ ਤਾਂ ਸਭ ਤੋਂ ਵੱਡਾ ਫੈਸਲਾ ਉਹਨੂੰ ਇਹ ਲੈਣਾ ਪੈਂਦਾ ਹੈ ਵੀ ਚੱਲ ਹੁਣ ਘਰੋਂ ਤਾਂ ਨਿਕਲ ਗਏ ਸਕੂਲ ਜਾਣਾ ਹੈ ਅੱਜ ਜਾਂ ਨਾ ਕਿੱਡਾ ਵੱਡਾ ਫੈਸਲਾ ਹੈ ਦੇਖੋ ਉਹਨੇ ਆਪ ਫੈਸਲਾ ਕਰਨਾ ਹੈ ਕਿਉਂਕਿ ਪ੍ਰਾਈਵੇਟ ਤਾਂ ਹੁੰਦਾ ਨਹੀਂ ਉਹ ਤਾਂ ਫੋਨ ਆ ਜਾਊਗਾ ਫੋਨ ਆ ਜਾ ਵੀ ਤੁਹਾਡਾ ਬੱਚਾ ਨਹੀਂ ਆਇਆ ਅੱਜ ਫਿਰ ਉਹ ਸਕੂਲ ਜਾਣ ਦਾ ਫੈਸਲਾ ਕਰ ਲੈਂਦਾ ਹੈ ਉੱਥੇ ਜਾ ਕੇ ਫਿਰ ਉਹਨੇ ਫੈਸਲਾ ਲੈਣਾ ਹੁੰਦਾ ਹੈ ਹੁਣ ਭੱਜਣਾ ਸਕੂਲਾਂ ਅੱਧੀ ਛੁੱਟੀ ਮਿਲੇ ਜਾਂ ਸਾਰੀ ਛੁੱਟੀ ਮਿਲੇ ਵੱਡਾ ਫੈਸਲਾ ਹੈ ਵੱਡਾ ਫੈਸਲਾ ਫਿਰ ਹੁਣ ਥੋੜਾ ਜਿਆ ਤੁਹਾਨੂੰ ਰਾਜਨੀਤੀ ਫੈਸਲੇ ਲੈਣਾ ਵੀ ਸਿਖਾਉਂਦਾ ਹੈ ਸਰਕਾਰੀ ਸਕੂਲ ਉੱਥੇ ਬਹਿ ਕੇ ਫਿਰ ਤੁਸੀ ਫੈਸਲਾ ਕਰਨਾ ਹੁੰਦਾ ਕੱਲੇ ਨੇ ਭੱਜਣਾ ਜਾਂ ਪੰਜ ਸੱਤ ਨਾਲ ਲੈ ਲਈਏ ਬਹੁਮਤ ਹੋ ਜੇ ਥੋੜਾ ਜਿਆ ਬਹੁਮਤ ਨਾਲ ਹੋ ਜੇ ਫਿਰ ਇਹ ਫੈਸਲਾ ਕਰਨਾ ਸਾਰੀ ਛੁੱਟੀ ਵੇਲੇ ਕੁੱਟਣਾ ਕਿਹਨੂੰ ਹੈ ਇਹ ਵੀ ਦੇਖਣਾ ਉਧਰ ਕਿੰਨੇ ਕਿੰਨੇ ਫਿਰ ਭੱਜਣਾ ਕਿਧਰ ਦੀ ਹੈ ਇਹ ਪਰਸਨੈਲਿਟੀ ਡਿਵੈਲਪਮੈਂਟ ਹੈ ਸਰਕਾਰੀ ਸਕੂਲਾਂ ਚੋਂ ਮਿਲਦੀ ਹੈ ਇਹ ਇਹ ਜਿਹੜੇ ਹੁਣ ਮਤਲਬ ਚੋਨਾ ਚੋਨਾ ਭਗਵੰਤਮਾਨ ਇਹ ਪੰਜਾਬ ਦੀ ਪਿੱਠ ਵਿੱਚ ਛੂਰਾ ਘੋਪਦਾ ਹੈ ਇਹਨਾਂ ਤੋਂ ਗੱਲ ਨਹੀਂ ਬਣਦੀ ਜੀ ਪੰਜਾਬੀ ਸਿੱਖੋ ਪਹਿਲਾਂ ਮਾਨ ਸਾਹਿਬ ਤੁਹਾਡੇ ਇੱਕ ਦੋਸਤ ਮੈਨੂੰ ਦੱਸ ਰਹੇ ਸੀ ਕਿ ਜਿੱਥੇ ਸੀਐਮ ਹਾਊਸ ਜਿੱਥੇ ਤੁਸੀਂ ਰਹਿ ਰਹੇ ਹੋ ਕਹਿੰਦੇ ਕਿ ਜਦੋਂ ਤੁਸੀਂ ਉਹਦੇ ਮੋਰੋਂ ਨਿਕਲਦੇ ਸੀਗੇ ਉੱਥੋਂ ਦੇ ਅੱਗੋਂ ਨਿਕਲਦੇ ਸੀ ਕਹਿੰਦੇ ਹੁੰਦੇ ਸੀ ਕਿ ਮੈਂ ਇੱਕ ਦਿਨ ਜ਼ਰੂਰ ਇੱਥੇ ਆਉਂਗਾ ਆਮ ਘਰਾਂ ਦਾ ਮੁੰਡਾ ਜਿਹੜਾ ਵਾ ਇੱਕ ਦਿਨ ਜ਼ਰੂਰ ਇੱਥੇ ਸੀਐਮ ਬਣ ਕੇ ਆਇਆ ਤੁਸੀਂ ਅਮੂਮਨ ਕਹਿੰਦੇ ਸੀ ਰਾਤ ਨੂੰ ਕਹਿੰਦੇ 2 ਵਜੇ 3 ਵਜੇ ਨਿਕਲਣਾ ਉੱਥੋਂ ਇਹ ਕਿਸੇ ਤੁਹਾਡੇ ਦੋਸਤ ਨੇ ਕਿੱਸਾ ਦੱਸਿਆ ਸੀ ਨਹੀਂ ਐਡਵਾਂਸ ਦੇ ਵਿੱਚ ਆਪਦਾ ਘਰ ਦੇਖਣ ਚ ਕੀ ਹਰ ਜਾਏ ਤੁਸੀਂ ਜ਼ਿਆਦਾ ਹੀ ਐਡਵਾਂਸ ਦੇਖ ਲਿਆ ਸੀ ਨਹੀਂ ਮੈਨੂੰ ਪਤਾ ਸੀ ਮੈਂ ਆਉਣਾ ਇੱਥੇ ਇੱਕ ਦਿਨ ਮੈਂ ਮਿਹਨਤ ਮੈਂ ਲੋਕਾਂ ਦੇ ਹੱਕ ਦੀ ਗੱਲ ਕਰੂੰਗਾ جنونی ਸੀ ਮੈਂ ਇਹ ਕਿਤਾ ਵੱਡੇ ਵੱਡੇ ਤੁਸੀਂ ਜਿੰਨੇ ਵੀ ਮੈਂ ਉਹਨਾਂ ਦੇ ਬਰਾਬਰ ਆਪਣੇ ਆਪ ਨੂੰ ਕੰਪੇਅਰ ਤਾਂ ਨਹੀਂ ਕਰਦਾ ਪਰ ਬਹੁਤ ਸਾਰੇ ਲੋਕ ਨੇ ਜਿਹੜੇ جنونی ਨੇ ਜਿਨ੍ਹਾਂ ਨੇ ਸੋਚਿਆ ਸੀ ਆਹ ਕਰਨੇ ਕਰਨਾ ਹੈ ਮੈਂ ਆਇਆ ਨਾ ਤੇ ਮੈਂ ਵੀ ਕਹਿੰਦਾ ਸੀਗਾ ਰਾਤ 2-3 ਵਜੇ ਨਿਕਲਦੇ ਸੀ ਸੋਚਦੇ ਸੀ ਗੋਲ ਤਾਂ ਗੋਲ ਤਾਂ ਕੋਈ ਰੱਖੋਗੇ ਨਾ ਜੇ ਫੁੱਟਬਾਲ ਦੇ ਗਰਾਊਂਡ 'ਚ ਦੋਨੇ ਪਾਸੇ ਗੋਲ ਪੱਟ ਦੀਏ ਫਿਰ ਕਾਦੇ ਵਾਸਤੇ ਲੱਤਾਂ ਮਾਰੀ ਜਾਂਦੇ ਬਾਈ ਬਾਈ ਜਾਣੇ ਕੋਈ ਨਾ ਕੋਈ ਤਾਂ ਗੋਲ ਹੋਊਗਾ ਨਾ ਮੈਂ ਚਾਹੁੰਦਾ ਸੀ ਕਿ ਮੈਂ ਇੱਥੇ ਆਉਂਗਾ ਤੇ ਮੈਨੂੰ ਇਹ ਯਕੀਨ ਸੀ ਇਹ ਤਾਂ ਫਿਰ ਡੈਡੀਕੇਸ਼ਨ ਹੈ ਨਾ ਜਨੂਨ ਹੈ ਰੱਖਣਾ ਚਾਹੀਦਾ ਹਰੇਕ ਨੂੰ ਸੁਪਨੇ ਵੱਡੇ ਲਾਓ ਤੁਸੀਂ ਆਪਣਾ ਕੰਟਰੀ ਹੈ ਤੋ ਬਦਲਾ ਲਾਇਸੈਂਸ ਮੰਗੋਗੇ ਤਾਂ ਕਿਤੇ ਪਿਸਤੌਲ ਦਾ ਮਿਲਦਾ ਜੇ ਪਹਿਲੀ ਪਿਸਤੌਲ ਦਾ ਅਪਲਾਈ ਕਰੋਗੇ ਗਲੇਲ ਦਾ ਵੀ ਨਹੀਂ ਦਿੰਦੇ ਇਹ ਗੋਲ ਸੀਐਮ ਦਾ ਹੈ ਤਾਂ ਸੁਪਨੇ ਦੇਖੋ ਇਹ ਬਣਾਗੇ ਵੱਡੇ ਬਣਾਗੇ ਕਿਉਂ ਨਹੀਂ ਬਣਾਗੇ ਵੱਡੇ ਸਾਨੂੰ ਹੱਕ ਦੇਖੋ ਅਬਦੁਲ ਕਲਾਮ ਜੀ ਨੇ ਕਿਹਾ ਸੁਪਨੇ ਉਹ ਨਹੀਂ ਹੁੰਦੇ ਤੁਸੀਂ ਕਹਿੰਦੇ ਰਾਤ ਦੇ 2 ਵਜੇ ਮੈਂ ਜਾ ਕੇ ਗੇੜਾ ਮਾਰ ਕੇ ਆਉਂਦਾ ਸੀ ਸਵੇਰ ਸਹੀ ਸੀ ਨਾ ਮੇਰੇ ਪਰ ਠੀਕ ਠਾਕ ਹੈ ਆਉਣਾ ਇੱਥੇ ਅਬਦੁਲ ਕਲਾਮ ਜੀ ਨੇ ਕਿਹਾ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਚਾਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਇਸ ਕਰਕੇ ਸੁਪਨੇ ਲੈਣੇ ਨੇ ਔਰ ਸੁਪਨੇ ਪੂਰੇ ਵੀ ਕਰਨੇ ਇੱਕ ਗੋਲ ਇਹ ਗੋਲ ਇੱਥੋਂ ਤੱਕ ਆ ਜਾਂ 7 आरसीआर ਤੱਕ ਵੀ ਹੈ ਨਹੀਂ ਨਹੀਂ ਮੈਂ ਦੇਖੋ ਮੈਂ ਕਈ ਵਾਰ ਸੁਪਨਾ ਕਿੰਨਾ ਵੱਡਾ ਦੇਖਿਆ ਜਾਂਦਾ ਦੇਖੋ ਸੋਚਿਆ ਸੋਚਣਾ ਹੋਈ ਹੈ ਜੋ ਸੋਚਿਆ ਲੱਖ ਵਾਰ ਪ੍ਰਮਾਤਮਾ ਪਤਾ ਨਹੀਂ ਕਿਧਰੋਂ ਵਿਧੀਆਂ ਬਣਾਊਗਾ ਕਿਧਰ ਨੂੰ ਲੈ ਕੇ ਜਾਊਗਾ ਨਾ ਤਾਂ ਕਾਮੇਡੀਅਨ ਬਣਨ ਬਾਰੇ ਸੋਚਿਆ ਸੀ ਔਰ ਇਸ ਲੈਵਲ ਤੇ ਸ਼ੋਹਰਤ ਕਦੇ ਵੀ ਨਹੀਂ ਸੋਚੀ ਸੀ ਨਾ ਹੀ ਇਹ ਸੋਚਿਆ ਸੀ ਕਿ ਇਸ ਲਾਈਨ ਨੂੰ ਇੱਕਦਮ ਕੁਇਟ ਕਰ ਦੂੰਗਾ ਇਹ ਇਧਰਲੇ ਪਾਸੇ ਆ ਜਾਊਗਾ 8 ਸਾਲ ਹੋਏ ਆ ਜੀ ਬਸ 14 ਤੋਂ 22 ਤੱਕ ਦੀ ਕਹਾਣੀ ਹੈ 14 ਚ ਪਾਰਟੀ ਵੱਲੋਂ ਆਮਾ ਦੀ ਪਾਰਟੀ ਨਵੀਂ ਪਹਿਲੀ ਵਾਰ ਪੰਜਾਬ ਚ ਲੜੀ ਚਾਰ ਸੀਟਾਂ ਜਿੱਤੀਆਂ ਵਿੱਚ ਮੈਂ ਵੀ ਸੀ 17 ਚ 20 ਸੀਟਾਂ ਆਈਆਂ ਵਿਪੱਖਸ਼ 19 ਚ ਮੈਂ ਇਕੱਲਾ ਜਿੱਤਿਆ 22 ਚ ਸਰਕਾਰ ਬਣ ਗਈ 8 ਸਾਲਾਂ ਚ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਅਸੀਂ ਕਦੇ ਹਾਰਦੇ ਨਹੀਂ ਹੁੰਦੇ ਉਹ ਸਾਰੇ ਲੋਕਾਂ ਨੇ ਜੜੋਂ ਖਾੜ ਕੇ ਧਰ ਤੇ ਮੈਂ ਫੇਰ ਕਹਿੰਨਾ ਲੋਕਾਂ ਨੇ ਮੈਂ ਨਹੀਂ ਮੇਰੀ ਕੋਈ ਔਕਾਤ ਨਹੀਂ ਤਾਂ ਫਿਰ ਕੁਝ ਨਾ ਕੁਝ ਤਾਂ ਫਿਰ ਪ੍ਰਮਾਤਮਾ ਕਰ ਹੀ ਰਿਹਾ ਵਡੇ ਸਭ ਤੋਂ ਪੁਰਾਣੇ ਦੋਸਤਾਂ ਚੋਂ ਕਰਮਜੀਤ ਅਨਮੋਲ ਹੋਰੀ ਤੁਸੀਂ ਉਹਨਾਂ ਨੂੰ ਕੱਲ ਪਰਸੋਂ ਕੁਲਦੀਪ ਮਾਨਕ ਹੋਰਾ ਦੀਆਂ ਜਿਹੜੀਆਂ ਸੱਤਰਾ ਨੇ ਉਹ ਗੁਣਗੁਣਾਂ ਨੂੰ ਕਿਹਾ ਸੀਗਾ ਔਰ ਉਸ ਦੇ ਵਿੱਚ ਕੁਝ ਐਡ-ਆਨ ਕੀਤਾ ਸੀ ਮੈਂ ਚਾਹੂੰਗਾ ਕਿ ਉਹ ਦਰਸ਼ਕ ਵੀ ਸੁਣਨ ਤੇ ਉਸੇ ਅੰਦਾਜ਼ ਚ ਉਸੇ ਸਟਾਈਲ ਚ ਔਰ ਉਹ ਕਿਉਂ ਤੁਸੀਂ ਕਿਹਾ ਕਿ ਕੁਲਦੀਪ ਮਾਨਕ ਸਾਹਿਬ ਦਾ ਇੱਕ ਬਹੁਤ ਬਹੁਤ ਹੀ ਜ਼ਿਆਦਾ ਫੇਮਸ ਗਾਣਾ ਚਾਦਰ ਉਹਦੇ ਵਿੱਚ ਕੁੜੀ ਦੇ ਜਜ਼ਬਾਤ ਨੇ ਬੜਾ ਵਧੀਆ ਉਹ ਮੈਨੂੰ ਬਹੁਤ ਪਸੰਦ ਆ ਕਿਉਂਕਿ ਕਰਮਜੀਤ ਕੁਲਦੀਪ ਮਾਨਕ ਸਾਹਿਬ ਦਾ ਸਾਕਾ ਭਾਂਜਾ ਹੈ ਤਾਂ ਉਹਨਾਂ ਦੀ ਜਿਹੜੀ ਆਵਾਜ਼ ਦਾ ਥੋੜੇ ਝਲਕ ਜਿਹੜੀ ਹੈ ਉਹ ਕਰਮਜੀਤ ਦੀ ਆਵਾਜ਼ ਤੋਂ ਮਿਲਦੀ ਹੈ ਉਹ ਸੀਗਾ ਕਿ ਨੀ ਮੈਂ ਚਾਦਰ ਕੱਢਦੀ ਨਹੀਂ ਉੱਤੇ ਪਾਵਾਂ ਵੇਲਾਂ ਸਾਡੇ ਪਿੰਡੇ ਦੇ ਸਟੇਸ਼ਨ ਤੇ ਨਾ ਰੁਕਦੀਆਂ ਰੇਲਾਂ ਮੇਰਾ ਧਰਮ ਨਹੀਂ ਬਾਬਲ ਨਹੀਂ ਦੇਸਾਂ ਦਾ ਰਾਜਾ ਨੀ ਮੈਂ ਕਹਿ ਕੇ ਬਾਪੂ ਨੂੰ रियल ਨਾ ਰਕਮਾ ਸੋ ਕੁੜੀ ਲਈ ਇੱਕ ਸਟੇਸ਼ਨ ਤੇ ਗੱਡੀ ਰਕਵਾਉਣਾ ਆਪਣੇ ਬਾਪੂ ਨੂੰ ਦੇਸਾਂ ਦਾ ਰਾਜਾ ਕਹਿਣਾ ਇਹ ਬੜੇ ਵੱਡੀ ਗੱਲ ਹੈ ਸਾਡੇ ਕਲਚਰ ਚ ਸੋ ਮੈਂ ਬਹੁਤ ਮੇਰੀ ਮੰਮੀ ਹੋਰਾਂ ਨਾਲ ਮੇਰੇ ਭੂਆ ਜੀ ਹੋਰਾਂ ਨਾਲ ਜੋ ਕਲਚਰ ਜੋ ਸਿੱਠਣੀਆਂ 도ਹੇ ਵਿਆਹਾਂ ਛਾਦੀਆਂ ਚ ਅਸੀਂ ਕਰਦੇ ਜਾਂਦੇ ਰਹੇ ਗਾਉਂਦੇ ਰਹੇ ਮੈਂ ਅੱਜ ਵੀ ਮੇਰੀ ਮਾਂ ਨਾਲ ਬਹਿ ਕੇ ਉਨਨ ਯਾਦ ਕਰ ਲੈਣਾ ਉਹਨਾਂ ਪਰ ਪੰਜਾਬ ਦੇ ਲੋਕ ਚਾਹਦੇ ਨੇ ਕਿ ਥੋੜਾ ਜਿਹਾ ਗਾ ਕੇ ਉਸੇ ਅੰਦਾਜ਼ ਚੋਰ ਜਿਹੜੀ ਲਾਈਨ ਕੀ ਸਟੇਸ਼ਨ ਤੇ ਜਿਵੇਂ ਜਦੋਂ ਜਦੋਂ ਰਿਸ਼ਤਾ ਹੁੰਦਾ ਹੈ ਭਰਾ ਨੂੰ ਰਿਸ਼ਤਾ ਹੁੰਦਾ ਹੈ ਸਹਾਰਾ ਲੱਗਦਾ ਕਹਿ ਲਓ ਮੰਗਣਾ ਕਹਿ ਲਓ ਉਸ ਵੇਲੇ ਭੈਣਾ ਉਹਦੇ ਲਈ ਦੋਹੇ ਗਾਉਂਦੀਆਂ ਨੇ ਕਿਉਂਕਿ ਜਿਹੜਾ ਪਟਵਾਰੀ ਆਉਧਾ ਹੈ ਨਾ ਉਹ ਪਿੰਡਾਂ ਵਾਲੀ ਸਭ ਤੋਂ ਵੱਡਾ ਹੁੰਦਾ ਹੈ ਪਿੰਡਾਂ ਵਾਲਿਆਂ ਲਈ ਬਹੁਤ ਵੱਡਾ ਆਉਧਾ ਹੁੰਦਾ ਹੁੰਦਾ ਉਦੋਂ ਉਹ ਜਿਹੜੇ ਲਿਖਿਆ ਹੋਇਆ ਸਾਡੇ ਕਲਚਰ ਚ ਵਿਰਸੇ ਚ ਉ ਵੀਰਾ ਵੇ ਪਟਵਾਰੀਆਂ ਵੀਰਾ ਤੂੰ ਤੁੱਪੇ ਜਾਵੇਂ ਵੇ ਕੁਮਲਾ ਜੇ ਮੈਂ ਹੋਮ ਬੱਦਲੀ ਵੇ ਤੇਰਾ ਸੂਰਜ ਦੇਵਾ ਬੇਅੰਤੋਂ ਪਿਆਰਿਆਂ ਛਪਾ ਮਤਲਬ ਭੈਣ ਆਪਣੇ ਭਰਾ ਦੀ ਧੁੱਪ ਰੋਕਣ ਲਈ ਬੱਦਲੀ ਬਣਨ ਤਿਆਰ ਆ ਸਾਡਾ ਕਲਚਰ ਫਿਰ ਚਾਰੇ ਭਾਈ ਚੌਧਰੀ ਵੀਰਾ ਚਾਰੇ ਥਾਣੇ ਵੇਦਾਰ ਚਾਰਾਂ ਨੂੰ ਲੱਗੀਆਂ ਕੁਰਸੀਆਂ ਕੋਈ ਚਾਰਾਂ ਨੂੰ ਲੱਗੇ ਵੇ ਜੀਵਨ ਜੋਗਿਓ ਥਾਲ ਮਤਲਬ ਥਾਲਾਂ ਦੇ ਵਿੱਚ ਪਾ ਕੇ ਉਹਨਾਂ ਨੂੰ ਸ਼ਵਾਰਾ ਖਵਾਇਆ ਜਾ ਰਿਹਾ ਹੈ ਨਾ ਫਿਰ ਜਦੋਂ ਡੋਲੀ ਤੁਰਦੀ ਹੈ ਤਾਂ ਫਿਰ ਉਦੋਂ ਦੋ ਦੋ ਦੀਆਂ ਝੋਟੀਆਂ ਬਣਾ ਕੇ ਬੀਬੀ ਛੱਡਨੀ ਪੀੜੀ ਦੀ ਡੋਰ ਨਹੀਂ ਸਾਡਾ ਕੀ ਐ ਜੋਰ ਨਹੀਂ ਜੋਰਾਵਾਂ ਵਾਲੇ ਲੈ ਨਹੀਂ ਚੱਲੇ ਬੀਬੀ ਛੱਡਨੀ ਪੀੜੀ ਦਾ ਪਾਵਾ ਨਹੀਂ ਸਾਡਾ ਕੀ ਐ ਦਾਵਾ ਨਹੀਂ ਦਾਵੇ ਵਾਲੇ ਲੈ ਨਹੀਂ ਚੱਲੇ ਬੀਬੀ ਟੱਚਿੰਗ ਹੋ ਤੱਚ ਬਹੁਤ ਵਗਵੀ ਹੋ ਤੁਸੀਂ ਔਰ ਦਿਲ ਦੇ ਸਾਫ ਹੋ ਜਿਸ ਵੇਲੇ ਢੋਲੀ ਤੁਰਨ ਲੱਗਦੀ ਹੈ ਮਾਹੌਲ ਗਮਗੀਨ ਹੋ ਜਾਂਦਾ ਇੱਕ ਕਾਲਜੇ ਦਾ ਟੁਕੜਾ ਜਾ ਰਹੇ ਹੈ ਢੋਲੀ ਚ ਬੈਠ ਰਹੇ ਸਾਰੇ ਹੀ ਲਗਭਗ ਉਸ ਵੇਲੇ इमोਸ਼ਨ ਹੁੰਦੇ ਨੇ ਇੱਕ ਬਾਪ ਹੁੰਦਾ ਹੈ ਜਿਹੜਾ ਕੋਸ਼ਿਸ਼ ਕਰਦਾ ਹੈ ਕਿ ਕਟੁਕੜ ਮੈਂ ਸਟਰੋਂਗ ਰਵਾਂ ਪਰ ਫਿਰ ਵੀ ਬਾਪ ਹੈ ਤੇ ਉਹ ਅੱਖਾਂ ਚੋਂ ਅਥਰੂ ਆਉਂਦੇ ਨੇ ਤਾਂ ਉਹਲੇ ਨੂੰ ਹੋ ਕੇ ਜਦੋਂ ਥੋੜਾ ਅੱਖਾਂ ਦੇ ਅਥਰੂ ਸਾਫ਼ ਕਰਦਾ ਤਾਂ ਢੋਲੀ ਵਾਲੀ ਕੁੜੀ ਜਿਹੜੀ ਉਹਦੀ ਬੇਟੀ ਹੈ ਉਹਨੂੰ ਪਤਾ ਲੱਗ ਜਾਂਦਾ ਫਿਰ ਉਹਦੇ ਵੱਲੋਂ ਸਾਡੀਆਂ ਦਾਦੀਆਂ ਚਾਚੀਆਂ ਨਾਨੀਆਂ ਗਾਉਂਦੀਆਂ ਮੋਰਾ ਨੇ ਪਹਿਲਾਂ ਪਾਲੀਆਂ ਪਾਪਲ ਸ਼ਮ ਸ਼ਮ ਰੋਵੇ ਤੂੰ ਕਿਉਂ ਰੋਣਾ ਬਾਬਲਾਤੀਆਂ ਤਨ ਵੇਪਰਾਏ ਇਕੋ ਤੀਆਂ ਦੀ ਬੇਨਤੀ ਵੇ ਸਾਨੂੰ ਦੂਰ ਨਾ ਵਿਆਹੋ ਦੂਰਾਂ ਦੇ ਪਰਮਟ ਦੂਰ ਦੇ ਵੇ ਸਾਥੋਂ ਮਿਲਿਆ ਨਾ ਜਾਏ ਇਕੋ ਤੀਆਂ ਦੀ ਬੇਨਤੀ ਵੇ ਕੋਈ ਮਿਲਣੇ ਨੂੰ ਆਏ ਬਹੁਤ ਚੰਗਾ ਬਹੁਤ ਚੰਗਾ ਬਹੁਤ ਚੰਗਾ ਮਨਸਾ ਤੁਸੀਂ ਤਾਂ ਤੁਸੀਂ ਖੁਦ ਹੀ ਮੈਨੂੰ ਲੱਗ ਰਿਹਾ ਭਾਵੂ ਖੋਇ ਮੈਂ ਤੁਹਾਡੀਆਂ ਅੱਖਾਂ ਬਿਆਨ ਕਰਦਾ ਇੱਕ ਕਲਚਰ ਹੈ ਜੀ ਸਾਡਾ ਫਾਦਰ ਸਾਹਿਬ ਦਾ ਅਸਲ ਚ ਸਾਡਾ ਕਲਚਰ ਹੈ ਤੁਸੀਂ ਆਪਣੇ ਬਾਪੂ ਜੀ ਦੇ ਬੜੇ ਨੇੜੇ ਰਹੇ ਹੋ ਜੀ ਅਮੂਮਨ ਤੁਹਾਡੀਆਂ ਗੱਲਾਂ ਹੀ ਸੁਣਿਆ ਜਾਂਦਾ ਹੈ ਕਿ ਮਹਿੰਦਰ ਮਾਸਟਰ ਦਾ ਮੈਂ ਮੁੰਡਾ ਮਹਿੰਦਰ ਮਾਸਟਰ ਦਾ ਮੈਨੂੰ ਯਾਦ ਆ ਤੁਸੀਂ ਇੱਕ ਵਾਰ ਕਿਹਾ ਸੀਗਾ ਕਿ ਜਦੋਂ ਪਹਿਲੀ ਵਾਰ ਉਹਨਾਂ ਨੂੰ ਪਤਾ ਲੱਗਾ ਕਿ ਤੁਸੀਂ ਆਰਟਿਸਟ ਬਣਨਾ ਚਾਹੁੰਦੇ ਹੋ ਤੁਹਾਨੂੰ ਕੁੱਟਿਆ ਵੀ ਸੀਗਾ ਸ਼ਾਇਦ ਉਹਨਾਂ ਨੇ ਔਰ ਜਦੋਂ ਪਹਿਲੀ ਵਾਰ ਇੰਟਰਵਿਊ ਲੈਣ ਲਈ ਕੋਈ ਤੁਹਾਡੇ ਕੋਲ ਪਹੁੰਚਿਆ ਫਿਰ ਉਹਨਾਂ ਨੇ ਕਿਹਾ ਕਿ ਮੈਂ ਭਗਵੰਤ ਮਾਨ ਦਾ ਮੁੰਡਾ ਹਾਂ ਸੋ ਭਗਵੰਤ ਮਾਨ ਮੇਰਾ ਮੁੰਡਾ ਮੇਰਾ ਮੁੰਡਾ ਸੋ ਮਾਪੇ ਕਈ ਵਾਰੀ ਦੇਖੋ ਹੁੰਦਾ ਹੈ ਉਹਨਾਂ ਨੂੰ ਕਦੀ ਕਿਹਾ ਸੀ ਕਿ ਮੈਂ ਸੀਐਮ ਬਣਾਗਾ ਕਲਾਕਾਰ ਤੋਂ ਬਾਅਦ ਉਹਨਾਂ ਨਾਲ ਕਦੀ ਗੱਲ ਹੋਈ ਸੀ ਨਹੀਂ ਉਹਨਾਂ ਦੀ ਜਿੰਮੇਸ ਕਰਦੇ ਉਹਨਾਂ ਨੂੰ ਬਹੁਤ ਮੇਰੇ ਰਾਜਨੀਤੀ ਚ ਆਉਣ ਤੋਂ ਪਹਿਲਾਂ ਡੈਥ ਹੋ ਗਈ ਉਹਨਾਂ ਦੀ 2011 ਚ ਉਹਨਾਂ ਦੀ ਡੈਥ ਹੋ ਗਈ ਤੇ ਮਤਲਬ ਹਜੀ ਜਸਟ ਮੈਂ ਪੀਪੀਪੀ ਜੁਆਇਨ ਹੀ ਕੀਤੀ ਸੀ ਤੇ ਕਾਸ਼ ਉਹ ਅੱਜ ਹੁੰਦੇ ਤਾਂ ਬੜੇ ਖੁਸ਼ ਹੁੰਦੇ ਪਰ ਉਹ ਕਿਉਂਕਿ ਐਮਏ ਪੋਲੀਟੀਕਲ ਸਾਇੰਸ ਬੀਐਸਸੀ ਬੀਐਡ ਉਸ ਇਲਾਕੇ ਦੇ ਕਾਫੀ 20-25 ਕਿਲੋਮੀਟਰ ਦੇ ਰੇਡੀਅਸ ਦੇ ਇਕਲੌਤੇ ਪੜ੍ਹੇ ਲਿਖੇ ਸੀਗੇ ਜਿਹੜੇ ਸਾਇੰਸ ਟੀਚਰ ਸੀ ਮੈਥ ਵੀ ਪੜਾਉਂਦੇ ਸੀ ਪੋਲਿਟਿਕਸ ਦਾ ਤੇ ਖੇਡਾਂ ਦਾ ਚੇਣਕ ਜਿਹੜੀ ਮੈਨੂੰ ਉਹਨਾਂ ਤੋਂ ਲੱਗੀ ਸੋ ਮੈਂ ਉਸ ਵੇਲੇ ਵੀ ਜਦੋਂ ਟੀਵੀ ਤੇ ਰਿਜ਼ਲਟ ਆਉਂਦੇ ਹੁੰਦੇ ਤਾਂ ਦੋ-ਦੋ ਤਿੰਨ-ਤਿੰਨ ਦਿਨ ਰਿਜ਼ਲਟ ਹੀ ਚੱਲੇ ਜਾਂਦੇ ਪਰਚੀਆਂ ਗਿਣਦੇ ਸੀ ਨਾ ਤਾਂ ਫਿਰ ਮੈਨੂੰ ਨਾਲ ਬਿਠਾਉਂਦੇ ਹੁੰਦੇ ਉਹ ਰਿਸਟਰ ਲੈ ਕੇ ਕਿ ਲਿਖ ਇੰਨੀਆਂ ਸੀਟਾਂ ਇਹਨਾਂ ਨੂੰ ਆਗੀਆਂ ਇੰਨੀਆਂ ਇਹਨਾਂ ਨੂੰ ਆਗੀਆਂ ਮੈਨੂੰ 7ਵੀਂ 8ਵੀਂ ਚ ਪੜ੍ਹਦਾ ਸੀਗਾ ਜਦੋਂ ਮੈਨੂੰ ਅੱਜ ਸ਼ਾਇਦ ਜੇ ਪਾਰਲੀਮੈਂਟ 'ਚ ਵੀ ਅੱਜ ਵੀ ਜਿਹੜੇ ਬੰਦੇ ਆ ਸ਼ਾਇਦ 70 80% ਨੂੰ ਅੱਜ ਵੀ ਨਹੀਂ ਪਤਾ ਹੋਣਾ ਡੀਐਮਕੇ ਤਾਮਿਲਨਾਡੂ ਦੀਆਂ ਦੋ ਪਾਰਟੀਆਂ ਨੇ ਡੀਐਮਕੇ ਤੇ ਏਆਈਡੀਐਮਕੇ ਉਹਨਾਂ ਦੀ ਫੁੱਲ ਫਾਰਮ ਕੀ ਹੈ ਮੈਨੂੰ 7ਵੀਂ ਕਲਾਸ 'ਚ ਪਤਾ ਲੱਗਿਆ ਸੀ ਇਹ ਮੇਰੇ ਡੈਡੀ ਤੋਂ ਡੀਐਮਕੇ ਦਰविड़ ਮੁਰਤਮ ਕੜਗਮ ਏਆਈਡੀਐਮਕੇ ਆਲ ਇੰਡੀਆ ਦਰविड़ ਮੁਰਤਮ ਕੜਗਮ ਉਸ ਵੇਲੇ ਦੀ ਚਿੰਗ ਲੱਗੀ ਹੋਈ ਆ ਜਿਹੜੀ ਬਾਅਦ 'ਚ ਭੰਬੜ ਬਣ ਗਈ ਅੱਜ ਪੰਜਾਬ ਦੀ ਦੇ ਮੁੱਖ ਸੇਵਾਦਾਰ ਵਜੋਂ ਬੈਠੇ ਆ। ਲਈਕਰ ਤੁਸੀਂ ਹੋਰ ਮੈਂ ਥੋੜਾ ਜਿਹਾ ਪਰਸਨਲ ਸਵਾਲ ਜ਼ਰੂਰ ਤੁਸੀਂ ਕਿਹਾ ਕਿ ਜਦੋਂ ਮੈਂ ਆਪਣੇ ਦੋਸਤਾਂ ਨੂੰ ਕਈਆਂ ਨੂੰ ਫੋਨ ਕਰਦਾ ਹੁਣ ਵੀ ਉਹ ਮੈਨੂੰ ਬਾਈ ਕਹਿੰਦੇ ਆ। ਬਾਈ ਕਹਿੰਦੇ। ਅੱਛਾ ਬੇਬੇ ਤੁਹਾਨੂੰ ਕਿਹੜੇ ਨਾਮ ਤੋਂ ਬੁਲਾਉਂਦੇ ਆ? ਪੁੱਤ। ਪੁੱਤ ਕਹਿੰਦੇ ਆ ਤੁਹਾਡਾ ਨਾਮ ਲੈਨੇ ਆ ਜੇ ਦੂਰ ਤੋਂ ਬੁਲਾਣਾ ਹੋਵੇ ਫੋਨ ਕਰਦਾ ਮਾ-ਮਾ ਵਾਸਤੇ ਕੋਈ ਨਾਮ ਨਹੀਂ ਹੁੰਦਾ ਉਹ ਤਾਂ ਕੁਝ ਵੀ ਨਹੀਂ ਹੁੰਦਾ ਨਾ ਕਿ ਘਰ 'ਚ ਕਈ ਵਾਰ ਨਿਕਨੇਮ ਰੱਖਿਆ ਹੁੰਦਾ ਹੈ। ਨਹੀਂ ਬਸ ਭਗਵੰਤ ਜਾਂ ਤਾਂ ਕੱਲਾ ਭਗਵੰਤ ਜਾਂ ਵੀ ਪੁੱਤ ਆਏ। ਸੋ ਬਹੁਤ ਸਾਰੇ ਲੋਕ ਬੇਬੇ ਕੋਲ ਆ ਜਾਂਦੇ ਆ। ਵੀ ਆ ਕੰਮ ਨੇ ਆ ਕੰਮ ਉਹ ਕਹਿੰਦੀ ਪੁੱਤ ਮੈਨੂੰ ਨਹੀਂ ਪਤਾ ਮੈਂ ਅਰਜੀ ਦੇ ਦੋ ਅੱਗੇ ਤਾਂ ਉਹਨੇ ਕਾਹਾਂ ਕਰਨਾ ਸੋ ਮਾਵਾ ਦਾ ਤਾਂ ਖੈਰ ਕੋਈ ਦੇਣ ਬਿਲਕੁਲ ਸਾਡੇ ਕਲਚਰ ਚ ਸਾਡੇ ਪੰਜਾਬੀ ਵਿਰਸੇ ਚ ਇੱਕੋ ਹੀ ਇੱਕੋ ਹੀ ਰਿਸ਼ਤਾ ਜਿਹੜਾ ਇੱਕ ਅੱਖਰ ਨਾਲ ਲਿਖਿਆ ਜਾਂਦਾ ਮਾਂ ਬਾਕੀ ਸਾਰੇ ਰਿਸ਼ਤੇ ਘੱਟੋ ਘੱਟ ਦੋ ਨਾਲ ਭੈਣ ਪਿਓ ਫੁੱਫੜ ਤਿੰਨ ਨਾਲ ਹੋ ਗਿਆ ਇਕੱਲਾ ਇੱਕ ਅੱਖਰ ਹੈ ਇੱਕੋ ਅੱਖਰ ਨੂੰ ਦੁਨੀਆ ਭਰ ਦਾ ਕੋਈ ਦਾਨਿਸ਼ਮੰਦ ਕੋਈ ਵਿਦਵਾਨ ਐਕਸਪਲੇਨ ਨਹੀਂ ਕਰ ਸਕਿਆ ਕਿ ਮਾਂ ਕੀ ਹੁੰਦੀ ਹੈ ਬਸ ਇੰਨੀ ਹੈ ਕਿ ਮਾਂ ਮਾਂ ਹੁੰਦੀ ਹੈ ਬਸ ਉਹ ਤੋਂ ਵੱਡਾ ਭਾਵੇਂ ਉਹ ਅਨਪੜਾ ਭਾਵੇਂ ਪੀ ਐਚ ਡੀ ਕੀਤੀ ਹੈ ਮਾਂ ਮਾ ਹੈ ਔਰ ਹਮੇਸ਼ਾ ਜਦੋਂ ਮਾਂ ਮੰਗੂਗੀ ਦਵਾਈ ਮੰਗੂਗੀ ਬਾਬ ਦੇ ਜਵਾਕਾਂ ਵਾਸਤੇ ਤਰੱਕੀਆਂ ਵਾਸਤੇ ਆਪਾਂ ਹੁਣ ਥੋੜਾ ਜਿਆਦਾ ਫੇਰ ਪੋਲਿਟਿਕਲ ਦੇ ਪਾਸੇ ਨਵਾ ਜਾਈਏ ਸਿਆਸੀ ਯੋਰ ਪੰਜਾਬ ਦੇ ਇੱਕ ਗੁਰਬਾਣੀ ਪ੍ਰਸਾਰਣ ਦੇ ਮੁੱਦੇ ਨੂੰ ਲੈ ਕੇ ਤੁਸੀਂ ਵਿਧਾਨ ਸਭਾ ਦੇ ਵਿੱਚ ਬਿੱਲ ਲੈ ਕੇ ਆਏ ਸੀ ਰਾਜਪਾਲ ਜੀ ਕੋਲ ਗਿਆ ਉਹ ਉਸ ਤੋਂ ਬਾਅਦ ਉਹ ਰਾਸ਼ਟਰਪਤੀ ਨੂੰ ਭੇਜ ਦਿੱਤਾ ਗਿਆ ਆਮ ਤੌਰ ਤੇ ਕਿਹਾ ਜਾਂਦਾ ਕਿ ਠੰਡੇ ਬਸਤੇ ਚ ਪੈ ਗਿਆ ਤੁਸੀਂ ਕੀ ਉਸ ਦੀ ਸਥਿਤੀ ਜਾਂ ਸਟੇਟਸ ਦੇਖ ਰਹੇ ਹੋ ਮੇਰਾ ਮਕਸਦ ਇਹਦੇ ਵਿੱਚ ਕੋਈ ਨਾ ਤਾਂ ਮੈਂ ਕੋਈ ਧਾਰਮਿਕ ਕੋਈ ਛੇੜਛਾੜ ਕਰਨਾ ਚਾਹੁੰਦਾ ਜਾਂ ਕੋਈ ਸਾਨੂੰ ਗੁਰਬਾਣੀ ਜਿਹੜੀ ਹੈ ਬਹੁਤ ਵੱਡਾ ਖਜ਼ਾਨਾ ਹੈ ਦਸਾਂ ਗੁਰੂਆਂ ਦੀ ਬਾਣੀ ਪਟਾਂ ਦੀ ਬਾਣੀ ਐਡਾ ਵੱਡਾ ਖਜ਼ਾਨਾ ਸਾਡੇ ਕੋਲੇ ਪਿਆ ਅਸੀਂ ਚਾਹੁੰਦੇ ਇਹਦਾ ਪ੍ਰਸਾਰ ਪੂਰੀ ਦੁਨੀਆ 'ਚ ਹੋਵੇ ਅੱਜ ਜਿਹੜੇ ਵੀ ਮਾਧਿਅਮ ਆ ਗਏ YouTube ਤੋਂ ਲੈ ਕੇ ਜਿਹੜੇ ਮਾਧਿਅਮ ਆ ਗਏ ਉਹ ਸਾਰਿਆਂ ਤੇ ਗੁਰਬਾਣੀ ਸੁਣਨ ਨੂੰ ਮਿਲੇ ਉਹ ਇੱਕੋ ਚੈਨਲ ਨੂੰ ਕਿਉਂ ਦੇ ਰੱਖੀ ਐ ਸਮਝ ਨਹੀਂ ਆਉਂਦੀ ਇਹ ਕਿਸੇ ਦੇ ਐਕਸਕਲੂਸਿਵ ਰਾਈਟਸ ਕਿਵੇਂ ਬਣ ਗਏ ਉਹ ਉਹਨਾਂ ਦੀ ਕਿਵੇਂ ਬਣ ਗਈ ਗੁਰਬਾਣੀ ਜਦਕਿ ਗੁਰੂ ਸਾਹਿਬ ਨੇ ਸਰਬੱਤ ਦਾ ਭਲਾ ਗੁਰਬਾਣੀ ਦਾ ਸਰਬੱਤ ਦਾ ਭਲਾ ਮੰਗਣ ਵਾਲੀ ਐ ਨਾ ਹੀ ਕੋਈ ਐਦਾਂ ਦਾ ਕੋਈ ਰਾਈਟਸ ਲਿਖਿਆ ਹੋਇਆ ਉਹਨਾਂ ਕੋਲ ਇੱਕ ਕਿਸੇ ਕਿਸੇ ਰਾਈਟ ਵਿੱਚੋਂ ਗੁਰਬਾਣੀ ਜੇ ਜਿੰਨੇ ਵੀ ਰਚਨਾਕਾਰ ਨੇ ਰਚਨਹਾਰੇ ਨੇ ਉਹਨਾਂ ਚੋਂ ਕਿਸੇ ਨੇ ਲਿਖ ਕੇ ਦਿੱਤਾ ਹੋਵੇ ਤਾਂ ਇਹ ਸਾਰੇ ਪ੍ਰਚਾਰ ਹੋਣਾ ਚਾਹੀਦਾ ਗੁਰਬਾਣੀ ਨੂੰ ਤੁਸੀਂ ਰਾਈਟਸ ਕਿਵੇਂ ਦੇ ਸਕਦੇ ਹੋ ਗੁਰਬਾਣੀ ਦੇ ਟੈਂਡਰ ਕਿਵੇਂ ਲੱਗ ਸਕਦੇ ਨੇ ਕਿ ਮੇਰੀ ਐ ਮੈਂ ਇਹਨੇ ਦਿਨਾ ਜੀ ਇਹ ਮੇਰੀ ਐ ਉਹ ਤਾਂ ਸਭ ਦੀ ਐ ਸੋ ਮੈਂ ਇਹ ਚਾਹਣਾ ਭਾਵੇਂ ਉਹ ਜਿਹੜੇ ਹੋਣ ਕਰ ਰਹੇ ਨੇ ਉਹ ਵੀ ਕਰਨ ਉਹ ਵੀ ਪ੍ਰਚਾਰ ਕਰਨ ਉਹ ਵੀ ਚਲਾਉਣ ਪਰ ਤੁਸੀਂ ਵੀ ਚਲਾਓ ਨਾ ਤੁਸੀਂ ਤੁਸੀਂ ਚਲਾ ਸਕਦੇ ਹੋ 4:30 ਵਜੇ ਲਾਈਵ ਤੁਹਾਡੀ ਕੋਈ ਮਨਸ਼ਾ ਮਾੜੀ ਤਾਂ ਨਹੀਂ ਹੈਗੀ ਪਰ ਕਿਉਂਕਿ ਇੱਕ ਚੀਜ਼ ਦੇ ਰਾਈਟਸ ਦੇਤੇ ਉਹਨਾਂ ਨੇ ਤੇ ਤੁਸੀਂ ਨਹੀਂ ਮੈਂ ਕਹਿਣਾ ਕਿ ਸਭ ਨੂੰ ਫ੍ਰੀ ਟੂ ਏਅਰ ਐਂਡ ਫ੍ਰੀ ਟੂ ਆਲ ਲੇਕਿਨ ਅਜੇ ਤੱਕ ਹੋ ਨਹੀਂ ਪਾਇਆ ਅਜੇ ਵੀ ਜਿਹੜਾ ਵਾ ਉਹਨਾਂ ਨੇ ਆਪਣਾ ਇੱਕ ਪੇਜ ਸ਼ੁਰੂ ਕਰ ਦਿੱਤਾ ਹਾਂਜੀ ਰਾਜਨੀਤੀ ਤੋਂ ਕਬਜ਼ਾ ਛਡਾਇਆ ਕਰੋ ਧਰਮ ਤੇ ਵੀ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਹੈ ਠੇਕੇਦਾਰ ਬਣੇ ਉਹਨੇ ਜਿਹੜੇ ਹੌਲੀ ਹੌਲੀ ਹੋ ਜਾਊਗਾ ਪਰ ਮੈਂ دخل زیادہ نہیں ਦਿੰਦਾ ਮੈਂ ਤਾਂ ਕੁਰਬਾਨੀ ਸਾਰੇ ਪ੍ਰਸਾਰ ਕਰpanਗੇ ਤੁਸੀਂ ਕਰਵਾ ਪਾਓਗੇ ਮੈਂ ਤਾਂ ਜੀ ਆਪਣੇ ਕੋਲ ਲੈ ਕੇ ਆਇਆ ਮੈਂ ਐਮੈਂਡਮੈਂਟ ਕੀਤੀ ਹੈ ਨਾਟ ਮੈਂ ਕੋਈ ਕੋਈ ਸੋ ਉਹ ਕਿਤਾ ਮੈਂ ਚ ਐਮੈਂਡ ਕੀਤਾ ਉਹ ਚ ਐਡ ਕੀਤਾ ਇੱਕ ਗੱਲ ਕਿ ਸਾਰਿਆਂ ਨੂੰ ਦੇਣੀ ਚਾਹੀਦੀ ਹੈ ਕੁਰਬਾਨੀ ਹਾਂ ਕੈਪ ਲਾ ਲਓ ਕਿ ਜਿਹੜੇ ਚੈਨਲ ਨੇ ਵੀ ਚਲਾਉਣੀ ਹੈ ਅੱਧਾ ਘੰਟਾ ਪਹਿਲਾਂ ਤੇ ਅੱਧਾ ਘੰਟਾ ਬਾਅਦ ਚ ਕੋਈ ਐਡ ਨਾ ਆਵੇ ਉਹ ਚ ਤਾਂ ਕਿ ਉਹਨੂੰ ਕੋਈ ਕਮਰਸ਼ੀਅਲਾਈਜ਼ ਨਾ ਕਰ ਸਕੇ ਲੇਕਿਨ ਹੁਣ ਰੁਕਿਆ ਕਿੱਥੇ ਮਸਲਾ ਕਿਵੇਂ ਕਿਵੇਂ ਹੱਲੇ ਮੈਂ ਵਿਧਾਨ ਸਭਾ ਚੋਂ ਬਿਲ ਪਾਸ ਕਰਤਾ ਗਵਰਨਰ ਸਾਹਿਬ ਨੇ ਰਾਸ਼ਟਰਪਤੀ ਕੋਲ ਭੇਜਤਾ ਮੈਂ ਵੀ ਕਰਿਆ ਸੀ ਉਹ ਆਮ ਤੌਰ ਤੇ ਕਿਹਾ ਜਾਂਦਾ ਕਿ ਠੰਡੇ ਬਸੇ ਚ ਬੈ ਗਿਆ ਤੁਹਾਨੂੰ ਲੱਗਦਾ ਕਿ ਮੈਂ ਤਾਂ ਉਮੀਦ ਕਰੂੰਗਾ ਗਵਾਨ ਸਾਹਿਬ ਤੋਂ ਰਾਸ਼ਟਰਪਤੀ ਮਹਾਮਹਿਮ ਨੇ ਸਾਡੇ ਕਿ ਉਹ ਜਲਦੀ ਸਾਈਨ ਕਰ ਨੇ ਪੁਨਖੱਟੀਏ ਕਿ ਗੁਰਬਾਣੀ ਮੈਂ ਕਿਤੇ ਮੈਂ ਕਿਤੇ ਉਹ ਕਹਿੰਦੇ ਨੇ ਗੁਰਬਾਣੀ ਤੇ ਫ੍ਰੀ ਹੈ ਕਿਵੇਂ ਫ੍ਰੀ ਹੈ ਮੈਂ ਬੰਗਲੌਰ ਗਿਆ ਹੋਟਲ ਜਾ ਕੇ ਮੈਂ ਗੁਰਬਾਣੀ ਲਾਉਣ ਵਾਸਤੇ ਉਹ ਚੈਨਲ ਜਿਹੜਾ ਲਾਇਆ ਉਥੇ ਲਿਖਿਆ ਹੋਇਆ ਕਿ ਇਹ ਚੈਨਲ ਜਿਹੜਾ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਪੈਸੇ ਦਿਓ ਮੈਂ ਰੈਸੈਪਸ਼ਨ ਤੇ ਗੱਲ ਕੀਤੀ ਕਹਿੰਦੇ ਜੀ ਇਹ ਭੇਡ ਹੈ ਇਸ ਕਰਕੇ ਚੈਨਲ ਚੱਲ ਨਹੀਂ ਸਕਦਾ ਤੇ ਇਹਦਾ ਮਨ ਕੁਰਬਾਨੀ ਪੇੜ ਆ ਫਿਰ ਮੈਨੂੰ ਮੈਂ ਜੇ ਗੁਰਬਾਨ ਮੈਂ ਅਸੀਂ ਉਹ ਚ ਆਡੀਓ ਵੀ ਲਿਖਿਆ ਆਡੀਓ ਵੀ ਲਿਖਿਆ ਜੀ ਆਡੀਓ ਤੇ ਰੌਲਾ ਨਹੀਂ ਪਾਇਆ ਕਿਉਂਕਿ ਬਾਦਲਾਂ ਦਾ ਰੇਡੀਓ ਨਹੀਂ ਹੈਗਾ ਨਾ ਹੂੰ ਟੀਵੀ ਹੈ ਬਸ ਆਡੀਓ 'ਚ ਕੋਈ ਟ੍ਰਾਂਟੋ ਤੋਂ ਕੋਈ ਹੈ ਬੈਂਕੂਵਰ ਦੇ ਜਾਂ ਮੈਲਬਨ ਦੇ 에어ਪੋਰਟ ਤੋਂ ਕੋਈ ਟੈਕਸੀ ਚਲਾਉਂਦਾ ਗੁਰਬਾਣੀ ਦਾ ਟਾਈਮ ਹੋ ਗਿਆ ਆਪਣਾ ਰੇਡੀਓ ਤੇ ਲਾ ਲੇ ਐਫ ਐਮ ਤੇ ਗੁਰਬਾਣੀ ਦਾ ਪ੍ਰਸਾਰ ਵਿੱਚ ਪਛਾਹ ਚੱਲੇ ਤੇ ਆਪਣੀ ਗੱਡੀ ਚਲਾਵੇ ਇਹ ਚ ਕਿਹੜੀ ਗੱਲ ਹੈ ਜੀ ਕਿਉਂ ਨਹੀਂ ਹੋ ਰਿਹਾ ਪ੍ਰਚਾਰ ਅਸੀਂ ਪ੍ਰਚਾਰ ਨੂੰ ਲਿਮਟਿਡ ਕਿਉਂ ਕਰ ਰਹੇ ਹਾਂ ਜਦ ਕਿ ਗੁਰਬਾਣੀ ਸਭ ਦੀ ਸਾਂਝੀ ਹੈ ਸਰਬ ਸਾਂਝੀ ਕਹਿੰਦੇ ਆਪਾਂ ਸੋ ਇਹ ਨਹੀਂ ਹੋਣਾ ਚਾਹੀਦਾ ਮੈਂ ਕੋਈ ਇਹਦੇ ਵਿੱਚ ਮੇਰਾ ਝੁੰਨਾ ਤਾਂ ਮੇਰਾ ਕੋਈ ਰੇਡੀਓ ਹੈ ਨਾ ਮੇਰਾ ਕੋਈ ਟੀਵੀ ਹੈ ਨਾ ਮੈਂ ਕੋਈ ਫੇਵਰਿਟਿਜ਼ਮ ਕਰ ਰਿਹਾ ਮੈਂ ਤਾਂ ਇਹ ਕਹਿ ਰਹੇ ਹਾਂ ਕਿ ਦਸਾਂ ਗੁਰੂਆਂ ਦੀ ਬਾਣੀ ਜਿਹੜੀ ਹੈ ਉਹ ਪੂਰੀ ਦੁਨੀਆ ਚ ਫੈਲੇ ਕਿਉਂਕਿ ਬਾਣੀ ਦੇ ਇੱਕ ਇੱਕ ਅੰਗ ਦੀ ਇੱਕ ਇੱਕ ਪੰਕਤੀ ਉਹਨੂੰ ਜੇ ਐਕਸਪਲੇਨ ਕਰਨ ਲੱਗ ਜੋ ਤਿੰਨ ਤਿੰਨ ਮਹੀਨੇ ਲੱਗ ਜਾਣਗੇ ਜੋ ਗੱਲਾਂ ਲਿਖੀਆਂ ਆਈਆਂ ਨੇ ਪਰ ਕਿਉਂਕਿ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਤਾਂ ਫਿਰ ਦੁੱਖ ਤਾਂ ਹੁੰਦਾ ਹੀ ਹੈ ਦੇਖੋ ਜੇ ਤੁਸੀਂ ਕਿਸੇ ਵੀ ਸਿਸਟਮ ਨੂੰ ਬਦਲਣ ਬਾਰੇ ਕਦੇ ਬੋਲੋਗੇ ਆਵਾਜ਼ ਠਾਉਂਗੇ ਤਾਂ ਉਹ ਸਿਸਟਮ ਦੇ ਬੈਨੀਫਿਸ਼ਰੀ ਜਿਹੜੇ ਨੇ ਜਿਹੜੇ ਉਹ ਸਿਸਟਮ ਤੋਂ ਲਾਭ ਲੈਂਦੇ ਨੇ ਉਹ ਬਾਉਂਸ ਬੈਕ ਕਰਨਗੇ ਕਰਨਗੇ ਹੂੰ ਹੁੰਦਾ ਕੋਈ ਗੱਲ ਸਰਪੰਚ ਸਾਹਿਬ ਇੱਕ ਇੱਕ ਮੈਂ ਥੋੜਾ ਜਿ ਤੁਸੀਂ ਰਾਜਪਾਲ ਵਾਲੇ ਪਾਸੇ ਚਲੇਗੇ ਗਵਰਨਰ ਸਾਹਿਬ ਵਾਲੇ ਪਾਸੇ ਤੇ ਉੱਥੋਂ ਰਾਸ਼ਟਰਪਤੀ ਗਿਆ ਹੋਇਆ ਮੈਂ ਥੋੜਾ ਜਿਹਾ ਸੈਂਟਰ ਨਾਲ ਸਟੇਟ ਦੇ ਰਿਸ਼ਤੇ ਲੋਕ ਜਾਨਣਾ ਚਾਹੁੰਦੇ ਹੋਣਗੇ ਪ੍ਰਧਾਨ ਮੰਤਰੀ ਜੀ ਨਾਲ ਤੁਹਾਡੇ ਰਿਸ਼ਤੇ ਬਤੌਰ ਪੋਲੀਟੀਕਲ ਜਾਂ ਫਿਰ ਇੱਕ ਅਹੁਦੇ ਦੇ ਉੱਤੇ ਤੁਸੀਂ ਬੈਠੇ ਹੋ ਕਿਵੇਂ ਆ ਫੋਨ ਫੋਨ ਤੇ ਗੱਲ ਹੁੰਦੀ ਰਹਿੰਦੀ ਹੈ ਉਹਨਾਂ ਨਾਲ ਹੁੰਦੀ ਹੈ ਕਦੇ ਪ੍ਰਧਾਨ ਮੰਤਰੀ ਜੀ ਨਾਲ ਮੇਰੇ ਉਸ ਤਰ੍ਹਾਂ ਦੇ ਰਿਸ਼ਤੇ ਨਹੀਂ ਜਿਵੇਂ ਇੱਕ ਸਟੇਟ ਦੇ ਮੁੱਖ ਮੰਤਰੀ ਦੇ ਆਪਣੇ ਪ੍ਰਧਾਨ ਮੰਤਰੀ ਨਾਲ ਹੋਣੇ ਚਾਹੀਦੇ ਨੇ ਸਿਕੰਦਰ ਦੇ ਪੋਰਸਾ ਦੀ ਗੱਲ ਨਹੀਂ ਸੁਣੀ सिकंदर ने क्या फोर्स ਨੂੰ ਕਹਿੰਦਾ ਤੈਨਾਂ ਕੀ ਬਿਹਾਰ ਕੀਤਾ ਜਾਓ ਕਹਿੰਦਾ ਜਿਵੇਂ ਇੱਕ ਰਾਜ ਦੂਜੇ ਰਾਜ ਨਾ ਕਰਦਾ ਤੇ ਪ੍ਰਧਾਨ ਮੰਤਰੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੋ ਪੰਜਾਬ ਦੇ ਹੱਕ ਨੇ ਮੰਗਣਾ ਮੇਰਾ ਫਰਜ ਹੈ ਉਹ ਕਹਿੰਦੇ ਝਾਕੀ ਨਹੀਂ ਦਿਖਾਉਣੀ ਕਹਿੰਦੇ 26 ਜਨਵਰੀ ਤੇ ਪੰਜਾਬ ਦੀ ਝਾਕੀ ਹੈ ਨਹੀਂ ਪਿਛਲੇ ਸਾਲ ਵੀ ਨਹੀਂ ਆ ਗਈ ਸੀ ਮੈਂ ਕਹਾਂ ਜੀ ਆਜ਼ਾਦੀ ਦਿਹਾੜੇ ਪੰਜਾਬ ਤੋਂ ਬਿਨਾ ਕਿਵੇਂ ਮਨਾ ਲੋਂਗੇ ਅਸੀਂ ਜਿਹੜੀ ਝਾਕੀ ਬਣਾ ਕੇ ਭੇਜੀ ਸ਼ਹੀਦ ਆਜ਼ਮ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਮਹਾਰਾਜਾ ਰਣਜੀਤ ਸਿੰਘ ਵਾਲਾ ਲਾਜਪਤ ਰਾਏ ਚਲਿਆਂ ਵਾਲੇ ਬਾਗ ਦਾ ਕਾਹਨ ਕਦਰੀ ਬਾਬਿਆਂ ਦਾ ਹਿਸਟਰੀ ਮਾਈ ਭਾਗੋ ਨਾਰੀ ਸ਼ਕਤੀ ਤੌਰ ਤੇ ਆ ਜਿਹੜਾ ਇੱਥੇ ਸਾਡਾ ਮੁਹੱਲੀ ਚੱਲਦਾ ਕੁੜੀਆਂ ਦਾ ਫੌਜ ਦੇ ਵਿੱਚ ਜਾਣ ਦਾ ਟ੍ਰੇਨਿੰਗ ਸੈਂਟਰ ਉਹ ਭੇਜਿਆ ਪੰਜਾਬ ਦਾ ਕਲਚਰ ਫੁਲਕਾਰੀਆਂ ਸਾਗ ਲੰਗਰ ਉਹ ਭੇਜੇ ਲੇਕਿਨ ਉਹ ਕਹਿੰਦੇ ਥੀਮ ਤੋਂ ਹਟ ਕੇ ਸੀ ਨਹੀਂ ਜੀ ਭਾਗਤ ਸਿੰਘ ਨੂੰ ਕਿਹੜੇ ਥੀਮ ਚ ਲਾਉਂਗੇ ਤੁਸੀਂ ਭਾਗਤ ਸਿੰਘ ਕਿਸੇ ਥੀਮ ਚ ਨਹੀਂ ਹੁੰਦਾ ਜਿਹਨੇ ਆਜ਼ਾਦੀ ਦਵਾਈ ਉਹਨੂੰ ਤੁਸੀਂ ਕਿਹੜੇ ਥੀਮ ਚ ਰੱਖੋਗੇ ਜੀ ਕਹਿੰਦੇ ਹਰ ਸਾਲ ਥੀਮ ਹੁੰਦੀ ਹੈ ਇੱਕ ਵੇਟ ਡਿਸਾਈਡ ਕਰਨ ਵਾਲੇ ਕੌਣ ਨੇ ਜੀ ਮੈਨੂੰ ਉਹਨਾਂ ਅਫਸਰਾਂ ਦੇ ਨਾਮ ਦੱਸੇ ਜਾਣ ਕੌਣ ਨੇ ਜਿਹੜੇ ਭਗਤ ਸਿੰਘ ਨੂੰ ਰਿਜੈਕਟ ਕਰ ਦਿੰਦੇ ਨੇ ਜਿਹੜੇ ਮਾਈ ਭਾਗੋਂ ਨੂੰ ਰਿਜੈਕਟ ਕਰ ਦਿੰਦੇ ਨੇ ਜਿਹੜੇ ਕਰਤਾਰ ਸਿੰਘ ਸਰਾਭਾ ਨੂੰ ਲਾਲ ਆਪਤ ਨੂੰ ਰਿਜੈਕਟ ਫੋਟੋਆਂ ਦਾ ਜ਼ਿਕਰ ਕਰਦੇ ਸੀ ਕਹਿੰਦੇ ਸੁਨੀਲ ਜਾਖੜ ਨੇ ਤੁਸੀਂ ਸਟੇਟਮੈਂਟ ਦਿੱਤੀ ਸੀਗੀ ਉਹ ਕਹਿੰਦੇ ਕਿ ਫੋਟੋਆਂ ਲੱਗੀਆਂ ਹੋਈਆਂ ਸੀ ਇਸ ਕਰਕੇ ਰਿਜੈਕਟ ਹੋ ਗਿਆ ਤੇ ਮੈਂ ਕੀ ਕਹਿੰਦਾ ਸੀ ਫਿਰ ਉਸ ਬਾਅਦ ਉਹ ਕਹਿੰਦੇ ਮੈਨੂੰ ਜਵਾਬ ਦੇਣ ਦੀ ਜ਼ਰੂਰਤ ਨਹੀਂ ਪਹਿਲਾਂ ਮੈਂ ਕੀ ਕਿਹਾ ਸੀਗਾ ਤੁਸੀਂ ਸੁਨੀਲ ਜਾਖੜ ਸਾਬਤ ਕਰ ਦੇਣਾ ਰਾਜਨੀਤੀ ਛੱਡ ਦਊਗਾ ਉਸ ਤੋਂ ਬਾਅਦ ਜਦੋਂ ਗਵਰਨਮੈਂਟ ਨੇ ਵੀ ਕਹਿਤਾ ਮਿਨਿਸਟਰੀ ਨੇ ਕਹਿਤਾ ਕਿ ਕੋਈ ਫੋਟੋ ਲੱਗੀ ਹੋਈ ਸੀ ਉਸ ਤੋਂ ਬਾਅਦ ਸੁਨੀਲ ਜਾਖੜ ਜੀ ਬੋਲੇ ਨਹੀਂ ਜਿਸ ਵੇਲੇ ਬੋਲ ਰਹੇ ਸੀ ਮੈਨੂੰ ਪਤਾ ਲੱਗ ਰਿਹਾ ਸੀ ਬੁੱਲ ਜੇ ਫਰਕ ਰਹੇ ਸੀ ਕਿਉਂਕਿ ਹਜੇ ਜਾਖੜ ਸਾਹਿਬ ਨਵੇਂ ਨਵੇਂ ਬੀਜੇਪੀ ਚ ਗਏ ਨੇ ਹਜੇ ਇੰਨੀ ਝੂਠ ਬੋਲਣ ਦੀ ਪ੍ਰੈਕਟਿਸ ਹੈ ਨਹੀਂ ਹੋ ਜੂਗੀ ਤੂੰ ਲੇਕਿਨ ਹੁਣ ਉਹੀ ਚਾਕੀਆਂ ਉਹੀ ਚਾਕੀਆਂ ਤੁਸੀਂ ਹਰ ਗਲੀ ਮੁਹੱਲੇ ਚ ਲੈ ਕੇ ਜਾ ਰਹੇ ਹੋ ਹਾਂਜੀ ਕੀ ਕੀ ਰੋਡ ਮੈਪ ਕੀ ਹੈ ਕਿੰਨੀਆਂ ਚਾਕੀਆਂ ਕਿਵੇਂ ਲੈ ਕੇ ਜਾਓਗੇ ਅਸੀਂ ਉਹਦੇ ਤਿੰਨ ਤਿੰਨ ਸੈੱਟ ਨੇ ਪਹਿਲੀ ਪੰਜਾਬ ਦੀਆਂ ਕੁਰਬਾਨੀਆਂ ਦਾ ਇਤਿਹਾਸ ਦੂਜੀ ਨਾਰੀ ਸ਼ਕਤੀ ਮਾਈ ਭਾਗੋ ਇਤੀਜੀ ਪੰਜਾਬ ਦਾ ਕਲਚਰ ਤਿੰਨ ਨੇ ਪਹਿਲਾਂ ਤਾਂ ਅਸੀਂ ਤਿੰਨ ਹੀ ਲੈ ਕੇ ਜਾਣੀ ਸੀ 26 ਜਨਵਰੀ ਦੇ ਉੱਤੇ ਹੁਣ ਅਸੀਂ ਵੱਧ ਤੋਂ ਵੱਧ ਬਣਾਵਾਂਗੇ 15 20 ਤਾਂ ਬਣੇ ਜਾਣਗੇ 26 ਜਨਵਰੀ ਤੱਕ ਹੋਰ ਵੀ ਬਣਾਵਾਂਗੇ ਸਾਰੇ ਪੰਜਾਬ ਚ ਲੈ ਕੇ ਜਾਵਾਂਗੇ ਇਹ ਆ ਦੇਖ ਲਓ ਜੀ ਆ ਕੋਈ ਗਲਤੀ ਹੋਵੇ ਤਾਂ ਦੱਸੋ ਸਾਨੂੰ ਹੂੰ ਸੀਮ ਸਰ ਇਹ ਪਤਾ ਕੀ ਆ ਸਰ ਜੀ ਗਲਤੀ ਨਾ ਇਹ ਨਾ ਅਸਲ ਚ ਨਫ਼ਰਤ ਹੈ ਐਕਚੁਅਲੀ ਇੱਕ ਸਟੇਟ ਪ੍ਰਤੀ ਨਫ਼ਰਤ ਹੈ ਜੇ ਤੁਹਾਡੀ ਸਰਕਾਰ ਨਹੀਂ ਬਣੀ ਇੱਥੇ ਤੁਸੀਂ ਐਂ ਕਿਉਂ ਕੱਢਦੇ ਹੋ ਯਾਰ ਵੀ ਕਿਡਾਂ ਆਪਣੀਆਂ ਫਿਰ ਕੀ ਹੁੰਦਾ ਕਿਤੇ ਹੋਰ ਬਣ ਜੂਗੀ ਜਿੱਥੇ ਜਿੱਥੇ ਸਾਡੀ ਨਹੀਂ ਬਣੀ ਸੀ ਤੁੜੀ ਐਂ ਕਰਦੇ ਆ ਪਰ ਮਤਲਬ ਤੁਸੀਂ ਪੰਜਾਬ ਨੂੰ 15 ਅਗਸਤ ਤੇ 26 ਜਨਵਰੀ ਦੇ ਵਿੱਚੋਂ ਕੱਢ ਕੇ ਜਾਂ ਦੀ ਗੱਲ ਕਿਵੇਂ ਕਰ ਲੋਗੇ ਜੀ ਤੁਸੀਂ ਸਾਡੇ ਅਗਨੀ ਵੀਰ ਦੀ ਲਾਸ਼ ਉਹ ਮੁੰਡੇ ਦੀ ਮੋੜ ਮੰਡੀ ਕੋਲ ਪਿੰਡ ਹੈ ਉਹਦੀ ਲਾਸ਼ ਜਿਵੇਂ ਹੱਥੇ 'ਚ ਕੱਟਾ ਸਿੱਟ ਕੇ ਜਾਂ ਐ ਸਿੱਟ ਕੇ ਤੁਸੀਂ ਤੁਹਾਡੇ ਤੋਂ 11 ਸਲੂਟ ਤੇ 11 ਕਾਰਤੂਸ ਨਹੀਂ ਸਰੇ ਸ਼ਹੀਦ ਹੋ ਗਿਆ ਉਹ ਕਹਿੰਦੇ ਜੀ ਅਗਨੀ ਵੀਰ ਹੈ ਇਹ ਇਹਨੂੰ ਅਸੀਂ ਸਲਾਮੀ ਦੇ ਸਕਦੇ ਜੇ ਅਗਨੀ ਵੀਰ ਹੈ ਵਰਦੀ ਵੀ ਸੇਮ ਦਿੱਤੀ ਉਹਨੂੰ ਹਥਿਆਰ ਵੀ ਉਹੀ ਦਿੱਤੇ ਉਹਨੂੰ ਬਾਰਡਰ ਵੀ ਉਹੀ ਦਿੱਤਾ ਇੰਟਰਨੈਸ਼ਨਲ ਫਿਰ ਕਿਹੜੀ ਗੱਲੋਂ ਘਟਾ ਹੈ ਨਾਲ ਦੇ ਤੇ ਗੋਲੀ ਵੱਜੀ ਉਹ ਸ਼ਹੀਦ ਹੈ ਕਿਉਂਕਿ ਇਹ ਰੈਗੂਲਰ ਤਰੀਕੇ ਨਾਲ ਭਰਤੀ ਹੋਇਆ ਹੈ ਇੱਧਰਲੇ ਦੇ ਗੋਲੀ ਵੱਜੇ ਸ਼ਹੀਦ ਨਹੀਂ ਹੈਗਾ ਕਿਉਂਕਿ ਕਿਸੇ ਹੋਰ ਸਕੀਮ ਚ ਭਰਤੀ ਹੋਇਆ ਹੈ ਸ਼ਹੀਦਾਂ ਚ ਵੀ ਕੈਟਾਗਰੀ ਯਾਰ ਬੱਸ ਕਰੋ ਯਾਰ ਹੁਣ ਉਹ ਸ਼ਹੀਦ ਜੇ ਭਗਤ ਸਿੰਘ ਨੇ ਕਿਹਾ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜਮੀ ਕੋ ਮਹਿਬੂਬ ਬਣਾ ਲਿਆ ਜਾਏ ਜਿਨ੍ਹਾਂ ਨੇ ਵਤਨ ਦੀ ਸਰਜਮੀ ਨੂੰ ਮਹਿਬੂਬ ਬਣਾ ਲਿਆ ਤੇ ਉਹਨਾਂ ਨੂੰ ਸਰਟੀਫਿਕੇਟ ਦੇਣ ਵਾਲੇ ਤੁਸੀਂ ਕੌਣ ਹੋਣੇ ਹੋ ਬਈ ਵੀ ਅਸੀਂ ਨੂੰ ਸਲੂਟ ਮਾਰਨਾ ਹੈ ਜਾਂ ਨਹੀਂ ਮਾਰਨਾ ਅਸੀਂ ਝਾਕੀ ਵਿੱਚ ਦਿਖਾਉਣੀ ਹੈ ਜਾਂ ਨਹੀਂ ਦਿਖਾਉਣੀ ਮਾਨ ਸਾਹਿਬ ਇੱਕ ਸਾਡੀ ਟੀਮ ਦੱਸ ਰਹੀ ਹੈ ਚਲਦੇ ਇੰਟਰਵਿਊ 'ਚ ਬਠਿੰਡਾ 'ਚ ਇੱਕ ਖਬਰ ਆਈ ਹੈ ਨਵਜੋਤ ਸਿੰਘ ਸਿੱਧੂ ਦੀ ਸਟੇਟਮੈਂਟ ਆਈ ਹੈ ਕਹਿੰਦੇ ਭਾਜਪਾ ਨੂੰ ਹਰਾਨ ਦੇ ਲਈ ਆਮ ਆਦਮੀ ਪਾਰਟੀ ਦੇ ਨਾਲ ਜਾਣ ਦੀ ਜ਼ਰੂਰਤ ਹੈ ਮਤਲਬ ਗਠਜੰਦਨ ਦਾ ਜ਼ਿਕਰ ਉਹ ਕਰ ਰਹੇ ਨੇ ਨਾਲੇ ਸਾਨੂੰ ਗਾਲਾਂ ਕੱਢੀ ਜਾਂਦੇ ਆ ਨਾਲੇ ਕਹਿੰਦੇ ਗਠਜੰਦਨ ਕਰ ਲੋ ਉਸੇ ਭਾਸ਼ਣ ਚ ਹੀ ਰਾਜੇ ਬਿੰਦ ਨੂੰ ਗਾਲਾਂ ਕੱਢੀ ਜਾਂਦਾ ਹੈ ਉਹੀ ਸ਼ੇਰ ਮੋਦੀ ਵਾਸਤੇ ਉਹੀ ਸ਼ੇਰ ਸੋਨੀਆ ਗਾਂਧੀ ਵਾਸਤੇ ਉਹੀ ਮਨਮੋਹਨ ਸਿੰਘ ਵਾਸਤੇ ਕਰਤਾਰਪੁਰ ਸਾਹਿਬ ਜਾ ਕੇ ਉਹੀ ਬਾਬੇ ਨਾਨਕ ਵਾਸਤੇ ਸ਼ੇਰ ਹੈ ਨਾ ਸੋ ਹੁਣ ਮੈਂ ਤਾਂ ਹੀ ਕਹੂੰਗਾ ਕਪਟਾਏ ਬਸ ਛੱਡ ਯਾਰ ਬੇ ਕੋਈ ਸਿਆਣੀ ਗੱਲ ਕਰੋ ਯਾਰ ਸੈਂਟਰ ਵਾਲਾ ਇੱਕ ਸਵਾਲ ਰਹਿ ਗਿਆ ਅ ਸੀਐਮ ਸਰ ਕੀ ਜਿਹੜਾ ਰਾਜਪਾਲ ਜਾਂ ਫਿਰ ਸੈਂਟਰ ਦੀ ਸਰਕਾਰ ਦੇ ਨਾਲ ਤਲਖੀ ਸਟੇਟ ਗਵਰਨਮੈਂਟ ਜਿਵੇਂ ਸਰ ਪੰਜਾਬ ਤੱਕ ਨਹੀਂ ਗੱਲ ਕਿਸੇ ਵੀ ਗਵਰਨਮੈਂਟ ਦੀ ਹੋਵੇ ਤਾਂ ਉਹ ਸਟੇਟ ਲਈ ਬਹੁਤੀ ਸੁਖਾਵੀਆਂ ਆਮ ਤੌਰ ਤੇ ਨਹੀਂ ਹੁੰਦੀ ਤੁਹਾਨੂੰ ਤੁਹਾਨੂੰ ਲੱਗਦਾ ਕਿ ਪੰਜਾਬ ਦਾ ਕੋਈ ਨੁਕਸਾਨ ਹੋ ਰਿਹਾ ਹੈ ਇਸ ਦੀ ਵਜ੍ਹਾ ਜਿਹੜੇ ਹੱਕ ਨੇ ਉਹ ਤਾਂ ਸਾਡੇ ਮਿਲਨੇ ਨੇ ਆਰਡੀਐਫ ਦਾ ਪੈਸਾ ਰੋਕ ਰੱਖਿਆ ਹੂੰ ਕੀ ਗਲਤੀ ਕਰਤੀ ਜੀ ਪੁਰਾਣੀ ਸਰਕਾਰ ਨੇ ਗਲਤੀ ਕੀਤੀ ਸੀ ਉਹਨੇ ਆਰਡੀਐਫ ਦੇ ਪੈਸੇ ਨੂੰ ਕਿਤੇ ਹੋਰ ਵਰਤ ਲਿਆ ਅਸੀਂ ਉਹ ਕਹਿੰਦੇ ਰੂਲਮੈਂਟ ਕਰੋ ਅਸੀਂ ਵਿਧਾਨ ਸਭਾ 'ਚ ਰੂਲਮੈਂਟ ਕਰਤਾ ਕਿ ਆ ਆਡੀਐਫ ਦਾ ਪੈਸਾ ਸਿਰਫ ਮੰਡੀਆਂ ਤੇ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਤੇ ਹੀ ਵਰਤਿਆ ਜਾਊਗਾ ਹੁਣ ਤਾਂ ਦੇ ਦਿਓ ਪੈਸੇ ਫਿਰ ਪੁਰਾਣੀ ਸਰਕਾਰ ਦੀਆਂ ਗਲਤੀਆਂ ਦਾ ਸਾਨੂੰ ਕਿਉਂ ਤੁਸੀਂ ਸਜ਼ਾ ਦੇ ਰਹੇ ਹੋ ਆਡੀਐਫ ਦਾ ਪੈਸਾ ਰੋਕ ਰੱਖਿਆ ਐਨਐਚਐਮ ਦਾ ਪੈਸਾ ਰੋਕ ਰੱਖਿਆ ਜੀਐਸਟੀ ਅਸੀਂ ਮੰਗ ਮੰਗ ਕੇ ਰਹਿ ਰਹੇ ਹਾਂ ਸਾਨੂੰ ਪੈਸੇ ਦੇ ਦਿਓ ਪਰ ਜਿਹੜੇ ਸਾਡੇ ਹੱਕ ਬਣਦੇ ਨੇ ਉਹ ਤਾਂ ਸਾਨੂੰ ਮਿਲਣੇ ਚਾਹੀਦੇ ਨੇ ਗਵਰਨਮੈਂਟ ਤੇ ਫੈਡਰਲ ਗਵਰਨਮੈਂਟ ਹੈ ਦੇਸ ਦਾ ਝੰਡਾ ਤਾਂ ਅਸੀਂ ਵੀ ਲਹਿਰਾਵਾਂਗੇ ਲੇਕਿਨ ਹੁੰਦੇ ਜਿਵੇਂ ਖਬਰ ਆ ਰਹੀ ਹੈ ਕਹਿੰਦੇ ਕਿ ਜਿਹੜੀ ਸੈਂਟਰ ਦੀ ਸਕੀਮ ਚੱਲ ਰਹੀ ਸੀ ਤੁਸੀਂ ਵੀ ਬੈਨਾ ਵਾਪਸ ਮੰਗਵਾਲੀਆਂ ਤੁਸੀਂ ਕਿਹਾ ਕਿ ਅਸੀਂ ਨਹੀਂ ਦਵਾਂਗੇ ਅਸੀਂ ਕਿਦੋਂ ਬੈਨਾ ਵਾਪਸ ਹੋਏ ਫਿਰ ਦੀਏ ਮੋਦੀਆਂ ਨੇ ਬੈਨਾ ਉਹ ਕਹਿੰਦੇ ਕੱਟ ਕਿਉਂ ਨਹੀਂ ਹੁੰਦਾ ਬੈਨਾ ਦੇਖਣ ਵਾਸਤੇ ਹੁਣ ਇਹ ਕੰਮ ਮੇਰਾ ਥੋੜੀ ਮੋਦੀ ਨੂੰ ਦੇਖਣ ਵਾਸਤੇ ਨਹੀਂ ਹੁੰਦੇ ਲੋਕ ਮੈਂ ਕੀ ਕਰਾਂ ਮੈਂ ਕੀ ਕਰਾਂ ਇੱਥੇ ਇਹ ਇਹ ਕੋਈ ਇੱਕ ਸਕੂਲ ਥੋੜੀ ਹੈ ਕਹ ਜੀ ਅਸੀਂ ਦਫਰਾਂ ਕਰਾਂਗੇ ਸਟੇਟਾਂ ਨਾਲ ਕੋਈ ਤੁਸੀਂ ਦੁਸ਼ਮਣੀ ਥੋੜੀ ਲੈਣੀ ਹੈ ਤੁਸੀਂ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀਓ ਸਾਡੇ ਦੇ ਪ੍ਰਧਾਨ ਮੰਤਰੀਓ ਤੇ ਜਦੋਂ ਤੁਸੀਂ ਆਉਨੇ ਹੋ ਅਸੀਂ ਬਣਦੇ ਪ੍ਰੋਟੋਕਾਲ ਜਾਣੇ ਆਉਨੇ ਆ ਗੜਕਰੀ ਸਾਹਿਬ ਆਏ ਅਸੀਂ ਇਹਨਾਂ ਤੋਂ ਮੰਗ ਕਰਦੇ ਆ ਹਮੇਸ਼ਾ ਜੀ ਆਉਂਦੇ ਨੇ ਅਸੀਂ ਉਹਨਾਂ ਦਾ ਬੁਕਾਇਦਾ ਪ੍ਰੋਟੋਕਾਲ ਨਾਲ ਸਵਾਗਤ ਕਰਦੇ ਆ ਮੰਨੇ ਹੋਈ ਆ ਪੰਜਾਬੀ ਤਾਂ ਹਸਪਿਟਲਿਟੀ ਲਈ ਪਰ ਇਹ ਤਾਂ ਮਦ ਲਈ ਥੋੜੀ ਤੁਸੀਂ ਆਏ ਨਹੀਂ ਕਰਿਆ ਤਾਂ ਅਸੀਂ ਐਂ ਕਰ ਦਾਂਗੇ ਸੋ ਕੋਈ ਗੱਲ ਨਹੀਂ ਅਸੀਂ ਤਾਂ ਲੜਾਂਗੇ ਅਸੀਂ ਪੰਜਾਬ ਨੂੰ ਪੈਰਾਂ ਸਿਰ ਖੜੇ ਕਰਾਂਗੇ ਕਿ ਇੰਡੀਆ ਗੜਜੋੜ ਸੈਂਟਰ ਦੇ ਵਿੱਚ ਬੀਜੇਪੀ ਦਾ ਤੋੜ ਜਾਂ ਐਂਡੀਆ ਦਾ ਤੋੜ ਬਣ ਜਾਏਗਾ 2024 ਚ ਲੋਕ ਦੱਸਣਗੇ ਕਿ ਮੈਂ ਤਾਂ ਕੌਣ ਹੁੰਨਾ ਇਹ ਦੱਸਣ ਵਾਲਾ ਕਿ ਕਿਸੇ ਸਰਵੇ ਵਿੱਚ ਤੁਸੀਂ ਕਿਹਾ ਸੀ 92 ਆਉਣਗੇ ਤੁਸੀਂ ਬਹੁਤ ਸਾਰੀਆਂ ਮੀਟਿੰਗਸ ਕੀਤੀਆਂ ਮੈਂ ਤਾਂ ਸਵਾਲ ਤੁਸੀਂ ਅਟੈਂਡ ਕੀਤਾ ਜੋ ਮੈਂ ਪੰਜਾਬ ਜਾਂਦਾ ਸੀ ਤੁਹਾਨੂੰ ਲਿਖ ਕੇ ਦੇਦਾ ਸੀ ਵੀ ਆਹ ਬੰਦੇ ਹਾਰਨਗੇ ਭਾਈ ਇੱਥੇ ਬੱਦਲ ਭਾਈ ਠੀਕ ਨਹੀਂ ਹੈਗੀ ਮੈਂ ਜਾ ਕੇ ਆਇਆ ਉਹ ਹਾਰ ਗਏ ਹੁਣ ਇਹ ਤਾਂ ਦੇਸ਼ ਦੇ ਲੋਕ ਨੇ ਜੀ ਜਨਤਾ ਜਨਾਰਦਨ ਹੈ ਜਿੱਦਿਆਂ ਉਹਨੂੰ ਲੱਗਿਆ ਕਿ ਅਸੀਂ ਇੱਧਰ ਜਾਣਾ ਤਾਂ ਇੱਧਰ ਚਲੇ ਜਾਣਗੇ ਪਬਲਿਕ ਹੈ ਸਭ ਜਾਣਦੀ ਹੈ ਲੋਕ ਜਦੋਂ ਚਾਹਣ ਬੰਦਾ ਅਰਸ਼ ਤੇ ਲੋਕ ਜਦੋਂ ਚਾਣ ਬੰਦਾ ਫਰਸ਼ ਤੇ ਮੈਂ ਖੋਲ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਇਸ਼ੂ ਬਹੁਤ ਸੁਰਖੀਆਂ ਦੇ ਵਿੱਚ ਰਿਹਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਵਾਲਾ ਕਿ 1999 ਦੇ ਵਿੱਚ ਉਹਨਾਂ ਦੀ ਰਿਪੋਰਟ ਆਈ ਉਸ ਦੇ ਉੱਤੇ ਕੰਮ ਨਹੀਂ ਹੋਇਆ 1992 1993 ਦੇ ਵਿੱਚ ਉਹਨਾਂ ਨੂੰ ਤਸ਼ੱਦਦ ਦੇ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਤੁਹਾਡੇ ਵੀ ਨੋਟਿਸ ਤੇ ਪਹੁੰਚੀ ਹੋਏਗੀ ਕਿ ਉਹ ਉਹ ਕੇਸ ਦੇ ਵਿੱਚ ਕੋਈ ਇਨਕੁਆਇਰੀ ਹੁਣ ਹੋਏਗੀ ਕੋਈ ਕਾਰਵਾਈ ਹੋਏਗੀ ਕਿਵੇਂ ਦੇਖ ਰਹੇ ਹੋ ਇਸ ਕੇਸ ਪਹਿਲੀ ਗੱਲ ਤਾਂ ਸਭ ਤੋਂ ਮਾੜੀ ਗੱਲ ਇਹ ਹੈ ਕਿ ਜਿਨ੍ਹਾਂ ਦੇ 15 ਸਾਲ 10 ਸਾਲ ਰਾਜ ਰਹੇ ਉਹਨਾਂ ਨੇ ਉਹ ਫਾਈਲਾਂ ਦੇ ਉੱਤੇ ਮਤਲਬ ਮਿੱਟੀ ਪਾਈ ਕਦੇ ਯਾਦ ਨਹੀਂ ਆਇਆ ਕੋਈ ਪੰਥ ਦੇ ਨਾਂ ਤੇ ਵੋਟਾਂ ਲਈਆਂ ਕਦੇ ਪੰਥ ਯਾਦ ਨਹੀਂ ਆਇਆ ਕਦੇ ਕੋਈ ਉਹਨਾਂ ਨੇ ਕੋਈ ਇਹ ਜਿਹਾ ਕੰਮ ਕੀਤਾ ਹੋਵੇ ਵੀ ਜਿਹਦੇ ਨਾਲ ਲੱਗੇ ਵੀ ਹਾਂ ਯਾਰ ਆਹ ਤਾਂ ਲੋਕਾਂ ਦਾ ਭਲਾ ਹੈ ਆਪਦਾ ਪਰਿਵਾਰ ਹੀ ਸੋਚਿਆ ਹਮੇਸ਼ਾ ਹੁਣ ਜਦੋਂ ਇੰਨੇ ਸਾਲਾਂ ਬਾਅਦ ਫਾਈਲ ਨਿਕਲੀ ਹੈ ਹੁਣ ਉਹਨਾਂ ਦਾ ਘਰ ਵੀ ਯਾਦ ਆ ਗਿਆ ਜੀ ਕਿ ਅਸੀਂ ਮੰਗ ਕਰਦੇ ਹਾਂ ਹੂੰ ਤੇ 10 ਸਾਲ ਤੋਂ ਤੁਹਾਡਾ ਰਾਸ ਸੀਗਾ ਮੰਗ ਕਿਉਂ ਨਹੀਂ ਕੀਤੀ ਜਿਹੜੀਆਂ ਮੰਗਾਂ ਮੰਦੀ ਸਿੰਘਾਂ ਦੀਆਂ ਹੁਣ ਕਰਦੇ ਆ ਜਦੋਂ 10 ਸਾਲ ਉੱਥੇ ਮੰਤਰੀ ਵੀ ਸੀ ਆਪ ਇੱਕ ਵਾਰੀ ਹਸਬੈਂਡ ਮੰਤਰੀ ਸੀ ਇੱਕ ਵਾਰੀ ਵਾਈਫ ਮੰਤਰੀ ਸੀ ਜੋ ਬਾਜਪਾ ਦੀ ਗਵਰਨਮੈਂਟ ਸੀਗਾ ਸੁਖਵੀਰ ਸੀ ਤੇ ਹੁਣ ਇਹ ਹਰਸੀਮਰਨ ਸੀ ਉਦੋਂ ਕਿਉਂ ਨਹੀਂ ਜੀ ਮੰਗ ਕੀਤੀ ਇਹ ਕੈਨੇਡਾ ਦੇ ਵਿੱਚ ਚਾਰ ਗੈਂਗਸਟਰਾਂ ਤੇ ਗੋਲੀ ਚੱਲ ਗਈ ਭਗਵੰਤ ਮਾਨ ਅਸਤੀਫਾ ਦੇਵੇ ਲੈ ਮੈਂ ਅਸਤੀਫਾ ਇੱਥੇ ਬੈਠਾ ਦੇ ਦਾਂ ਗੱਲ ਕਿਤੇ ਕੈਨੇਡਾ ਚ ਹੋਈ ਹੈ ਪਰ ਚੁੱਪ ਕਰਕੇ ਤੜਕੀ ਉਠ ਖੜਦੇ ਨੇ ਭਗਵਾਨਤਮਨ ਅਸੀਫਾ ਦੇ ਬੇਤੇ ਹਾਂ ਤੁਹਾਡੀ ਜਿਹੜੀ ਗੱਲ ਹੈ ਇਹ ਉਸ ਵੇਲੇ ਦਾ ਜਿਸ ਵੇਲੇ ਕਾਲੇ ਦੌਰ ਚ ਪੰਜਾਬ ਲੰਘ ਰਿਹਾ ਸੀ ਜੀ ਜਿਹਦੇ ਨਾਲ ਵੀ ਤੱਕਾ ਹੋਇਆ ਮੈਂ ਕਹਿੰਦਾ ਉਦੋਂ ਹੀ ਹੋਣਾ ਚਾਹੀਦਾ ਸੀ ਹੱਲ ਪਰ ਜੇ ਲੋੜ ਪੈਂਦੀ ਹੈ ਮੈਂ ਆਪਣੇ ਅਫਸਰਾਂ ਨਾਲ ਗੱਲ ਕਰ ਰਿਹਾ ਮੈਂ ਇਨ ਟੱਚ ਆ ਉਹਦਾ ਮੈਂ ਸਾਰਾ ਡਿਟੇਲ ਲੈ ਰਿਹਾ ਜਾਂਚ ਕਰਨੀ ਪਈ ਤਾਂ ਮੈਂ ਜਿਸ ਤਰ੍ਹਾਂ ਕਿਹਾ ਹੈ ਕਿ ਜੇ ਅੱਜ ਤੋਂ 20 ਸਾਲ 25 ਸਾਲ ਪਹਿਲਾਂ ਵੀ ਪੰਜਾਬੀਆਂ ਦਾ ਕੋਈ ਪੈਸਾ ਲੁੱਟਿਆ ਉਹਦਾ ਹਿਸਾਬ ਕਰਾਂਗੇ ਜੇ ਅੱਜ ਤੋਂ 25 32 ਸਾਲ ਪਹਿਲਾਂ ਕੋਈ ਕਿਸੇ ਨਾਲ ਜਦ ਧੱਕਾ ਹੋਇਆ ਬੇਇਨਸਾਫੀ ਹੋਈ ਹੈ ਤਸ਼ੱਦਦ ਹੋਇਆ ਉਹਦਾ ਵੀ ਹਿਸਾਬ ਕਰਾਂਗੇ ਕਿੰਦੇ ਤਿਵਾੜੀ ਸਾਹਿਬ ਦੀ ਰਿਪੋਰਟ ਸੀਗੀ 16 ਸਾਲ ਉਸ ਰਿਪੋਰਟ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ ਉਹ ਰਿਪੋਰਟ ਤੁਸੀਂ ਦੇਖੀ ਹੈ ਔਰ ਉਸ ਰਿਪੋਰਟ ਤੋਂ ਬਾਅਦ ਐਕਸ਼ਨ ਹੋ ਰਿਹਾ ਹੈ ਜਾਂ ਨਵੇਂ ਸਿਰੇ ਤੋਂ ਕਿਉਂਕਿ ਵਕੂ ਵਕ ਥਿਉਰੀਆਂ ਨੇ ਇਸ ਤਰੀਕੇ ਦੇ ਨਾਲ ਮਤਲਬ ਇਸ ਤੁਸੀਂ ਤੁਸੀਂ ਪਿਛਲੇ 10 15 ਦਿਨਾਂ ਤੋਂ ਇਸ ਕੇਸ ਨੂੰ ਫੋਲੋ ਵੀ ਕੀਤਾ ਹੋਣਾ ਕਿਵੇਂ ਦੇਖ ਰਹੇ ਹੋ ਮੈਂ ਦੇਖ ਮੈਂ ਦੇਖਣਾ ਮੈਂ ਇਹ ਕਹਤਾ ਕਿ ਜੋ 25 35 ਸਾਲ ਵੀ ਹੋਇਆ ਤਸ਼ੱਦਦ ਹੋਇਆ ਧੱਕਾ ਹੋਇਆ ਇਹਨਾਂ ਨੇ ਉਹਨੂੰ ਫਾਈਲ ਨੂੰ ਦੱਬੀ ਰੱਖਿਆ ਤੇ ਉਹਨਾਂ ਨੂੰ ਜਿਹੜੇ ਤਸ਼ੱਦਦ ਕਰਨ ਵਾਲੇ ਉਹਨਾਂ ਨੂੰ بڑے بڑے ਅਹੁਦੇ ਦੇ ਹੀ ਰੱਖੇ ਤੇ ਮੈਂ ਸੀ ਤਾਂ ਹਜੇ 20 ਮਹੀਨੇ ਪਹਿਲਾਂ ਆਇਆ ਮੈਂ ਤਾਂ ਮੈਂ ਤਾਂ ਉਦੋਂ ਜੰਮਿਆ ਵੀ ਨਹੀਂ ਸੀ ਜਦੋਂ S Y L ਦਾ ਰੌਲਾ ਪੈ ਗਿਆ ਸੀ ਜਦੋਂ ਇਹਨਾਂ ਨੇ ਸਿਉ ਉੱਤੇ ਕਰ ਲਈ ਸੀ ਸੋ ਪੁਰਾਣੀ ਲੈਗੇਸੀ ਵੀ ਮੈਨੂੰ ਲੈ ਕੇ ਜਾਣੀ ਪਊਗੀ ਨਾਲ ਜੋ ਸਾਡੇ ਬਜ਼ੁਰਗ ਸਾਨੂੰ ਛੱਡ ਕੇ ਗਏ ਨੇ ਵਿਰਸੇ 'ਚ ਜਿੱਥੇ ਵੀ ਤਸ਼ੱਦਦ ਹੋਇਆ ਜਿੱਥੇ ਵੀ ਕੋਈ ਜਿਵੇਂ ਮੈਂ ਪਹਿਲਾਂ ਕਿਹਾ ਕੋਈ ਪੈਸਾ ਲੁੱਟਿਆ 32 ਸਾਲ ਪਹਿਲਾਂ ਕੋਈ ਕਪੜਾ ਹੋਇਆ ਜਾਂ ਤਸ਼ੱਦਦ ਜਿਵੇਂ ਤੁਸੀਂ ਗੁਰਦੇਵ ਸਿੰਘ ਕੌਂਕੇ ਜੱਜ ਸਾਹਿਬ ਦੀ ਗੱਲ ਕਰਦੇ ਹੋ ਤਾਂ ਜਾਂਚ ਹੋਊਗੀ ਔਰ ਇਨਸਾਫ ਹੋਊਗਾ ਕਿਉਂਕਿ ਇਹ ਜਾਂਚ ਸ਼ੁਰੂ ਹੋ ਗਈ ਹੈ ਜਾਂ ਪ੍ਰਾਇਮਰੀ ਰਿਪੋਰਟ ਮੰਗੀ ਹੈ ਜਾਂ ਕਿਵੇਂ ਅਸੀਂ ਕਰ ਰਹੇ ਹਾਂ ਜੀ ਇਹਦੇ ਤੇ ਇਹਦੇ ਤੇ ਪੁਲਿਸ ਅਫਸਰਾਂ ਨਾਲ ਮੀਟਿੰਗ ਕਰ ਲਈ ਹੈ ਮੈਂ ਤੇ ਜਲਦੀ ਤੁਹਾਨੂੰ ਉਹਦੇ ਬਾਰੇ ਦੱਸਾਂਗਾ ਮੈਂ ਜਲਦੀ ਨਾਲ ਦੋ ਤਿੰਨ ਦਿਨ ਸਵਾਲ ਜ਼ਰੂਰ ਸਾਨੂੰ ਖਬਰਾਂ ਵੀ ਦੇ ਜਾਓ ਤੁਸੀਂ ਪੰਚਾਇਤ ਇਲੈਕਸ਼ਨ ਜਦੋਂ ਪੰਚਾਇਤ ਦੀਆਂ ਇਲੈਕਸ਼ਨਾਂ ਮੈਸੇ ਡਿਊ ਨੇ ਜੀ ਤੇ ਅਸੀਂ ਕਿਉਂਕਿ 30 ਦਸੰਬਰ ਨੂੰ ਡਿਊ ਹੋ ਗਈਆਂ ਸੀ ਪਰ ਉਹ ਸੀ ਸਾਬਜਾਦਿਆਂ ਵਾਲੇ ਦਿਨ ਨੇ ਉਦੋਂ ਮਾਤਮ ਯਾਨੀ ਕਿ ਸੋਗ ਦਾ ਦਿਨ ਹੁੰਦੇ ਨੇ ਉਦੋਂ ਨਹੀਂ ਕਰਾਈਆਂ ਸੀ ਤਾਂ ਹੁਣ ਕੋਰਟ ਨੇ ਕਿਹਾ ਇੱਕ ਦੋ ਪਿੰਡਾਂ ਦੀਆਂ ਕੋਈ ਪਹਿਲਾਂ ਵੀ ਰਹਿੰਦੀਆਂ ਸੀ ਉਹ ਕਰਾ ਵੀ ਲਈਆਂ ਤਾਂ ਜਿਵੇਂ ਮਾਨਯੋਗ ਹਾਈ ਕੋਰਟ ਦਾ ਆਰਡਰ ਹੋਊਗਾ ਇਹ ਜੇ ਆਪਣੇ ਸਾਨੂੰ ਕੋਈ ਪ੍ਰੋਬਲਮ ਨਹੀਂ ਲੋਕ ਸਭਾ ਤੋਂ ਪਹਿਲਾਂ ਹੋਣੀ ਹੈ ਲੋਕ ਸਭਾ ਤੋਂ ਬਾਅਦ ਇਹ ਤਾਂ ਇਹ ਤਾਂ ਚੋਣ ਕਮਿਸ਼ਨ ਨੇ ਡਿਸਾਈਡ ਕਰਨਾ ਨਗਰ ਨਿਗਮ ਦੀ ਵੀ ਡਿਊ ਪਈ ਹੈ ਕਿ ਲੋਕ ਸਭਾ ਪਹਿਲਾਂ ਆ ਰਹੀ ਹੈ ਤਾਂ ਫਿਰ ਵਿੱਚ ਪੰਚਾਇਤਾਂ ਦਿੱਕ ਇਲੈਕਸ਼ਨ ਕਰਾਉਣੀ ਵੋਟਾਂ ਦੀ ਸੁਧਾਈ ਕਰਾਉਣੀ ਇਤਰਾਜ਼ ਲਿਆਉਣੇ ਲੰਬਾ ਪ੍ਰੋਸੈਸ ਹੈ ਇਹ ਇਲੈਕਸ਼ਨ ਕਮਿਸ਼ਨ ਜੋ ਡਿਸਾਈਡ ਕਰੂਗਾ ਪਹਿਲਾਂ ਨਗਰ ਨਿਗਮ ਦੀ ਵੀ ਕੁਝ ਡਿਊ ਹੈ ਉਹੀ ਉਹੀ ਸੇਮ ਹੈ ਸੇਮ ਹੈ ਉਹ ਚ ਵੀ ਬਾੜ ਦੀ ਹੱਦਬੰਦੀ ਵੋਟਾਂ ਦੀ ਸੁਧਾਈ ਇਤਰਾਜ਼ ਕਿਹੜੀਆਂ ਸੀਟਾਂ ਰਜਰ ਨੇ ਕਿਹੜੀਆਂ ਟੁੱਟਣ ਗਿਆ ਇਲੈਕਸ਼ਨ ਕਮਿਸ਼ਨ ਜੋ ਵੀ ਪੰਜਾਬ ਦਾ ਇਲੈਕਸ਼ਨ ਜੋ ਵੀ ਜਿਵੇਂ ਪਿਛਲੇ ਸਮੇਂ ਤੁਸੀਂ ਕਿਹਾ ਸੀਗਾ ਕਿ ਅਗਰ ਚੋਣਾ ਤੋਂ ਬਿਨਾ ਹੀ ਕੋਈ ਸਰ ਸਮਿਤੀ ਦੇ ਨਾਲ ਸਰਪੰਚ ਹੁੰਦਾ ਹੈ ਤਾਂ ਉਸ ਨੂੰ ਅਸੀਂ ਵੱਧ ਗ੍ਰਾਂਟ ਦੇਵਾਂਗੇ ਉਹ ਹੋਏਗੀ 5 ਲੱਖ ਜੇ ਕੋਈ ਪਿੰਡ ਦੇ ਵਿੱਚ ਸਰਬਸਮਤੀ ਨੇ ਪੰਚਾਇਤ ਚੁੜੀ ਜਾਂਦੀ ਹੈ ਤਾਂ 5 ਲੱਖ ਰੁਪਿਆ ਉਹਨਾਂ ਦੀ ਏਕਤਾ ਦਾ ਇਨਾਮ ਦੇਵਾਂਗੇ ਕਿਉਂਕਿ ਪੰਚਾਇਤਾਂ 'ਚ ਵੀ 40-40 ਲੱਖ ਰੁਪਿਆ ਲੱਗਣ ਲੱਗ ਗਿਆ ਸ਼ਰਾਬਾਂ ਚਲਦੀਆਂ ਨੇ ਜਲੇਬੀਆਂ ਚਲਦੀਆਂ ਨੇ ਪਰਚੇ ਹੁੰਦੇ ਨੇ ਇੱਕ ਦੂਜੇ ਦੇ ਘਰ ਮੂਰੇ ਲਲਕਾਰਾ ਮਾਰ ਕੇ ਲੰਘਦੇ ਨੇ ਫਿਰ ਦੁਸ਼ਮਣੀਆਂ ਪੈ ਜਾਂਦੀਆਂ ਨੇ ਮੈਂ ਚਾਹੁੰਨਾ ਪਿੰਡ ਦਾ ਬੰਦਾ ਚੁਣਨਾ ਹੈ ਪਿੰਡ ਵਾਸਤੇ ਇੱਕ ਤੇ ਸਹਿਮਤੀ ਕਰ ਲਓ ਜਿੱਤੇ ਮਰਜ਼ੀ ਕਰ ਲਓ ਸਿੰਬਲ ਤੇ ਨਹੀਂ ਹੋਏਗਾ ਮਤਲਬ ਆਮ ਆਦਮੀ ਪਾਰਟੀ ਨਹੀਂ ਇਸ ਤਰ੍ਹਾਂ ਦਾ ਹਜ ਕੋਈ ਨਹੀਂ ਉਹ ਚੋਣਾਂ ਚ ਕੋਈ ਸਿੰਬਲ ਜ਼ਰੂਰੀ ਨਹੀਂ ਹੁੰਦਾ ਪਰ ਜਿਹੜੇ ਸਰਬਸੰਮਤੀ ਨਾਲ ਚੋਣਨਗੇ ਉਹਨੂੰ 5 ਲੱਖ ਰੁਪਏ ਸਰਕਾਰ ਵੱਲੋਂ ਇੱਕ ਇਨਾਮ ਏਕਤਾ ਦਾ ਤੇ ਬਾਅਦ ਦੇ ਵਿੱਚ ਜੋ ਵੀ ਪਿੰਡ ਦੇ ਵਿੱਚ ਸਹੂਲਤਾਂ ਚਾਹੀਦੀਆਂ ਉਹ ਦੇਵਾਂਗੇ ਮਾਨ ਸਾਹਿਬ ਇੱਕ ਆਖਰੀ ਸਵਾਲ ਬਹੁਤ ਅੱਜ ਦਿਲ ਦੀਆਂ ਗੱਲਾਂ ਹੋਈਆਂ ਮੈਂ ਉੱਥੇ ਹੀ ਇਸ ਇਸ ਪੂਰੀ ਆਪਾਂ ਚਰਚਾ ਨੂੰ ਵਿਰਾਮ ਲਾਵਾਂਗੇ ਤੁਸੀਂ ਕਿਹੜੀ ਸਟੇਜ ਨੂੰ ਮਿਸ ਕਰਦੇ ਹੋ ਤੁਹਾਡੀ ਇੱਕ ਜਰਨੀ ਰਹੀ ਹੈ ਬਹੁਤ ਲੰਬੀ ਤੁਸੀਂ ਕਿਹਾ 17.5 ਸਾਲ ਚ ਮੈਂ ਫੇਮਸ ਹੋ ਗਿਆ ਸੀ 17.5 ਸਾਲ ਦੇ ਮੁੰਡੇ ਨੂੰ ਅੱਜ ਜੇ ਬਾਈਕ ਮਿਲ ਜਵੇ ਨਾ ਤਾਂ ਉਹਦੇ ਪੈਰ ਨਹੀਂ ਲੱਗਦੇ ਜ਼ਮੀਨ ਤੇ ਮਤਲਬ ਉਸ ਜਿਹੜਾ ਇੱਕ ਨਾਮ ਇੱਕ ਸ਼ੋਹਰਤ ਨੂੰ ਅੰਦਰ ਲੈ ਕੇ ਜਾਣਾ ਉਹ ਜਰਨੀ ਵਕ ਵਕ ਸਟੇਜਾਂ ਦੇ ਉੱਤੇ ਪਰਫਾਰਮ ਕਰਨਾ ਸਤੌਜ ਤੋਂ ਸੀਐਮ ਬਣ ਜਾਣਾ ਕਿਵੇਂ ਉਸ ਜਰਨੀ ਨੂੰ ਤੁਸੀਂ ਅੱਜ ਕਿਵੇਂ ਯਾਦ ਕਰਦੇ ਹੋ ਔਰ ਕਿਹੜੀਆਂ ਸਟੇਜਾਂ ਜਿਹੜੀਆਂ ਤੁਹਾਨੂੰ ਅੱਜ ਵੀ ਚੇਤੇ ਆ ਕਿ ਹਾਂ ਉਹ ਫਲਾਣੇ ਪਿੰਡ 'ਚ ਮੈਂ ਗਿਆ ਸੀ ਉਹ ਮੈਨੂੰ ਅੱਜ ਵੀ ਯਾਦ ਹੈ ਨਹੀਂ ਮੈਨੂੰ ਸਾਰੇ ਯਾਦ ਮੈਨੂੰ ਕਈ ਵਾਰੀ ਪਿੰਡਾਂ ਦੇ ਵਿੱਚ ਇੱਕ ਵਾਰੀ ਮੈਂ ਕਿਸੇ ਫੰਕਸ਼ਨ ਕਿਸੇ ਪ੍ਰੋਗਰਾਮ 'ਚੋਂ ਨਿਕਲ ਰਿਹਾ ਸੀ ਮੈਂ ਐਮਪੀਸੀ ਉਸ ਵੇਲੇ ਬਰਨਾਲੇ ਦੇ ਇੱਕ ਪਿੰਡ 'ਚੋਂ ਮੈਂ ਨਿਕਲ ਰਿਹਾ ਸੀ ਫੰਕਸ਼ਨ ਤੋਂ ਬਾਅਦ ਗੁਰਦਾਸ ਮਾਨਸਾਲ ਦਾ ਫੋਨ ਆਇਆ ਮੈਨੂੰ ਕਹਿੰਦੇ ਵੀ ਭਗਵੰਤ ਕਿੱਥੇ ਆ ਚੰਡੀਗੜ੍ਹ ਆਏ ਹੋਣੇ ਮਿਲਣਾ ਚਾਹੁੰਦੇ ਨੇ ਮਗਾ ਜੀ ਮੈਂ ਤਾਂ ਕਰਜ਼ਾ ਲਾਉਂਦਾ ਫਿਰਦਾ ਕਹਿੰਦੇ ਕਰਜ਼ਾ ਲਾਉਂਦਾ ਫਿਰਦਾ ਮਤਲਬ ਕੀ ਤੂੰ ਕਰਜ਼ਾ ਲੈ ਲਿਆ ਮੈਂ ਜੀ ਅੱਜ ਤੋਂ 10 ਸਾਲ ਪਹਿਲਾਂ ਮੈਂ ਬਰਨਾਲੇ ਦੇ ਇੱਕ ਪਿੰਡ ਚ ਟੂਰਨਾਮੈਂਟ ਤੇ ਸ਼ੋਅ ਕੀਤਾ ਸੀ ਉਦੋਂ ਮੈਂ 1.5 ਲੱਖ ਰੁਪਏ ਲਿਆ ਸੀ ਇਹਨਾਂ ਨੂੰ ਯਾਦ ਹੈ ਵੀ 1.5 ਲੱਖ ਲਿਆ ਸੀ ਹੁਣ ਮੈਂ ਐਮਪੀ ਬਣ ਗਿਆ ਉਹ ਕਹਿੰਦੇ ਵਿਆਜ ਬਣ ਕੇ ਹੁਣ 5 ਬਣਦਾ ਐਮਪੀ ਵਾਲੇ ਕੋਟੇ ਚੋਂ 5 ਲੱਖ ਦੇ ਕੇ ਜਾ ਸੋ ਮੈਂ ਤਾਂ ਮੈਂ ਕਿਹਾ ਕਰਜੇ ਲੋਂਦਾ ਫਿਰਦਾ ਜੀ ਉਦੋਂ ਡੇਢ ਲਿਆ ਸੀ ਅੱਜ 5 ਦੇ ਕੇ ਆਇਆ ਮੈਨੂੰ ਯਾਦ ਹੈ ਸਾਰਾ ਜਿੱਥੇ-ਜਿੱਥੇ ਮੈਂ ਸ਼ੋਅ ਕੀਤੇ ਜਾਂ ਜਿਹੜੇ ਦੁਨੀਆ ਭਰ ਚਿੱਤਾਂ ਜਿੱਥੇ-ਜਿੱਥੇ ਗਿਆ ਉਹਦੇ ਜੜਾਂ ਤਾਂ ਯਾਦ ਰੱਖਣੀਆਂ ਚਾਹੀਦੀਆਂ ਹਾਂ ਸਰ ਜਿੱਥੇ ਤੁਸੀਂ ਗਏ ਹੋ ਬਾਕੀ ਜਿਹੜਾ ਤੁਹਾਡਾ ਸਵਾਲ ਹੈ ਕਿ ਕਿਹੜੀ ਸਟੇਜ ਨੂੰ ਮਿਸ ਕਰਦੇ ਉਹਦੇ ਵਾਸਤੇ ਸਭ ਤੋਂ ਟੁਕਮਾ ਸੁਰਜੀਤ ਪਾਤਰ ਸਾਹਿਬ ਦਾ ਸ਼ੇਰ ਹੈ ਕਿ ਮੈਂ ਰਾਹਾਂ ਤੇ ਤੁਰਦਾ ਨਹੀਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਮੈਂ ਰਾਹਾਂ ਤੇ ਤੁਰਦਾ ਨਹੀਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੁੱਗਾਂ-ਯੁੱਗਾਂ ਤੋਂ ਆਉਂਦੇ ਕਾਫਲੇ ਇਸ ਗੱਲ ਦਾ ਗਵਾਹ ਬਣਦੇ ਹਮੇਸ਼ਾ ਸੋਚਿਆ ਬਣੀਏ ਲੋਕਾਂ ਦੇ ਪਿਆਰ ਦੇ ਪਾਤਰ ਕਦੇ ਵੀ ਨਹੀਂ ਸੋਚਿਆ ਉਹ ਬਣਦੇ ਜਾਂ ਆ ਬਣਦੇ ਬਹੁਤ ਸਾਬ ਤੁਸੀਂ ਗੁਰਦਾਸ ਮਾਨ ਦਾ ਜ਼ਿਕਰ ਕੀਤਾ ਗੁਰਦਾਸ ਮਾਨ ਨੂੰ ਤੁਸੀਂ ਆਈਡਲ ਵੀ ਮੰਨਦੇ ਹੋ ਔਰ ਅਬ ਗੁਰਦਾਸ ਮਾਨ ਨੂੰ ਤੁਸੀਂ ਆਪਣਾ ਆਈਡਲ ਵੀ ਮੰਨਦੇ ਹੋ ਉਹਨਾਂ ਦੇ ਗੀਤ ਤੁਹਾਨੂੰ ਬਹੁਤ ਪਸੰਦ ਮੇਰੀ ਜਾਣਕਾਰੀ ਚ ਹੈ ਕਿ ਗੁਰਦਾਸ ਮਾਨ ਹੋਰਾਂ ਦਾ ਇੱਕ ਲੱਕੀ ਨੰਬਰ ਸੀਗਾ ਉਸ ਨੰਬਰ ਦਾ ਕੀ ਰਾਜ਼ ਸੀਗਾ ਔਰ 21 ਨੰਬਰ ਕੇ ਕਿੰਨਾ ਨੰਬਰ ਸੀਗਾ ਜਿਹੜਾ ਤੁਸੀਂ ਵੀ ਆਪਣਾ ਫੇਵਰਟ ਮੰਨਦੇ ਹੋ ਨਹੀਂ ਮੈਂ ਇਸ ਤਰ੍ਹਾਂ ਦਾ ਕੋਈ ਕੋਈ ਨੰਬਰ ਸੀਗਾ ਨਹੀਂ ਨਹੀਂ ਇਸ ਤਰ੍ਹਾਂ ਦਾ ਕੋਈ ਹੂੰ ਤੇ ਠੀਕ ਹੈ ਜੀ ਉਹਨਾਂ ਦੇ ਗਾਣੇ ਤਾਂ ਸਾਰੀ ਦੁਨੀਆ ਪਸੰਦ ਕਰਦੀ ਹੈ ਮੈਂ ਵੀ ਉਹਨਾਂ ਨੂੰ ਸੁਣ ਸੁਣ ਕੇ ਹਰੇਕ ਹਰੇਕ ਦੇ ਅੰਦਰ ਕੋਈ ਨਾ ਕੋਈ ਚਿੰਗ ਹੁੰਦੀ ਹੈ ਕੋਈ ਨਾ ਕੋਈ ਉਸ ਚਿੰਗ ਨੂੰ ਭਾਂਬੜ ਬਣਾਉਂਦਾ ਮੈਂ ਵੀ ਕਲਾਕਾਰੀ ਚ ਸੋਚਿਆ ਕਿ ਮੈਂ ਵੀ ਸ਼ੋਰਤ ਦੇ ਵੱਡੇ ਲੈਵਲਾਂ ਤੇ ਜਾਊਂਗਾ ਜਿਵੇਂ ਤੁਸੀਂ ਕਿਹਾ ਕਿ ਮੁੱਖ ਮੰਤਰੀ ਤੇ ਘਰ ਮੂਰੇ ਘੀੜਾ ਮਾਰ ਕੇ ਹੁੰਦਾ ਸੀ ਤੋ ਕੋਈ ਨਾ ਕੋਈ ਚਿੰਗ ਹੁੰਦੀ ਹੈ ਕੋਈ ਨਾ ਮੇਰਾ ਸਵਾਲ ਵਿੱਚ ਰਹੇ ਉਹ ਸਾਲ ਕਿਹੜਾ ਸੀਗਾ ਮਤਲਬ ਲੋਕ ਜਾਨਣਾ ਚਾਹੁੰਦੇ ਹੋਣਗੇ ਕਿ ਕਿੰਨੀ ਕੁ ਦਿਨ ਘੇੜੇ ਮਾਰਨੇ ਪੈਣੇ ਸੀਐਮ ਬਣਨਾ ਇਹ ਮੈਨੂੰ ਤਾਂ ਕੋਈ 2009 ਜਾਂ 10 ਦੀ ਗੱਲ ਹੋਣੀ ਤਾਂ 12 12 ਸਾਲ ਲੱਗ ਗਿਆ 10 12 ਸਾਲ ਪਹਿਲਾਂ ਤਾਂ ਟਾਰਗੇਟ ਹੈ ਟਾਰਗੇਟ ਕੁਰਸੀ ਦਾ ਨਹੀਂ ਹੈਗਾ ਟਾਰਗੇਟ ਇਹ ਹੈ ਕਿ ਇਸ ਕੁਰਸੀ ਤੇ ਬਹਿ ਕੇ ਲੋਕਾਂ ਦਾ ਭਲਾ ਕਰੀਏ ਔਰ ਇਹ ਵੀ ਨਹੀਂ ਹੈਗਾ ਕਿ ਮੈਂ ਇੱਥੇ ਹੀ ਰਹਿਣਾ ਹੁਣ ਮੈਂ ਇਹਨੂੰ ਇਸ ਕੁਰਸੀ ਨੂੰ ਰੱਖਣ ਵਾਸਤੇ ਜੋ ਦੁਨੀਆ ਭਰ ਦੇ ਕੰਪਰੋਬੈਂਕ ਦਾ ਮੈਂ ਉਹ ਕਰ ਲਾ ਅਸੂਲਾਂ ਦੀ ਗੱਲ ਹੋਊਗੀ ਜਿੱਦẽ ਲੋਕਾਂ ਨੇ ਕਹਤਾ ਭਾਈ ਤੂੰ ਨਹੀਂ ਹੋਰ ਆਪਾਂ ਚੱਲ ਜਾਾਂਗੇ ਉਹੀ ਐ ਕਿ ਜਿੰਨੇ ਮਰਜ਼ੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਸਭ ਕੁਝ ਇੱਥੇ ਹੀ ਰਹਿ ਜਾਂਦਾ ਹੈ ਆਖਰੀ ਕੱਪੜੇ 'ਤੇ ਤਾਂ ਕੋਈ ਸਿਉਣ ਬੱਜੀ ਨਹੀਂ ਹੋਈ ਉਹ ਕਹਿੰਦਾ ਪੈਰ ਪਸਾਰ ਪਿਆ ਵਿੱਚ ਵਿੜੇ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਵਿੜੇ ਕਿੱਥੇ ਗਏ ਤੇਰੇ ਘਰ ਦੇ ਜਿੰਨਾ ਪਿੱਛੇ ਪਾਪ ਕਮਾਏ ਉਹ ਚੱਕੋ ਚੱਕੋ ਕਰਦੇ ਸੋ ਉੱਥੇ ਤਾਂ ਘੰਟਾ ਨਹੀਂ ਰੱਖਦੇ ਜੀ ਫਿਰ ਵਾਸਤੇ ਜਿੰਨਾ ਵਾਸਤੇ ਕੋਈ ਪਾਪ ੁੱਪ ਕਮਾਉਣੇ ਆ ਮੈਂ ਤਾਂ ਮੁਹੰਮਦ ਬਖਸ਼ ਮੀਆਂ ਮੁਹੰਮਦ ਬਖਸ਼ ਦਾ ਕਲਾਮ ਹੈ ਉਹਨੂੰ ਬਹੁਤ ਯਾਦ ਰੱਖਦਾ ਮੈਂ ਕਿ ਰਲਮੇਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁਰਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਪਰ ਧਰ ਧਰ ਕੇ ਇੱਥੇ ਘੜਾ ਨਹੀਂ ਹੈਗਾ ਇੱਥੇ ਘੜੇ ਤੋਂ ਮਤਲਬ ਹੈ ਪ੍ਰਮਾਤਮਾ ਦਾ ਦਿੱਤੀ ਹੋਈ ਜ਼ਿੰਮੇਵਾਰੀ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਗਈਆਂ ਸਾਰੀਆਂ ਪਰ ਕੋਈ ਕੋਈ ਮੁੜ ਪੀ ਭਰ ਕੇ ਜ਼ਿੰਮੇਵਾਰੀ ਪ੍ਰਮਾਤਮਾ ਸਭ ਨੂੰ ਨਹੀਂ ਦਿੰਦਾ ਕਿਸੇ ਕਿਸੇ ਦੇ ਸਿਰ ਤੇ ਜ਼ਿੰਮੇਵਾਰੀ ਵਾਲਾ ਘੜਾ ਧਰਦਾ ਪਰ ਜਿਨ੍ਹਾਂ ਦੇ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਡਰ ਧਰ ਕੇ ਕਿਉਂਕਿ ਮੈਂ ਅੰਨਾ ਤੇ ਤਿਲਕਣ ਰਸਤਾ ਦੇਵੇ ਕੌਣ ਸੰਭਾਲਾ ੱੱਕੇ ਦੇਵਨ ਵਾਲੇ ਬਹੁਤੇ ਇੱਕ ਤੂੰ ਹੱਥ پکڑਣ ਵਾਲਾ ਕੀ ਬਾਤ ਹੈ ਬਹੁਤ ਸ਼ਾਨਦਾਰ ਜੀ ਟੀਮ ਟੀਮ ਕਰੋ ਕਲੋਜ਼ਿੰਗ ਲਈ ਕਰ ਰਹੇ ਲੇਕਿਨ ਇੱਕ ਇੱਕ ਸਵਾਲ ਰਹਿ ਗਿਆ ਕਿਉਂਕਿ ਪੰਜਾਬ ਦੇ ਲੋਕ ਉਹ ਜਾਣਨਾ ਚਾ ਰਹੇ ਹੈ ਤੀਰਥ ਯਾਤਰਾ ਦਾ ਜ਼ਿਕਰ ਹੋਇਆ ਸੀ ਉਹ ਸਵਾਲ ਰਹਿ ਗਿਆ ਕਿ ਟ੍ਰੇਨ ਜਿਹੜੀ ਆ ਸੈਂਟਰ ਨੇ ਰੋਕ ਦਿੱਤੀ ਕਹਿੰਦੇ ਸਾਡੇ ਕੋ ਇੰਜਨ ਨਹੀਂ ਹੈਗੇ ਹੁਣ ਜਾਣਕਾਰੀ ਮਿਲੀ ਹੈ ਕਿ ਤੁਸੀਂ ਪ੍ਰਾਈਵੇਟ ਜੈਟ ਬੁੱਕ ਕਰਵਾ ਰਹੇ ਹੋ ਜਾਂ ਕੀ ਆ ਉਹ ਕਦੋਂ ਕਿਵੇਂ ਕਿੱਦਾਂ ਥੋੜਾ ਜਿਹਾ ਪੰਜਾਬ ਦੇ ਲੋਕ ਵੀ ਉਹ ਇੰਟਰਸਟ ਲੈ ਕੇ ਸੁਣਨਾ ਚਾ ਰਹੇ ਐਸੇ ਮਹੀਨੇ ਤੋਂ ਕਰਦਾਂਗੇ ਸ਼ੁਰੂ वैसे मोदी साहब हर एक स्टेट जाके कहंदे हैं डबल इंजन की सरकार रेलवे को इंजन है नहीं जी मैं कहया चलो उधर डबल इंजन बाद चले ले ले पर रेलवे इंजन देंदे चलो कोई नहीं ਸਾਡੇ ਅਸ ਤਾਂ ਪੈਸੇ ਪੌਣੇ 2 ਕਰੋੜ ਉਹਨਾਂ ਤੋਂ ਲੈਣਾ ਹੈ ਜੇ ਰੇਲਵੇ ਤੋਂ ਜਿਹੜਾ ਪਹਿਲਾਂ ਜਮਾ ਕਰਾਇਆ ਸੀ ਉਹਨਾਂ ਨੇ ਟ੍ਰੇਨ ਹੀ ਰੋਕਤੀ ਕਹਿੰਦੇ ਵੀ ਇਹਦੇ ਨਾਲ ਤਾਂ ਭਗਵਾਨ ਤੁਮਾਨ ਦੀ ਚੜ੍ਹਾਈ ਹੋ ਜਾਊਗੀ ਮੈਨੂੰ ਸਮਝ ਨਹੀਂ ਆਉਂਦੀ ਕਿਹੜੀਆਂ ਚੜ੍ਹਾਈਆਂ ਦੀਆਂ ਗੱਲਾਂ ਕਰਦੇ ਐ ਜੇ ਉਹਨਾਂ ਨੇ ਟ੍ਰੇਨ ਰੋਕਤੀ ਮੈਂ ਪਲੇਨ ਲੈ ਲੂੰਗਾ हायर ਕਰ ਲੂੰਗਾ ਪਰ ਮੈਂ ਚਾਰਜਟ ਲੈ ਰਹੇ ਹੋ ਬੁੱਕ ਕਰਵਾ ਰਹੇ ਕਿੰਨੇ ਲੋਕ ਜਾਣਗੇ ਜਾਂ ਕਿਵੇਂ ਅਪਲਾਈ ਹੋਏਗਾ ਜਾਂ ਕਿਵੇਂ ਥੋੜਾ ਜਿਹਾ ਆਪਾਂ 2-3 ਮਹੀਨੇ ਹੋਰ ਕੋਈ ਖਬਰ ਨਹੀਂ ਦੇਣੀ ਅੱਜ ਹੀ ਕਰ ਦੇਣਾ ਕੰਮ ਸਾਰਾ ਅੱਜ ਮੈਂ ਕਿਹਾ ਸਾਰੀਆਂ ਬ੍ਰੇਕਿੰਗ ਮਾਰ ਦिए ਓਹ ਧੰਨਵਾਦ ਜਲਦੀ ਪਤਾ ਲੱਗ ਗਿਆ ਚਲੋ ਮੈਂ ਵੀ ਤੁਸੀਂ ਬਹੁਤ ਸਰੀਆ ਸੱਦਰ ਸੁਣਾਈਆ ਮੈਂ ਵੀ ਉਹਦੇ ਨਾਲ ਹੀ ਐਂਡ ਕਰੂੰਗਾ ਤੇ ਕਾਮ ਐਸਾ ਕਰੋ ਕਿ ਪਹਿਚਾਨ ਬਣ ਜਾਏ ਔਰ ਕਦਮ ਐਸੇ ਚਲੋ ਕਿ ਨਿਸ਼ਾਨ ਬਣ ਜਾਏ ਤੁਸੀਂ ਚੱਲ ਰਹੇ ਹੋ ਨਿਸ਼ਾਨ ਬਣ ਰਹੇ ਆਂ ਔਰ ਉਮੀਦ ਕਰਦੇ ਆਂ ਕਿ ਪੰਜਾਬ ਦੇ ਲੋਕਾਂ ਨੂੰ ਇਸ ਦਾ ਫਾਇਦਾ ਪਹੁੰਚੇ ਬਾਜੀ ਬਸ ਤੁਸੀਂ ਵੀ ਦੁਆ ਕਰੋ ਕਿ ਭਗਵੰਤ ਮਾਨ ਬਣ ਜਾਏ